ਹਾਂਜੀ ਸਵਾਗਤ ਹੈ ਜੀ ਤੁਹਾਡਾ ਮੁਰਤੋਂ ਰੇਡੀਓ ਵਿਰਸਾ ਦੇ ਉੱਤੇ ਤੇ ਆਪਣੇ ਕੋਲ ਹੁਣ ਪੌਣਾ ਇੱਕ ਘੰਟਾ ਲਗਭਗ ਹੈਗਾ ਜੀ ਠੀਕ ਤੇ ਆਪਾਂ ਗੱਲਬਾਤ ਜਿਹੜੀ ਆ ਉਹਨੂੰ ਜਾਰੀ ਰੱਖਦੇ ਆ ਰਾਈਟ ਤੇ ਸਵਾਲ ਜਿਹੜਾ ਹੈ ਜੀ ਇੱਥੇ ਇਹ ਨਹੀਂ ਕਈ ਵਾਰੀ ਉਹ ਗੱਲਾਂ ਰਿਪੀਟ ਵੀ ਹੁੰਨੀਆਂ ਆ ਹਾਂਜੀ ਜਦੋਂ ਪਰ ਗੱਲ ਇਹ ਆ ਕਿ ਜਿਹੜੀ ਵੀ ਇਹ ਸ਼ਬਦਾਵਲੀ ਵਰਤਦੇ ਆ ਨਾ ਮੈਨੂੰ ਤਾਂ ਇੰਨੀ ਇਰੀਟੇਸ਼ਨ ਹੁੰਦੀ ਆ ਨਾ ਇਹਨਾਂ ਨੂੰ ਸੁਣ ਸੁਣ ਕੇ ਜੀ ਠੀਕ ਹੈ ਫੇ ਇਹ ਨਵੀਂ ਗੱਲ ਨਹੀਂ ਹੈਗੀ ਵਿਦਵਾਨਾਂ ਨੂੰ ਸਾਡੇ ਵੀ ਸੀਗੇ ਸਕਾਲਰਾਂ ਨੂੰ ਤਾਂ ਨਾ ਦੇਖ ਕੇ ਹਾਂਜੀ ਉਦਾਂ ਵੀ ਜਣੀ ਇੱਕ ਚਿਹਰੀ ਚੀਜ਼ ਆਦਤ ਹੈ ਜਿਹੜੀ ਪੰਜਾਬੀਆਂ ਨੂੰ 올 ਰਾਈਟ ਜਦੋਂ ਕੋਈ ਗੱਲ ਕੋਈ ਪ੍ਰੋਗਰਾਮ ਲਈ ਕੋ ਕੰਮ ਕਿਹਾ ਜਾਵੇ ਨਾ ਇਦਾਂ ਹਾਂਜੀ ਪਹਿਲਾ ਰਿਐਕਸ਼ਨ ਜਿਹੜਾ ਹੈ ਸਾਡੇ ਬੰਦਿਆਂ ਦਾ ਹਾਂਜੀ ਉਹ ਸਟਰੈਟਜੀ ਬਣਾਉਣ ਦੇ ਉੱਤੇ ਹੁੰਦਾ 올 ਰਾਈਟ ਠੀਕ ਹੈ ਪਹਿਲਾ ਜਿਹਨੂੰ ਅਜ਼ਮੀਰਸੂ ਕਹਿੰਦਾ ਨਾ ਭਈ ਫੇ ਨੋ ਟੂ ਚੇਂਜ ਹੂੰ ਇਹ ਤਾਂ ਸਗੋਂ ਜੇ ਸਕੋਲਰ ਸਾਡੇ ਸਿਆਣੇ ਹੋਣ ਨਾ ਹੂੰ ਤੇ ਪੰਜਾਬੀਆਂ ਨੂੰ ਆਦਤ ਇਹ ਪਾਉਣ ਕਿ ਤੁਸੀਂ ਜਿਹੜਾ ਨਾ ਕਰਨਾ ਸਿੱਖੋ ਹੂੰ ਆ ਜਿਹੜਾ ਤੁਹਾਡੇ ਦਿਮਾਗ 'ਚ ਕੀੜਾ ਆ ਨਾ ਬੜਿਆ ਆ ਤੇ ਨੋ ਟੂ ਚੇਂਜ ਰਾਈਟ ਤੇ ਕੁਝ ਕਰਨ ਲਈ ਤਬਦੀਲੀ ਕਰਨ ਲਈ ਤੁਹਾਡਾ ਜਾਣਨਾ ਬਹੁਤ ਜ਼ਰੂਰੀ ਆ ਹੂੰ ਇਹਨੂੰ ਕਾਬੂ ਕਰੋ ਛੱਡੋ ਇਹ ਆਦਤ ਨੂੰ ਰਾਈਟ ਇਹ ਭੈੜੀ ਆਦਤ ਆ ਠੀਕ ਹੈ ਕਿਉਂਕਿ ਸਾਡੇ ਤਾਂ ਬੰਦਿਆਂ ਦੀ ਪ੍ਰੋਬਲਮ ਇਹ ਤਾਂ ਇੱਕੋ ਖੂਬੀ ਥੋੜੀ ਆ ਨਹੀਂ ਤੁਸੀਂ ਕੋਈ ਵੀ ਕੰਮ ਕਰਨ ਲਈ ਮੰਨ ਲਓ ਕਿਤੇ ਸਲਾਹ ਜਦੋਂ ਜਨਰਲ ਨੂੰ ਤੁਸੀਂ ਕੋ ਕਹੋ ਕਿ ਆ ਕੰਮ ਕਰਨਾ ਇਹਦੇ ਲਈ ਕੋਈ ਪਲਾਨਿੰਗ ਬਣਾ ਕੇ ਲਿਆਓ 올 ਰਾਈਟ ਤੇ ਬੋ ਗਣਤੀ ਜਿਹੜੀ ਸਾਡੀ ਆ ਨਾ ਉਹ ਅਕਸਰ ਇਹ ਕਹੂਗੀ ਵੀ ਨਹੀਂ ਤੁਸੀਂ ਦੱਸੋ ਜੀ ਕਿੱਦਾਂ ਕਰਨੀ ਅਸੀਂ ਨਾਲ ਆ ਅਸੀਂ ਸਹਿਮਤ ਆ ਜੀ ਠੀਕ ਆ ਫਿਰ ਤੁਸੀਂ ਪਲਾਨ ਬਣਾ ਲਓ ਇਦਾਂ ਤੇ ਆਪਾਂ ਇਦਾਂ ਕਰੀਏ ਫਿਰ ਉਹ ਸਾਰੇ ਕਹਿਣਗੇ ਵੀ ਨਹੀਂ ਨਹੀਂ ਚੇਂਜ ਕਰੋ ਇਹਨੂੰ ਦੱਸਣ ਦੀ ਦੇਰ ਐ ਇਦਾਂ ਨਹੀਂ ਇਹਨੂੰ ਇਦਾਂ ਕਰੋ ਯਾ ਯਾ ਠੀਕ ਹੈ ਕਰਨੇ ਕੋਈ ਜਿਹੜੇ ਕਰਨਗੇ ਵੀ ਨਾ ਉਹ ਵੀ ਨਾਲੇ ਕਰੀ ਜਾਣਗੇ ਨਾਲੇ ਨਾਲੇ ਕਿਸੇ ਜਣੇ ਦੇਖ ਲਿਓ ਇਹ ਤਾਂ ਪੱਕਾ ਖਰਾਬ ਹੋਊ ਜੇ ਕਿਤੇ ਗਲਤੀ ਹੋ ਜਾ ਖਰਾਬੀ ਹੋ ਜਾ ਦੇਖਿਆ ਮੈਂ ਤਾਂ ਪਹਿਲਾਂ ਕਿਹਾ ਸੀ ਯਾ ਠੀਕ ਹੈ ਹੁਣ ਜਦ ਕੇ ਜਾਨੀ ਜਾਂ ਤਾਂ ਤੁਸੀਂ ਉਹਦੀ ਪਲੈਨਿੰਗ ਬਣਾ ਕੇ ਲਿਆਓ ਉਹਦੀ ਰਿਸਪੌਂਸਿਬਿਲਟੀ ਲੈ ਲਓ ਯਾ ਪ੍ਰੋਜੈਕਟ ਤਿਆਰ ਕਰੋ ਕਰਕੇ ਰੱਖੋ ਜਾਂ ਫਿਰ ਜੋ ਤੁਹਾਨੂੰ ਕਿਹਾ ਗਿਆ ਆ ਉਹ ਕਰੋ ਜਦੋਂ ਤੁਸੀਂ ਇਹ ਚੂਜ਼ ਕਰ ਲਿਆ ਨਾ ਕਿ ਮੈਂ ਸਟਰੈਟਜੀ ਨਹੀਂ ਬਣਾਉਣੀ ਮੈਂ ਪਲੈਨਿੰਗ ਨਹੀਂ ਕਰਨੀ ਮੈਂ ਤਾਂ ਕਰੂੰਗਾ ਮੈਨੂੰ ਦੱਸੋ ਕੀ ਕਰਨਾ ਤੁਹਾਨੂੰ ਦੱਸਿਆ ਗਿਆ ਕਰਨੀ ਨੂੰ ਉਹ ਤੋਂ ਦੋ ਦਿਨ ਬਾਅਦ ਤੁਹਾਨੂੰ ਕਹਿ ਦਿੱਤਾ ਗਿਆ ਕਿ ਇਹ ਠੀਕ ਨਹੀਂ ਇਹਨੂੰ ਢਾ ਦਿਓ ਤੇ ਤੁਸੀਂ ਉਜ਼ਰ ਨਾ ਕਰਿਓ ਉਹਦੇ ਉੱਤੇ ਬਿਲਕੁਲ ਵਲੰਟੀਅਰ ਹੋਣਾ ਇਹ ਆ ਹਮ 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 ਠੀਕ ਆ ਪਰ ਸਾਨੂੰ ਇਹ ਆ ਕਿ ਜਿਹੜਾ ਕੰਮ ਕਰਨਾ ਆ ਪਹਿਲਾਂ ਮੈਨੂੰ ਜਿਹੜੇ ਬੰਦੇ ਆ ਕੇ ਇੱਥੇ ਪੁੱਛਦੇ ਆ ਹਾਂਜੀ ਵੀ ਤੁਹਾਡੀ ਪਲੈਨਿੰਗ ਕੀ ਆ ਜੀ ਉਹ ਕਹਿੰਦੇ ਵੀ ਅਸੀਂ ਰੇਡੀਓ ਸੁਣਦੇ ਆ ਮਹੀਨਾ ਹੋ ਗਿਆ ਸਾਂਝ ਕੀਤਾ ਤੁਸੀਂ ਸੁਣਨਾ ਹੁਣ ਗਾਹਾਂ ਸਾਨੂੰ ਦੱਸੋ ਤਾਂ ਸੇ ਕੀ ਕਰਨਾ ਹੈ ਤਾਂ ਸੁਣਾਗੇ ਤਾਂ ਸੁਣਾਗੇ ਠੀਕ ਆ ਹੈਰਾਨ ਆ ਮੈਂ ਮੈਂ ਕਹਿੰਨਾ ਵੀ ਜੇ ਨਾ ਬੰਦਾ 2 ਡਾਲਰ ਹਾਂਜੀ ਇੱਕ ਦਿਨ ਦੇ 2 ਡਾਲਰ 올 ਰਾਈਟ ਕੱਢਣ ਦਾ ਵਾਦਾ ਕਰ ਲੈ ਯਾ ਠੀਕ ਆ ਤੁਸੀਂ ਇਮੇਜਨ ਕਰ ਲਓ ਵੀ ਕੀ ਕੀ ਹੋ ਸਕਦਾ ਜਾਨੀ ਠੀਕ ਠੀਕ ਆ ਹੁਣ ਇਹਨਾਂ ਮੁਲਕਾਂ 'ਚ ਜਿਹੜੇ ਬੰਦੇ ਬੈਠੇ ਆ ਨਾ ਜੇ ਤੁਸੀਂ ਉਹਨਾਂ ਨੂੰ ਇਹ ਕਹੋ ਨਾ ਇਦਾਂ ਵੀ 2 ਡਾਲਰ ਦਿਹਾੜੀ ਦੇ ਕੱਢਣ ਦੀ ਗੱਲ ਆ 올 ਰਾਈਟ ਠੀਕ ਆ ਪਰਿਵਾਰ ਲਈ ਠੀਕ ਆ ਠੀਕ ਆ ਹੁਣ ਘਰ ਦੇ ਵਿੱਚ ਤਿੰਨ ਤਿੰਨ ਜੀਵੀ ਕੰਮ ਕਰਦੇ ਆ ਤੇ ਜਿਹੜਾ ਪਹਿਲਾ ਰਿਐਕਸ਼ਨ ਹੁੰਦਾ ਨਾ ਬੰਦੇ ਦਾ ਉਹ ਮੈਂਜੋਰਟੀ 'ਚ ਜਿਹੜੇ ਬੰਦੇ ਆ ਉਹ ਇਹ ਕਹਿਣਗੇ ਵੀ ਜੀ ਹਾਂ ਦੇਖ ਲਓ ਸੋਚ ਲਓ ਪਰ ਕਈ ਪਰਿਵਾਰ ਜਿਹੜੇ ਉਹਨਾਂ ਲਈ ਜਾਊ ਕਹਿਣਗੇ ਵੀ ਪਰਿਵਾਰਾਂ ਲਈ ਔਖਾ ਹੋਣਾ ਆ ਹੂੰ ਜੋ ਕਹਿਣਗੇ ਕਿ ਕਈ ਪਰਿਵਾਰਾਂ ਨੇ ਬੁਰਾ ਮਨਾਉਣਾ ਆ। ਹੂੰ। ਕਈਆਂ ਤੋਂ ਹੁਣਾ ਨਹੀਂ ਜੀ। ਹੂੰ। ਐਦਾਂ। ਤੇ ਤੈ ਕਈਆਂ ਦਾ ਠੇਕਾ ਲਿਆ ਤੂੰ ਕਾਤੇ ਬਲਾਰਾ ਬਣ ਗਿਆ ਕਈਆਂ ਦਾ। ਆਪਣੀ ਗੱਲ ਗਿਆ। ਤੂੰ ਆਪਣਾ ਕਹਿ। ਹੂੰ। ਤੇ ਭਾਈ ਮੇਤੋਂ ਨਹੀਂ ਅਫੋਰਡ ਹੋਣਾ ਇਹਨਾਂ। ਠੀਕ ਆ? ਤਾਂ ਕਿ ਅਗਲਾ ਕਹਿ ਦੇਵੇ ਫੇ ਤੂੰ ਹੋਰ ਕੁਝ ਕਰ ਲੈ ਸਾਡਾ ਸਿਰ ਨਾ ਖਾਇਆ ਕਰ। ਯਾ ਠੀਕ ਆ। ਇੱਕ ਨਹੀਂ ਤੂੰ ਪੰਥ ਦਾ ਠੇਕਾ ਕਦੇ ਚੱਕੀ ਫਿਰਦਾ ਤੂੰ ਫਿਰ ਹੂੰ 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 ਤੂੰ ਟੱਕਰ ਤੋਂ ਉਹਨਾਂ ਨਾਲ ਲੈਣ ਲੱਗਾ ਹੈ ਜਿਹੜੇ ਬੰਦੇ 50 50 ਏਕੜ ਜਿਨ੍ਹਾਂ ਦੀ ਹੁਣ ਲੋਂਗੋ ਵਾਲੇ ਅਰਗੇ ਬੰਦੇ ਆ ਟੋੜੇ ਅਰਗੇ ਬੰਦੇ ਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਵੀ ਉਹਨਾਂ ਦੇ ਘਰ ਉਦਾਂ ਦੇ ਹੀ ਸੀ ਠੀਕ ਆਪਣੇ ਘਰੋਂ ਜਾਣੀ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਵੀ 50 50 ਬੰਦੇ ਹਰ ਵੇਲੇ ਬੈਠੇ ਰਹਿੰਦੇ ਆ ਠੀਕ ਕੋਣ ਉਹ ਬੰਦੇ ਸਾਰਾ ਕੁਝ ਕਰਕੇ ਉਹਨਾਂ ਨੂੰ ਤੁਸੀਂ ਕੌਮ ਦੇ ਗद्दार ਕਹਿਣ ਲੱਗੇ ਹੋ ਹੂੰ ਜਿਹੜੇ ਕੁਝ ਵੀ ਕਰ ਸਕਦੇ ਤੁਸੀਂ ਜਾਣੀ ਆਲਰਾਇਟ ਹਰ ਇੱਕ ਕਮੇਟੀ ਨੂੰ ਭੰਡਣ ਲੱਗਿਓ ਆ ਤੁਸੀਂ ਜਾਣੀ ਹਮ ਹੈਨਾ ਹੁਣ ਉਹ ਪ੍ਰੋਬਲਮ ਕਿੱਥੇ ਸਾਡੇ ਅਸੀਂ ਅਸੀਂ ਕਹਿੰਨੇ ਵੀ ਮੈਨੂੰ ਪਤਾ ਹੋਵੇ ਕੀ ਕਰਨਾ ਹੈ ਹੁਣ ਜੇ ਜੇ 2 ਡਾਲਰ ਵੀ ਦਿਹਾੜੀ ਤੇ ਦੇਣੇ ਆ ਨਾ ਬੰਦੇ ਨੇ ਉਹ ਇਹ ਕਹਿ ਰਿਹਾ ਹੈ ਵੀ ਦੱਸੋ ਪਹਿਲਾਂ ਪਲਾਨਿੰਗ ਕੀ ਆ ਮਤਲਬ ਪਲਾਨਿੰਗ ਦੱਸੋ ਫਿਰ ਉਹ ਚੇਂਜ ਕਰੇ ਜੇ ਤੁਸੀਂ ਮੰਨੋ ਤੇ ਹੁਣ ਜੇ ਜੇ ਉਹਦੇ ਕੋਲ ਪਲਾਨ ਦੇਣ ਦੀ ਸ਼ਮਤਾ ਹੁੰਦੀ ਤੇ ਫਿਰ ਉਹ ਵੀ ਢੜੀਆਂ ਵਾਲਿਆਂ ਕੋਈ ਕੰਮ ਕਰਦਾ ਹੁੰਦਾ ਹੁਣ ਉਹ ਹੈ ਨਹੀਂ ਠੀਕ ਆ ਪਰ ਉਹਨ ਸਲਾਹ ਦੇਣੀ ਆ ਫਿਰ ਜੇ ਤਾਂ ਸਲਾਹ ਮੰਨ ਲਈ ਤੁਸੀਂ ਫਿਰ ਤੁਸੀਂ ਉਦਾਂ ਸੱਤਿਆ ਨਾਲ ਤੁਹਾਡਾ ਹੋ ਜਾਣਾ ਤੁਹਾਡੀ ਪਲੈਨਿੰਗ ਦੀ ਜਿਹੜੀ ਕਮੀ ਨਹੀਂ ਹੁਣਾਂ ਫੇਰ ਉਹਦੀ ਸਲਾਹ ਨਾਲ ਥੋੜਾ ਚੱਲਣਾ ਜੇ ਤੁਸੀਂ ਨਾ ਮੰਨੀ ਫਿਰ ਹੁਣ ساری ਉਮਰ ਕੰਨ ਖਾਈ ਜਾਣੀ ਆ ਤੇ ਮੈਂ ਤਾਂ ਕਿਹਾ ਸੀ ਮੰਨੇ ਨਹੀਂ ਇਹ ਸੁਣਦੇ ਨਹੀਂ ਡਿਕਟੇਟਰਸ਼ਿਪ ਕਰਦੇ ਆ ੱੱਕਾ ਕਰਦੇ ਆ ਜੀ ਕਦੇ ਮਰਜ਼ੀ ਕਰਦੇ ਆ ਬਸ ਕੋਈ ਸਲਾਹ ਥੋੜਾ ਲੈਂਦੇ ਕਿਸੇ ਦੀ ਇਹ ਇਦਾਂ ਥੋੜੀ ਕੰਮ ਚੱਲਦੇ ਹੁੰਦੇ ਆ ਉਹ ਬਿੰਜਿੰਗ ਮੋਰਨਿੰਗ ਕਰਕੇ ਸਾਰਿਆਂ ਦੇ ਅੰਦਰ ਜ਼ਹਿਰ ਭਰਨੀ ਆ ਯਾ ਠੀਕ ਹੈ ਹਾਲਾਂਕਿ ਸਾਈਕੋਲੋਜਿਸਟ ਕਹਿੰਦੇ ਆ ਕਿ ਜੇ ਨਾ ਇੱਕ ਪਰਿਵਾਰ ਹਾਂਜੀ ਇੱਕ ਸੰਸਥਾ ਇੱਕ ਗਰੁੱਪ ਕੋਈ ਟੀਮ ਜੇ ਸੱਤ ਬੰਦੇ ਠੀਕ ਐਵਰੇਜ ਹਮ ਸੱਤ ਬੰਦੇ ਪੂਰਾ ਜ਼ੋਰ ਲਾ ਕੇ ਪੋਜ਼ਿਟਿਵਲੀ ਕੰਮ ਕਰਨੇ ਵਾਲੇ ਆ ਸਾਰੇ ਇੱਕ ਦੂਜੇ ਦਾ ਤੁਹਾਡਾ ਬੋਡੀ ਨਹੀਂ ਚੱਲਦਾ ਹਾਂ ਹੈਨਾ ਪੇ ਹੁਣ ਅੱਖਾਂ ਦੀ ਇਧਰੋਂ ਖੜਾਕਾ ਹੋਇਆ ਐਦਾਂ ਕੰਨਾਂ ਨੂੰ ਸੁਣਿਆ ਉਹ ਨਹੀਂ ਫਟਾਫਟ ਐਦਾਂ ਅੱਖਾਂ ਨੂੰ ਬ੍ਰੇਨ ਨੇ ਸੁਨੇਹਾ ਦੇ ਦਿੱਤਾ ਵੀ ਦੇਖ ਕੀ ਆ ਹੈਨਾ ਉਹ ਕਰਕੇ ਉਹ ਅੱਖਾਂ ਨੇ ਕਿਹਾ ਵੀ ਨਹੀਂ ਮੈਨੂੰ ਦੇਖ ਨਹੀਂ ਰਿਹਾ ਕੁਝ ਵੀ ਫੇ ਉਹਨੂੰ ਮੂੰਹ ਨੂੰ ਕਮਾਂਡ ਦੇ ਦਿੱਤੀ ਪੇ ਆਵਾਜ਼ ਮਾਰ ਕੇ ਇਸ ਵਾਲੇ ਦੁਆਲੇ ਬੰਦੇ ਨੂੰ ਉੱਚੀ ਦਾ ਅਗਲਾ ਦੂਜੇ ਕੰਬੇ ਤੇ ਫਲਾਨਿਆਂ ਦੇਖੀ ਬਾਹਰ ਕਾਉਣਿਆਂ ਬਈ ਠੀਕ ਹੈ ਹੁਣ ਸਰੀਰ ਇਦਾਂ ਕੰਮ ਕਰਦਾ ਸਾਡਾ ਨਾ ਉਹ ਮੰਨ ਲਓ 7 ਬੰਦੇ ਇੱਕ ਬਾਡੀ ਵਾਂਗ ਬਾਡੀ ਦੇ ਆਰਗਨ ਵਾਂਗ ਸਾਰੇ ਅੰਗਾਂ ਵਾਂਗ ਇੱਕ ਦੂਜੇ ਨਾਲ ਕੋਆਪਰੇਟ ਕਰ ਰਹੇ ਹੈ ਹੈਨਾ ਉਹਨਾਂ ਚੋਂ ਇੱਕ ਜਣਾ ਜਿਹੜਾ ਨੈਗੇਟਿਵ ਐਟੀਟਿਊਡ ਵਾਲਾ ਹੈ ਜਿਹੜਾ ਇਦਾਂ ਦੇ ਸਵਾਲ ਆਇਆ ਵੀ ਕਿੱਥੇ ਫਸਾ ਦਿੱ ਯਾਰ ਕੀ ਇਹ ਦੱਸਦੇ ਹੀ ਨਹੀਂ ਕਿਸੇ ਨੂੰ ਵੀ ਤੁੱਕਾ ਕਰੀ ਜਾਂਦੇ ਐਦਾਂ ਗੁਲਾਮ ਥੋੜੀ ਅਸੀਂ ਯਾਰ ਐਦਾਂ ਮਤਲਬ ਇਸ ਐਟੀਟਿਊਡ ਵਾਲਾ ਉਹ ਸੱਤਾ ਦੀ એનર્ਜੀ ਖਾ ਜਾਂਦਾ ਬਿਲਕੁਲ ਬਿਲਕੁਲ ਜਣੀ ਸੱਤ ਕੰਮ ਕਰਨੇ ਵਾਲੇ ਆ ਇੱਕ ਨੈਗੇਟਿਵ ਐਟੀਟਿਊਡ ਵਾਲਾ ਤੇ ਉਹ ਟੀਮ ਦੀ ਪਰਫਾਰਮੈਂਸ ਜ਼ੀਰੋ ਹੋਊਗੀ ਯਾ ਸੱਤ ਸਾਡਾ ਗਿਆਨ ਫਿਰ ਕਿਸ ਕੰਮ ਆਊਗਾ ਜੇ ਅਸੀਂ ਮਨਨ ਦੇ ਦੂਜੇ ਨੂੰ ਲੱਭ ਦਿੰਦਾ ਵੀ ਸਾਡੇ 'ਚ ਤਾਂ ਜੇ 17 ਦੀ ਟੀਮ ਆ ਨਾ ਤੇ ਇੱਕ ਕੰਮ ਕਰਨੇ ਵਾਲਾ ਤਾਂ 69 ਜਿਹੜੇ 네ਗਟਿਵ ਵਾਲੇ ਹਾਂ ਤਾਂ ਹੀ ਤਾਂ ਕੁਝ ਪ੍ਰਾਪਤ ਨਹੀਂ ਕਰ ਰਹੇ ਸੀ ਇਹ ਐਸੀ ਦੇਖੀਏ ਨਾ ਦੂਜੀ ਸਾਈਡ ਜਿਹੜੇ ਡੇਰੇ ਬਣੇ ਨੇ ਉਹ ਇਸੇ ਇਸੇ ਕਰਕੇ ਤਾਂ ਬਣੇ ਨੇ ਇੱਕ ਬੰਦਾ ਕਰਦਾ ਹੈ ਤੇ ਦੂਜੇ ਫੋਲੋ ਕਰਦੇ ਜੋ ਕਹਿੰਦਾ ਉਦਾਂ ਚੱਲਦਾ ਸਿਸਟਮ ਉਹਦੇ ਵਿੱਚ ਵੀ ਉਹਦੇ ਚ ਵੀ ਇਹ ਹੈ ਨਾ ਅਕਲੇ ਅਕਲੀ ਹਾਂ ਨੇ ਅਲਝਾ ਕੇ ਰੱਖਿਆ ਆ ਤੁਹਾਨੂੰ ਇਦਾਂ ਨਹੀਂ ਚੱਲ ਸਕਦਾ ਜੇ ਉਹ ਡੇਰੇ ਵਾਲੇ ਵੀ ਅੱਜ ਹਾਂਜੀ ਇਹਨਾਂ ਨੂੰ ਉਹਨਾਂ ਲੋਕਾਂ ਨੂੰ ਕਹਿ ਦੇਣ ਜਿਹੜੇ ਇੱਥੇ ਕੰਮ ਕਰਨੇ ਵਾਲੇ ਆ ਵੀ ਇਹਦੇ ਨਾਲ ਕੋਈ ਪਾਪ ਪੁੰਨ ਨਹੀਂ ਹੈਗਾ ਹੂੰ ਹੂੰ ਕੋਈ ਤੁਹਾਨੂੰ ਫਲ ਨਹੀਂ ਮਿਲਣਾ ਇਹਦਾ ਮੁੜ ਕੇ ਦੇਖ ਲਿਓ ਕਰਵਾ ਕੇ ਸਰਬ ਉਹ ਤਾਂ ਉਹ ਤਾਂ ਮਨਾ ਨਹੀਂ ਉਹਨਾਂ ਤੇ ਦਬਾਅ ਪਾ ਕੇ ਰੱਖਿਆ ਆ ਠੀਕ ਆ ਤੇ ਤੁਹਾਡੇ ਪਿਛਲੇ ਕਰਮਾਂ ਦੇ ਜਿਹੜੇ ਭੇੜੇ ਹੈਗੇ ਤੁਹਾਡੇ ਕਰਮ ਉਹਨਾਂ ਕਰਕੇ ਹੱਥ ਕਈਫਾ ਹੈ ਨਾ ਕਿ ਹੁਣ ਮੇਰਾ ਕਹਿਣਾ ਮੰਨ ਲਓ ਅਗਲੇ ਜਨਮ ਦੇ ਵਿੱਚ ਤੁਹਾਨੂੰ ਪੁਨ ਹੋਊਗਾ ਸਾਰਾ ਤਾਂ ਲੱਗਿਓ ਆਹੋ ਠੀਕ ਆ ਜੇ ਧੁੰਦੇ ਹੋਣਾਰਗੇ ਪੰਥਪ੍ਰੀਤ ਹੋਣਾਰਗੇ ਜਿਹੜੇ ਆ ਨਾ ਅਸੀਂ ਕਹਿੰਦੇ ਸੰਸਥਾਵਾਂ ਨਹੀਂ ਖੋਲਦੇ ਕਰਦੇ ਨਹੀਂ ਕਾਤੇ ਨਹੀਂ ਕਰਦੇ ਉਹ ਉਹਨਾਂ ਨੂੰ ਪਤਾ ਆ ਕਿ ਇਹਨਾਂ ਨੂੰ ਤਾਂ ਲੁੱਟ ਲਓ ਹੂੰ 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 ਇਹ ਤਾਂ ਭੇਡਾਂ ਐ ਮੰਨ ਲਓ ਇਹਨਾਂ ਨੂੰ ਆਲਰਾਇਟ ਜਿੱਥੇ ਜਾਣੀ ਨਾ ਤੇ ਇੱਕ ਵਾਰੀ ਜੇ ਇਦਾਂ ਹੈਗੇ ਆ ਹੁਣ ਜਦੋਂ ਬੰਦਾ ਇਦਾਂ ਕਰਦਾ ਕਿ ਇਧਰ ਮੈਂ ਦੇਖਿਆ ਫੋਨ ਕਰਦਾ ਬੰਦਾ ਤੇ ਭਾਜੀ ਇਹ ਤਾਂ ਕਰਨਾ ਹੀ ਪੈਣਾ ਕੰਮ ਮੈਂ ਤਾਂ ਦੇਖ ਲਿਆ ਹੈਨਾ ਤੇ ਤਾਂ ਕੁਝ ਹੁਣ ਤਾਂ ਅੱਧ ਹੋ ਗਈ 올 ਰਾਈਟ ਹੈਨਾ ਤੇ ਕੋਈ ਕੁ ਸਟੈਪ ਲਾਉ ਜਾਨੀ ਹਮ ਨਾਲਿਆਂ ਅਸੀਂ ਹਾਂ ਠੀਕ ਹੈ ਹੁਣ ਉਸ ਵੇਲੇ ਤੁਸੀਂ ਕਹੋ ਪਹਾਂ ਪੇ ਚਲੋ ਜੀ ਫਰਾਨੀ ਜਗਾ ਇਦਾਂ ਹੁਣ ਮਤਲਬ ਸਿੱਖ ਲਰਨਿੰਗ ਸੈਂਟਰ ਖੋਲਿਆ ਹਾਂਜੀ ਹੈਨਾ ਪੇ ਇਦਾਂ ਪੇ ਇਦਾਂ ਚਲੋ ਤੁਸੀਂ ਵੀ ਦੇਖੋ ਭਾਈ ਆਪਣਾ ਹੁਣ ਬੰਦਾ ਕੋਮਾਂ ਲੰਡ ਇੰਗਲੈਂਡ ਤੋਂ ਫੋਨ ਕਰੇ ਕੈਨੇਡਾ ਤੋਂ ਫੋਨ ਕਰੇ ਪੇ ਤੁਸੀਂ ਵੀ ਆਪਣੇ ਏਰੀਆ ਦੇ ਵਿੱਚ ਪਾਜੀ ਬਿਲਕੁਲ ਜਦੋਂ ਹੁੰਦਾ ਦੱਸੋ ਪਾਜੀ ਕੋਈ ਨਹੀਂ ਠੀਕ ਹੈ ਫਿਰ ਤੁਸੀਂ ਜਦੋਂ ਇਦਾਂ ਕਹਿੰਨੇ ਦੱਸਦੇ ਆ ਇਦਾਂ ਹੈਨਾ ਫਿਰ ਬੰਦਾ ਇੰਨੀ ਥੱਲੇ ਨੀਵਾ ਡਿੱਗ ਜਾਂਦਾ ਨਾ ਜਿਹੜਾ ਬੰਦਾ ਲੱਖ 2 ਲੱਖ ਦੀ ਗੱਲ ਕਰ ਰਿਹਾ ਉਹ ਇੰਨਾ ਨੀਵਾ ਡਿੱਗ ਜਾਂਦਾ ਹੈ ਇਹੋ ਪ੍ਰੈਕਟੀਕਲ ਦੀ ਹੁੰਦੀ ਆ ਹੁਣ ਇਹ ਧੁੰਦੇ ਪੰਥਪ੍ਰੀਤ ਹੁਣੀ ਕੀ ਕਰਦੇ ਆ ਜਦੋਂ ਅਗਲਾ ਕਹਿੰਦਾ ਆ ਉਸੇ ਬਿੱਲੇ ਫਟਾਫਟ ਇਹਨਾਂ ਨੂੰ ਇਹ ਹੁੰਦਾ ਪਈ ਹੁਣ ਇਹਨੂੰ ਪਈ ਉੱਥੇ ਸਕੂਲ ਚਲਾਉਣੇ ਆ ਜੀ ਹਾਂਜੀ ਹਣਾ ਪਈ ਅਸੀਂ ਉੱਥੇ ਬੱਚਿਆਂ ਦੀਆਂ ਫੀਸਾਂ ਵੀ ਦੇਈ ਦਿਆਂ ਜੀ ਇਦਾਂ ਲੋ ਤੁਹਾਡੇ ਵਰਗੇ ਬਹੁਤ ਪਰਿਵਾਰ ਆ ਜਿਹੜੇ ਸਾਥ ਦਿੰਦੇ ਪਈ ਬੱਚੇ ਫੇ ਉੱਥੇ ਇਦਾਂ 40 45 ਬੱਚਿਆਂ ਦੀ ਫੀਸ ਦਿੰਨੇ ਆ ਅਸੀਂ ਹਣਾ ਪਈ ਹਸਪੀਟਲ ਆ ਉਹਦੇ ਵਿੱਚ ਅਸੀਂ ਫ੍ਰੀ ਇਲਾਜ ਕਰਾਉਣੇ ਆ ਹੂੰ 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 ਇਦਾਂ ਮਤਲਬ ਪਈ ਹੁਣ ਇਹ ਦਇਆ ਦੇ ਘਰ ਵਿੱਚ ਆਇਆ ਆ ਮੁੰਨ ਲਾਓ ਹੁਣ ਫਟਾਫਟ ਇਹਨੂੰ ਲੈ ਕੇ ਤਾਂ ਫੇ ਮੁੱਕਾ ਸਾਹਮਣੇ ਹੀ ਨਾ ਹਾਂ ਉਹ 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 ਉਸ ਪਾਸੇ ਤਾਂ ਨਹੀਂ ਜਾ ਰਿਹਾ ਸਾਡੇ ਅੱਗੂ ਜਿੰਨੇ ਆ ਉਹ ਪਿਛਟ ਤਾਂ ਹੀ ਹੋਏ ਸਾਡੀ ਬਿਰਤੀ ਕਰਕੇ ਹਮ ਹੁਣ ਇਹ ਜਿਹੜਾ ਅਜ਼ਮੀਰ ਸਿੰਘ ਵਰਗੇ ਸਕਾਲਰ ਆ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ ਹਮ ਯਾ ਠੀਕ ਆ ਹੁਣ ਸਾਨੂੰ ਕਾਲੀ ਜਿਹੜੀ ਆ ਨਾ ਉਹ ਇਸ ਗੱਲ ਦੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਬਦਲਾ ਲਿਆ ਦੇਣਾ ਆ ਹਮ ਠੀਕ ਆ ਸਾਨੂੰ ਐਟੀਟਿਊਡ ਜਿਹੜਾ ਹੈ ਨਾ ਉਹਦੇ ਉੱਤੇ ਕੰਮ ਕਰਨ ਦੀ ਲੋੜ ਆ ਨਹੀਂ ਵੀ ਸਾਡੇ ਅੰਦਰ ਜਿਹੜੀ ਨਾ ਕੁਰਬਾਨੀ ਦੀ ਗੱਲ ਆ ਤਿਆਗ ਦੀ ਗੱਲ ਆ ਕੁਛ ਆਪਾਂ ਵਾਰਨੇ ਦੀ ਗੱਲ ਆ ਜਿਹੜੀ ਦੀਵੇ ਦੇ ਆਪਣੀ ਬੱਤੀ ਸਾੜਨ ਵਾਲੀ ਗੱਲ ਆ ਉਹ ਸਾਡੇ ਅੰਦਰ ਕਿਦਾਂ ਭਰੀ ਜਾਵੇ ਪੈਸ਼ਨਿਕ ਵਰੀ ਗੁਲਜਾਰ ਸਿੰਘ ਅੱਜ ਤੋਂ 12-13 ਸਾਲ ਪਹਿਲਾਂ ਦੀ ਗੱਲ ਆ ਮੇਰੀ ਉਹਦੇ ਨਾਲ ਡਿਸਕਸ਼ਨ ਹੋਈ ਸੀ ਮੈਂ ਕਿਹਾ ਜਿਹੜਾ ਪ੍ਰਚਾਰ ਆ ਨਾ ਸਾਡਾ ਸਾਡਾ ਸਾਰਾ ਜੋਰ ਇਦਾਂ ਗਿਆਨ ਦੇਣ ਤੇ ਲੱਗਾ ਆ ਠੀਕ ਹੈ ਜਾਂ ਤਾਂ ਅਸੀਂ ਇਤਿਹਾਸ ਦੱਸੀ ਜਾਨੇ ਆ ਪਰ ਗੁਰੂ ਹੁਣ ਅਸੀਂ ਆਈ ਸੰਗਤ ਨੂੰ ਜਿਹੜੀ ਦਾਦੀ ਨੂੰ ਮਾ ਨੂੰ ਦਾਦੇ ਨੂੰ ਹਨਾ ਤੇ ਦੂਜੇ ਪਾਸੇ ਪੋਤੇ ਨੂੰ ਬੱਚੇ ਨੂੰ ਉਹ ਸਾਖੀ ਸੁਣਾ ਕੇ ਸਹਿਬਜ਼ਾਦਿਆਂ ਦੀ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਗੁਜਰਕੌਰ ਨੇ ਸਾਖੀਆਂ ਸੁਣਾ ਕੇ ਇਦਾਂ ਜੋਰਾਵਰ ਸਿੰਘ ਬਣਾਤੇ ਸੀ ਉਹਨੀਆਂ ਚ ਚਣ ਹੋ ਗਏ ਸੀ ਹਨਾ ਤੇ ਤੁਸੀਂ ਇਦਾਂ ਸੁਣਾਓ ਉਹਨਾਂ ਨੂੰ ਹਮ ਇਹ ਦੇਣਾ ਚਾਹੁੰਦੇ ਸੀ ਸਿੱਧਾ ਹੀ ਜਾ ਗੁਰਬਾਣੀ ਦੇਣੀ ਚਾਹੁੰਦੇ ਆ ਤੇ ਪੜ੍ਹਨੇ ਦੇ ਨਾਲ ਇਦਾਂ ਆ ਗੁਰਬਾਣੀ ਆ ਕਹਿੰਦੀ ਆ ਕਿ ਲੋਭ ਜਿਹੜਾ ਆ ਉਹ ਮੇਰੇ ਰੱਬਾ ਤੇ ਤਾਂ ਲੋਭਾ ਲੰਪਟ ਸੰਗ ਸਿਰ ਮੂਰੇ ਹਾਂ ਆਪ ਸਾਰੀ ਤਰ੍ਹਾਂ ਦਾ ਲੋਭ ਯਾਨੀ ਦੂਜੇ ਨੂੰ ਗੁਰਬਾਣੀ ਦਾ ਦੇਖ ਕੇ ਪ੍ਰਭਾਵ ਦਬਾ ਪਾ ਕੇ ਉੱਤੇ ਉਹਨੂੰ ਉਸ ਪਾਸੇ ਤੁਰਨਾ ਚਾਹੁੰਦੇ ਆ ਠੀਕ ਠੀਕ ਜਦ ਕਿ ਲੋੜ ਜਿਹੜੀ ਆ ਨਾ ਉਹ ਅੰਦਰ ਉਹ ਜਿਹੜਾ ਪੈਸ਼ਨ ਹੈ ਨਾ ਜਿੱਦਾਂ ਜਿੱਦਾਂ ਮੰਨ ਲਓ ਕੋਈ ਬੰਦਾ ਕਮਜ਼ੋਰ ਹੁੰਦਾ ਠੀਕ ਹਾਂ ਹੁਣ ਕੀ ਜ਼ਰੂਰੀ ਆ ਪੇ ਉਹਨੂੰ ਡਾਕਟਰ ਸਿੱਧਾ ਹੀ ਇਹ ਕਹਿੰਦਾ ਪੇ ਇਨੀ ਪ੍ਰੋਟੀਨ ਖਾ ਇਨੇ ਅੰਡੇ ਖਾ ਰੋਜ਼ ਐਂਦਾ ਹਨਾ ਪਹਿਲਾਂ ਉਹ ਦੇਖਦਾ ਚੈੱਕ ਕਰਦਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਨਾ ਪੇ ਇੱਕ ਤਾਂ ਇਹਨੂੰ ਭੁੱਖ ਨਹੀਂ ਲੱਗ ਰਹੀ ਹਾਂ ਹਨਾ ਭੁੱਖ ਲੱਗਣਾ ਨਾ ਲੱਗਣ ਦਾ ਕਾਰਨ ਇਹ ਆ ਪੇ ਇਹਨੂੰ ਪਚ ਨਹੀਂ ਰਿਹਾ ਠੀਕ ਠੀਕ ਆ ਹੁਣ ਉਹ ਉਹ ਕਾਰਨ ਲੱਭਦਾ ਕਿਈ ਆ ਪਹਿਲਾਂ ਤਾਂ ਇਹਦਾ ਪਾਚਨ ਸਿਸਟਮ ਜਿਹੜਾ ਉਹ ਠੀਕ ਹੋਵੇ 올 ਰਾਈਟ ਹੈਨਾ ਤੇ ਹੋ ਸਕਦਾ ਕਬਜ਼ ਦੀ ਪ੍ਰੋਬਲਮ ਆ ਇਹਨੂੰ ਹੋ ਸਕਦਾ ਕੋਈ ਹੋਰ ਕੈਮੀਕਲ ਦੀ ਘਾਟ ਆ ਪਹਿਲਾਂ ਤਾਂ ਪਚਣਾ ਠੀਕ ਹੋਵੇ ਫਿਰ ਉਹਨੂੰ ਭੁੱਖ ਲੱਗਣ ਲੱਗੇ ਠੀਕ ਹੈਨਾ ਹੁਣ ਪਚਣਾ ਠੀਕ ਹੋ ਗਿਆ ਭੁੱਖ ਲੱਗਣ ਲੱਗ ਪਈ ਫਿਰ ਇਹਨੂੰ ਮੈਂ ਡਾਈਟ ਦੇ ਕੇ ਫਿਰ ਇਹਨੂੰ ਮੈਂ ਕਹਾ ਪਈ ਹੁਣ ਐਕਸਰਸਾਈਜ਼ ਕਰਨ ਲੱਗ ਨਾਲ 올 ਰਾਈਟ ਠੀਕ ਹੈ ਬੈਲੈਂਸਡ ਡਾਈਟ ਖਾ ਇਦਾਂ ਹੋਊਗਾ ਹੁਣ ਸਾਡੇ ਅੰਦਰ ਜਿਹੜੀ ਉਹ ਬਦਲਾਅ ਕਰਨ ਦੀ ਭੁੱਖ ਆ ਨਾ ਹਾਂਜੀ ਜਿਹੜੀ ਇਦਾਂ ਕੁਛ-ਕੁਛ ਚੇਂਜ ਕਰਨ ਦੀ ਭੁੱਖ ਆ ਹਾਂਜੀ ਪੈਸ਼ਨ ਹੈ ਜਿਹੜਾ ਉਹ ਹੈ ਨਹੀਂ ਸਾਡੇ ਅੰਦਰ ਠੀਕ ਹੈ ਅਸੀਂ ਗੱਲਾਂ ਕਰਕੇ ਆਪਣਾ ਗੁੱਬਗੁਬਾਰ ਕੱਢ ਕੇ ਤਸੱਲੀ ਦੇ ਲੈਂਦੇ ਆ ਆਪਣੇ ਆਪ ਨੂੰ ਰਾਈਟ ਠੀਕ ਹੈ ਨਹੀਂ ਤਾਂ ਜਿੰਨੇ ਬੰਦੇ ਅੱਜ ਗੱਲਾਂ ਕਰਨੇ ਆਲੇ ਆ ਨਾ ਹਾਂਜੀ ਇੰਨੇ ਬੰਦੇ ਤਾਂ ਮੈਂ ਕਹਿੰਨਾ ਹਰੇਕ ਸਾਲ ਠੀਕ ਇੰਨੀ ਗਿਣਤੀ ਹਾਂਜੀ ਹਰੇਕ ਸਾਲ ਇੱਕ ਸ਼੍ਰੋਮਣੀ ਕਮੇਟੀ ਖੜੀ ਕਰਨ ਲੜ ਬਿਲਕੁਲ ਬਿਲਕੁਲ ਹੂੰ ਜੋਨੇ 15-20 ਗੁਰਦੁਆਰੇ ਹਾਂਜੀ ਵਰਲਡਵਾਈਡ ਸਾਲ ਦੇ ਵਿੱਚ ਖੜੇ ਹੋਣੇ ਕੋਈ ਵੱਡੀ ਗੱਲ ਨਹੀਂ ਹੈਗੀ ਜਿੰਨੀ ਗਿਣਤੀ ਆ ਲੋਕਾਂ ਦੀ 올 ਰਾਈਟ ਹੂੰ ਹੂੰ ਠੀਕ ਆ ਪਰ ਹੈ ਕੀ ਆ ਹਰੇਕ ਬੰਦਾ ਗੱਲਾਂ ਕਰਕੇ ਇਦਾਂ ਆਸੇ ਰੱਖਦਾ ਵੀ ਇਹ ਜਿਹੜੇ ਬੰਦੇ ਕਰ ਰਹੇ ਆ ਨਾ ਇਹਨਾਂ ਕੋ ਬਹੁਤ ਜ਼ਿਆਦੇ ਸਾਧਨੇ ਆ ਇਹ ਕਰਨਗੇ ਤੇ ਮੈਂ ਫੇ ਮੈਂ ਮੋਜਾ ਲੁੱਟੂ ਕਿਉਂਕਿ ਮੈਂ ਚੰਗੇ ਪਾਸੇ ਗੱਲਾਂ ਕਰਕੇ ਉਹ ਚੰਗੇ ਪਾਸੇ ਖੜਨਾ ਚਾਹੁੰਦੇ ਬਸ ਗਿਆਨ ਗਿਆਨ ਹੈਗਾ ਨਾ ਨਾ ਅਸੀਂ ਅੱਗੇ ਲੱਗਣਾ ਨਾ ਪਿੱਛੇ ਲੱਗਣਾ ਉਹ ਇਨਫੋਰਮੇਸ਼ਨ ਹੀ ਆ ਜਾਣੀ ਗਿਆਨ ਦੀ ਖਾਦੀ ਹੈ ਨਾ ਅੱਛਾ ਉਹ ਹੁਣ ਲੋਡ ਜਿਹੜੀ ਆ ਲੋਡ ਤਾਂ ਇਹ ਆ ਕਿ ਇਹ ਜਿਹੜੀ ਹਨਾ ਨੋਟ ਟੂ ਚੇਂਜ ਦੀ ਬਿਰਤੀ ਆ ਸਾਡੀ ਉਹਨੂੰ ਸਪਰੈਸ ਕਰਨ ਦੀ ਆ ਤੇ ਇਹਨੂੰ ਅਜੇ ਪਾਸੇ ਰੱਖੋ ਹਾਂਜੀ ਠੀਕ ਆ ਵੀ ਜਿਹੜੀ ਤੈਨੂੰ ਇਹ ਬਿਮਾਰੀ ਲੱਗੀ ਹੋ ਨਾ ਵੀ ਮੈਨੂੰ ਸਾਰਾ ਕੁਝ ਪਤਾ ਹੋਵੇ ਫਿਰ ਜੇ ਪਤਾ ਨਹੀਂ ਹੈਗਾ ਫੇ ਕਰਾਂਗੇ ਕਿੱਦਾਂ ਰਾਈਟ ਇਹਨੂੰ ਕਾਬੂ ਕਰ ਹੂੰ ਠੀਕ ਆ ਤੂੰ 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 ਸਿੱਖ ਪੇ ਵਲੰਟੀਅਰ ਕਿੱਦਾਂ ਹੋਣਾ ਠੀਕ ਜਦੋਂ ਤੂੰ ਇਹ ਸਿੱਖ ਗਿਆ ਨਾ ਵੀ ਵਲੰਟੀਅਰ ਕਿੱਦਾਂ ਹੋਣਾ ਹੈ ਰਾਈਟ ਠੀਕ ਹੈ ਫਿਰ ਤੂੰ ਆਪਣੇ ਕੰਮ ਵਿੱਚ ਨਪੁੰਨ ਹੋ ਜਾਣਾ ਹਾਂਜੀ ਫਿਰ ਜਿਹੜੀ ਟ੍ਰੇਨਿੰਗ ਮਿਲਣੀ ਤੈਨੂੰ ਹਾਂ ਜਿਹੜਾ ਤੈਨੂੰ ਸਿਖਾਉਣਾ ਕਿਸੇ ਨੇ ਹਾਂ ਜਿਹੜੀ ਤੇਰੇ ਤੇ ਸੁਪਰਵਾਈਜ਼ਨ ਹੋਣੀ ਆ ਜਿਹੜੀ ਨਿਗਰਾਨੀ ਕਰਨੀ ਕਿਸੇ ਦੇ ਨੇਤੇ ਰੀਤੇ ਜੇ ਤੂੰ ਇਮਾਨਦਾਰ ਹੋਇਆ ਫਿਰ ਤੇਰੇ ਉੱਤੇ ਕਿਸੇ ਨਿਗਰਾਨ ਨੂੰ ਬਹਿਣਾ ਨਹੀਂ ਪੈਣਾ ਨਹੀਂ ਤੂੰ ਬਿਨਾਂ ਨਿਗਰਾਨੀ ਤੋਂ ਕੰਮ ਕਰਨ ਲੱਪੇਣਾ ਜਦੋਂ ਤੂੰ ਬਿਨਾਂ ਨਿਗਰਾਨੀ ਤੋਂ ਕਰਨ ਲੱਪਿਆ ਫਿਰ ਤੇਰੀ ਤਰੱਕੀ ਹੋ ਜਾਣੀ ਫਿਰ ਤੈਨੂੰ ਦੂਜਿਆਂ ਤੇ ਨਿਗਰਾਨੀ ਕਰਨ ਦੇ ਲਈ ਪ੍ਰਮੋਸ਼ਨ ਹੋ ਜਾਣੀ ਤੇਰੀ ਰਾਈਟ ਠੀਕ ਹੈ ਉੱਥੋਂ ਫਿਰ ਤੂੰ ਮੈਨੇਜਰ ਵੱਲ ਨੂੰ ਉੱਥੋਂ ਤੂੰ ਮਾਲਕ ਵੱਲ ਨੂੰ ਜਾਣਾ ਠੀਕ ਹੈ ਫਿਰ ਤੇਰੇ ਕੋਲ ਸਟਰੈਟਜੀ ਬਣਾਉਣ ਦਾ ਪਲੈਨਿੰਗ ਕਰਨ ਦਾ ਹੱਕ ਆ ਜਾਣਾ ਠੀਕ ਕਿਉਂਕਿ ਤੈਨੂੰ ਪਤਾ ਲੱਗ ਜਾਣਾ ਆ ਕਿ ਇੰਨੇ ਬੰਦਿਆਂ ਦੇ ਰਾਹੀਂ ਇੰਨਾ ਕੰਮ ਹੁੰਦਾ ਆ ਇੰਨਾ ਖਰਚਾ ਹੁੰਦਾ ਆ ਠੀਕ ਹੈ ਇੰਨੇ ਟਾਈਮ ਦੇ ਵਿੱਚ ਇੰਨਾ ਪ੍ਰਾਪਤ ਹੁੰਦਾ ਆ ਠੀਕ ਹੈ ਇੰਨਾ ਪ੍ਰਾਪਤ ਹੋ ਜਾਊਗਾ ਤਾਂ ਆ ਮਿਲਣਾ ਸਾਨੂੰ ਠੀਕ ਫਿਰ ਤੂੰ ਪਲੈਨਿੰਗ ਬਣਾਉਣ ਲੱਪੈਣਾ ਹੂੰ 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 ਠੀਕ ਹੈ ਹੁਣ ਉਹ ਪਲੈਨਿੰਗ ਜਿਹੜੀ ਆ ਤੇਰੀ ਤੇਰੇ ਪ੍ਰੈਕਟੀਕਲ ਵਿੱਚੋਂ ਨਿਕਲੀ ਹੋਣੀ ਆ ਠੀਕ ਹੈ ਠੀਕ ਹੈ ਫਿਰ ਉਹਦੇ ਵਿੱਚੋਂ ਤੇ ਤੇ ਵੈਲਿਊਏਟ ਕਰਦਾ ਜਾਣਾ ਆਪਣੇ ਆਪ ਨੂੰ ਕਿ ਮੈਂ ਆਹ ਪਲੈਨਿੰਗ ਕੀਤੀ ਸੀ ਇਹਦੇ ਵਿੱਚੋਂ ਆ ਮੈਂ ਅੰਦਾਜ਼ਾ ਲਾਇਆ ਸੀ ਇੰਨਾ ਮੈਨੂੰ ਪ੍ਰਾਪਤ ਹੋਇਆ ਹੁਣ ਅਗਲੀ ਵਾਰ ਜਿਹੜੀ ਪਲੈਨਿੰਗ ਆ ਨਾ ਉਹਦੇ ਵਿੱਚ ਮੈਂ ਖਰਚੇ ਜਿਹੜੇ ਆ ਉਹ ਥੋੜੇ ਜਿਹਾ ਜ਼ਿਆਦਾ ਵਧਾਵਾ ਆਲਰਾਇਟ ਠੀਕ ਹੈ ਮਾਰਜਨ ਆਪਣਾ ਘਟਾਵਾ ਤਾਂ ਕਿ ਮੈਂ ਬੈਲੈਂਸ ਰਹਾ ਆਲਰਾਇਟ ਠੀਕ ਹੈ ਫਿਰ ਦੂਜੀ ਵਾਰੀ ਦੂਜਾ ਪ੍ਰੋਜੈਕਟ ਹੈ ਉਹਦੇ ਵਿੱਚੋਂ ਤਾਂ ਏਵੈਲੂਏਟ ਕਰਨਾ ਹਾਂ ਠੀਕ ਹੈ ਹਾਂ ਬਸ ਕਰਦੇ ਕਰਦੇ ਨਹੀਂ ਕਰਦੇ ਕਰਦੇ ਨਹੀਂ ਤਾਂ ਐਕਸਪਰਟ ਹੋ ਜਾਣਾ ਫਿਰ ਜਿਹੜੇ ਤੇਰੇ ਐਸਟੀਮੇਟ ਹੈ ਨਾ ਉਹ ਸਾਰੇ ਐਕੂਰੇਸੀ ਦੇ ਲਾਗੇ ਚੱਲ ਜਾਣੇ ਆ ਯਾਹ ਠੀਕ ਹੈ ਫਿਰ ਉਹ ਜਿਹਨੂੰ ਅਸੀਂ ਕਹਿੰਨੇ ਆ ਬਲੈ ਜੀ ਬਚਨਾਂ ਦਾ ਬਲੀ ਆ ਜੀ ਬਿਲਕੁਲ ਠੀਕ ਹੈ ਇਹ ਤਾਂ ਵੀ ਜਿਹੜੀ ਗੱਲ ਕਹਿ ਦਿੰਦਾ ਨਾ ਉਹ ਪੂਰੀ ਹੋ ਜਾਂਦੀ ਜਿਹੜੀ ਗੱਲ ਕਹਿ ਦਿੰਦਾ ਕਰਕੇ ਦਿਖਾਉਂਦਾ ਹੈ ਯਾਹ ਠੀਕ ਹੈ ਉਹ ਆਪਣੇ ਆਪ ਤੇਰੇ ਐਕਸਪੀਰੀਅੰਸ ਤੇ ਰਹੀ ਪ੍ਰਗਟ ਹੋ ਜਾਣੀ ਆ ਹੁਣ ਹੁਣ ਕੀ ਆ ਅਸੀਂ ਵਲੰਟੀਅਰ ਨਹੀਂ ਹੋਣਾ ਚਾਹੁੰਦੇ ਅਸੀਂ ਕਰਨਾ ਨਹੀਂ ਚਾਹੁੰਦੇ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਸ਼ੱਕ ਭਰਦੀ ਆ ਬਿਲਕੁਲ ਬਿਲਕੁਲ ਸਾਨੂੰ ਡਰ ਇਹ ਆ ਕਿ ਸਾਡਾ ਐਕਸਪਲੋਇਟੇਸ਼ਨ ਹੋ ਜਾਣਾ ਠੀਕ ਹੈ ਕਰਨਾ ਵੀ ਚਾਹੁੰਦੇ ਆ ਭਰੋਸਾ ਨਹੀਂ ਕਰ ਸਕਦੇ ਅਸੀਂ 올ਰਾਈਟ ਠੀਕ ਹੈ ਉਸ ਇਸੇ ਕਰਕੇ ਸਾਨੂੰ ਆ ਬਿਮਾਰੀ ਜਿਹੜੀ ਨੋ ਟੂ ਚੇਂਜ ਦੀ ਲੱਗੀ ਹੋ ਆ ਭਈ ਜੋ ਕਰਨਾ ਆ ਉਹਦੇ ਲਈ ਮੈਨੂੰ ਮੈਂ ਕਈ ਬੰਦਿਆਂ ਨਾਲ ਗੱਲ ਕਰ ਸੀ ਨਾ ਕਿ 7-8 ਸਾਲ 8 ਸਾਲ ਉਹ 2010 ਦੀ ਗੱਲ ਆ 올ਰਾਈਟ ਜਦੋਂ ਤੁੰਡੇ ਦੀ ਪੇਸ਼ੀ ਸੀ ਹਾਂਜੀ ਉਦੋਂ ਗੱਲ ਕੀਤੀ ਕਈਆਂ ਦੇ ਨਾਲ ਪਿੱ ਇੱਕ ਸੰਸਥਾ ਬਣਾਈ ਹੈ ਅੰਤਰਰਾਸ਼ਟਰੀ ਠੀਕ ਹੈ ਠੀਕ ਹੈ ਉਹ ਤੇ ਚਲੋ ਇੱਨੇ ਵਿਦਵਾਨ ਆ ਭਾਈ ਤੁਸੀਂ 올 ਰਾਈਟ ਹੈਨਾ ਭਈ ਇਹ ਜਿਹੜਾ ਜਦੋਂ ਉਦੋਂ ਸਿੱਖ ਵੀ ਨਿਕਲਿਆ ਗਿਆ ਤਾਂ ਬਾਅਦ ਵਿੱਚ ਬਣਿਆ ਖੌਤੀ ਸੰਤਾ ਦੇ ਕੌਤਕ ਪੇਜ ਹੁੰਦਾ ਸੀ ਉਹਨਾਂ ਦਾ ਯੈਪ ਯੈਪ ਤੇ ਤੁਹਾਡੇ ਕੋਈ ਪੇਜ ਜਿਹੜੇ ਇਹਨਾਂ ਤੇ 2-2 ਲੱਖ 1.5 ਲੱਖ ਤੁਹਾਡੇ ਕੋਲ ਮੈਂਬਰ ਆ ਠੀਕ ਹੈ ਕੱਲੇ-ਕੱਲੇ ਗਰੁੱਪ ਕੋ 올 ਰਾਈਟ ਹੈਨਾ ਹੁਣ ਤੁਸੀਂ ਪੇਜ ਦੇਖ ਲਓ ਕਈਆਂ ਦੇ ਪੇਜ 3-3 ਲੱਖ ਫੋਲੋਅਰ ਆ ਉਹਨਾਂ ਦੇ 올 ਰਾਈਟ ਨਾ ਪਈ ਪਈ ਇਦਾਂ ਜੇ ਜੇ ਮੈਂ ਇਹਨਾਂ ਨੂੰ ਸਿੱਧਾ ਜਿਹਾ ਕਿਹਾ ਮੈਂ ਕਿਹਾ ਵੀ ਜੇ ਲੱਖ ਬੰਦਾ ਟਾਰਗੇਟ ਕਰ ਲਈਏ ਨਾ ਆਪਾਂ ਰਾਈਟ ਠੀਕ ਆ ਤੇ ਉਹ 10 ਡਾਲਰ ਮਹੀਨੇ ਦੇ ਕੱਢੇ ਰਾਈਟ ਠੀਕ ਹੈ ਠੀਕ ਆ ਤੇ 120 ਡਾਲਰ ਸਾਲ ਦੇ ਬਣਦੇ ਤੁਸੀਂ 100 ਰੱਖ ਲਓ ਠੀਕ ਹੈ ਸਾਲ ਦਾ ਹੂੰ ਹੂੰ ਵੀ 100 ਡਾਲਰ ਸਾਲ ਦਾ ਇੱਕ ਬੰਦਾ ਰਾਈਟ ਹਨਾ ਠੀਕ ਹੈ ਪੇ ਕਈ ਪਰਿਵਾਰ ਦੇ ਵਿੱਚ ਤਿੰਨ ਤਿੰਨ ਜੀ ਕੰਮ ਕਰਦੇ ਆ ਠੀਕ ਹੈ ਕਈ ਪਰਿਵਾਰਾਂ ਦੇ ਵਿੱਚ ਇਕੱਲਾ ਬੰਦਾ ਕੰਮ ਕਰਦਾ ਉਹਦੀ ਜੌਬ ਸੋਹਣੀ ਅਗਲੇ ਕਹਿੰਦਾ ਵੀ ਮੈਂ ਜੀ ਮਹੀਨੇ ਦਾ 100 ਕੱਢ ਦੂੰਗਾ ਕੋਈ ਗੱਲ ਨਹੀਂ ਜਦੋਂ ਜਦੋਂ ਪਰਿਵਾਰ ਨੇ 100 ਪਾਇਆ ਤਾਂ ਮੰਨ ਲਓ 10 ਮੈਂਬਰ ਉਹਦੇ ਹੋ ਗਏ ਹੁਣ ਕੋਈ ਬਿਜ਼ਨਸਮੈਨ ਹੀ ਅਗਲੇ ਕਹਿੰਦੇ 2-300 ਡਾਲਰ ਕੋਈ ਗੱਲ ਨਹੀਂ ਸਾਨੂੰ ਦੱਸੋ ਤੁਸੀਂ ਠੀਕ ਹੈ ਹਨਾ ਪੇ ਇਦਾਂ ਪੇ ਲੱਖ ਐਵਰੇਜ ਹੋਵੇ 100 ਡਾਲਰ ਸਾਲ ਦਾ ਕੱਢਣ ਆਲਰਾਇਟ ਤੇ ਇੱਕ ਸਾਲ ਦਾ 1 ਕਰੋੜ ਡਾਲਰ ਬਣਦਾ ਹੂੰ 100 ਲੱਖ ਡਾਲਰ ਹਾਂ ਯਾ ਯਾ ਠੀਕ ਆ ਉਹ ਮੈਂਬਰ ਜੇ ਉਹਨੂੰ ਤੁਸੀਂ ਇਦਾਂ ਕਨਵਿੰਸ ਕਰੋ ਐਜੂਕੇਟ ਕਰੋ ਵੀ ਤੁਸੀਂ ਇਹ ਆਸ ਨਾ ਰੱਖਿਓ ਤੁਸੀਂ 100 ਕਰੋੜ ਨਾ ਦੇਖਿਓ ਠੀਕ ਆ ਤੁਸੀਂ ਆਪਣੇ 10 ਦੇਖਿਓ ਬਿਲਕੁਲ ਮਹੀਨੇ ਦੇ 10 ਬਿਲਕੁਲ ਵੀ ਮੈਂ 10 ਦਿੰਦਾ ਉਹ ਜੇ ਇਹ ਸੈਕਰੀਫਾਈਜ਼ ਕਰ ਦੇਣ ਇੱਕ ਵਾਰੀ ਵੀ ਅਸੀਂ ਮਹੀਨੇ ਦਾ ਮਹੀਨੇ ਦੇ 10 ਸਾਲ ਦਾ 100 ਠੀਕ ਆ ਤੇ 5 ਸਾਲ ਲਈ ਅਸੀਂ ਨਹੀਂ ਪੁੱਛਾਂਗੇ ਜੀ ਵੀ ਕੋਈ ਆ ਹਾਂ ਠੀਕ ਹੈ ਤੇ ਜਿਹੜੇ ਜ਼ਿੰਮੇਵਾਰ ਹੋਣ ਉਹਨਾਂ ਦੇ ਉੱਤੇ ਫੇਰ ਹੋਵੇ ਜ਼ਿੰਮੇਵਾਰੀ ਫੇਰ ਭਾਈ ਜਦੋਂ ਮੀਟਿੰਗ ਹੋਣੀ ਆ ਜਦੋਂ ਕਿਤੇ ਜਾਣਾ ਟਿਕਟਾ ਆਪਣੇ ਕੋਲੋਂ ਲਾ ਕੇ ਜਾਣਾ ਠੀਕ ਹੈ ਉਹ ਜਿਹੜਾ ਪੈਸਾ ਹੈ ਉਹਨੂੰ ਕਿਤੇ ਨਾ ਖਰਚਿਆ ਜਾਵੇ ਠੀਕ ਹੈ ਠੀਕ ਹੈ ਸਾਲ ਬਾਅਦ ਮੀਟਿੰਗ ਹੋ ਕੇ ਫਿਰ ਤੁਸੀਂ ਤੈਅ ਕਰੋ ਫੇਰ ਭਾਈ ਜਿੱਥੇ ਪੰਜ ਪਰਿਵਾਰ ਜਿਸ ਸ਼ਹਿਰ ਵਿੱਚ ਜ਼ਿੰਮੇਵਾਰੀ ਲੈਣ ਨੂੰ ਤਿਆਰ ਆ ਠੀਕ ਹੈ ਫੇ ਸੰਸਥਾ ਜਿਹੜੀ ਆ ਇੱਕ ਸਵਿਧਾਨ ਬਣਾਇਆ ਜਾਊਗਾ ਠੀਕ ਹੈ ਸਵਿਧਾਨ ਉਹ ਇੱਕ ਟਰਸਟ ਦੇ ਅੰਡਰ ਹੋਊਗਾ ਠੀਕ ਹੈ ਠੀਕ ਹੈ ਵੀ ਸਪੋਜ਼ ਕਰੋ ਮਤਲਬ ਉਹਨੂੰ ਕਰ ਕਿਸੇ ਵੀ ਤਰ੍ਹਾਂ ਲਾਓ ਵੀ ਜੇ ਹੁਣ ਟੋਰਾਂਟੋ ਵਿੱਚ ਬੈਨਕੂਬਰ ਜਾਂ ਜਾਂ ਕੈਲੀਫੋਰਨੀਆ ਦੇ ਕਿਸੇ ਸ਼ਹਿਰ ਚ ਵੀ ਜੇ ਸ਼ਹਿਰ ਚ ਪੰਜ ਟੱਬਰ ਜ਼ਿੰਮੇਵਾਰੀ ਲੈਣ ਨੂੰ ਤਿਆਰ ਆ ਹਾਂਜੀ ਉੱਥੇ ਸੰਸਥਾ ਰਜਿਸਟਰ ਹੋਵੇ ਹਮਮ ਚਾਰ ਮੈਂਬਰ ਉਹਨਾਂ ਦੇ ਹੋਣ ਇੱਕ ਮੈਂਬਰ ਟਰਸਟ ਦਾ ਹੋਊਗਾ ਠੀਕ ਹੈ ਉਹ 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 ਮਿਲੀਅਨ ਡਾਲਰ ਜਾਂ 2 ਮਿਲੀਅਨ ਡਾਲਰ ਤੁਸੀਂ ਰੱਖੋ ਪਿਆਪਾ ਉਹਦੇ ਵਿੱਚੋਂ ਚੱਕ ਕੇ ਹੁਣ 10 ਲੱਖ ਡਾਲਰ ਤੁਸੀਂ ਦਿਓ ਠੀਕ ਹੈ ਤੇ ਇੱਥੇ ਗੁਰਦੁਆਰਾ ਖੋਲੋ ਪੇ ਸਾਲ ਦੇ 5-6 ਗੁਰਦੁਆਰੇ ਤੁਸੀਂ ਆਰਾਮ ਨਾਲ ਇੱਕ ਨਾਂ ਦੇ ਥੱਲੇ ਕਰ ਸਕਦੇ ਹੋ ਉਹਨੂੰ 5 ਸਾਲ 10 ਸਾਲ ਇਦਾਂ ਲੈ ਕੇ ਜਾਓਗੇ ਰਾਈਟ ਠੀਕ ਹੈ ਪੇ ਕਿਸੇ ਵੀ ਜਿਹੜੀ ਬਗਾਵਤ ਦੀ ਬੋ ਆਵੇ ਸ਼੍ਰੋਮਣੀ ਕਮੇਟੀ ਨੂੰ ਜਾਂ ਸਿਸਟਮ ਨੂੰ ਉਹ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਇੱਕ ਨਾਂ ਦੇ ਥੱਲੇ ਠੀਕ ਹੈ ਇੱਕ ਸੰਸਥਾ ਦੇ ਅੰਦਰ ਨੇੜੇ ਤੇੜੇ ਜਿਹੜੇ ਜਿੰਨੇ ਕ ਸ਼ਹਿਰਾਂ 'ਚ ਬਸੂ ਹੈਗੀ ਆ ਜਾਂ ਜਿੰਨੇ ਕ ਸ਼ਹਿਰਾਂ 'ਚ ਤੁਹਾਨੂੰ ਪਤਾ ਵੀ ਬੰਦੇ ਤੁਹਾਨੂੰ ਹੁਣ ਇਹ ਪਤਾ ਵੀ ਫ੍ਰਿਜਨੋ ਦੇ ਵਿੱਚ 100 ਬੰਦਾ ਆ ਠੀਕ ਹੈ ਨਾ ਤੁਸੀਂ 100 ਨਹੀਂ ਲੱਭਣਾ ਕਿਹੜਾ ਆ ਉਹ ਜਿਹੜਾ ਜਾਗਰੂਕਤਾ ਦੀ ਗੱਲ ਕਰਨੇ ਵਾਲਾ ਠੀਕ ਹੈ ਤੁਸੀਂ ਪੰਜ ਪਰਿਵਾਰ ਲੱਭਣੇ ਆ ਜਿਹੜੇ ਉਹਦੀ ਲੁੱਕ ਆਫਟਰ ਕਰ ਸਕਣ ਤਿਆਰ ਹੁਣ ਠੀਕ ਹੈ ਹੁਣ ਉਹ ਕਰਨੇ ਦੇ ਨਾਲ ਕਿੰਨੇ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਆ ਜਿਨ੍ਹਾਂ ਨੂੰ এমਪਲాయਮੈਂਟ ਮਿਲਣੀ ਆ ਕਿੰਨੇ ਰਾਗੀ ਜਥੇ ਹੁਣੇ ਆ ਜਿਨ੍ਹਾਂ ਨੂੰ এমਪਲాయਮੈਂਟ ਮਿਲਣੀ ਆ 6-6 ਮਹੀਨੇ ਲਈ ਵੀਜ਼ੇ ਲੱਗਣੇ ਆ ਹੈਨਾ ਬਈ ਕਾਲਜਾਂ ਤੋਂ ਰਾਗੀ ਜਥੇ ਵੀ ਪੂਰੇ ਨਹੀਂ ਹੁਣੇ ਰਾਇਟ ਠੀਕ ਹੈ ਹੁਣ ਉਹ ਕਰਕੇ ਇੱਕ ਸਟੇਜ ਦੇ ਉੱਤੇ ਜਾ ਕੇ ਹਨਾ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਕੋਲ ਜੀ 50 ਗੁਰਦੁਆਰੇ ਹੋ ਗਏ ਆ ਸਾਰੇ ਪਤਾ ਇੱਕ ٹرسٹ ਦੇ ਥੱਲੇ ਆ ਇੱਕ ਸਬਧਾਨ ਆ ਇੱਕ ਕਾਨੂੰਨ ਆ ਸਾਰਿਆਂ ਦੇ ਉੱਤੇ ਲਾਗੂ ਹੁੰਦਾ ਹਨਾ ਵੀ ਜਥੇ ਜਿਹੜੇ ਆ ਉਹਨਾਂ ਨੂੰ ਜਿਹੜੀਆਂ ਇਨਸਟਰਕਸ਼ਨਾਂ ਹੁੰਦੀਆਂ ਜੋ ਮਰਿਆਦਾ ਅਕਾਲ ਤਖਤ ਦੀ ਜੋ ਤੁਸੀਂ ਕਹਿ ਦਿੱਤੀ ਉਹ ਹੋ ਰਹੀ ਆ ਹਨਾ ਉਸ ਵੇਲੇ ਤੱਕ ਯਾਨੀ ਸਾਰਿਆਂ ਦੀ ਸਾਂਝੀ ਕਮੇਟੀ ਇੱਕ ਬਣ ਗਈ ਉਹਦਾ ਇੱਕ ਬਲਾਰਾ ਹੋ ਗਿਆ ਹਨਾ ਪਿਸ਼੍ਰੋਮਣੀ ਕਮੇਟੀ ਦੇ ਬਰਾਬਰ ਦੀ ਸੰਸਥਾ ਤੁਹਾਡੀ ਖੜ ਸਕਦੀ ਆ ਜਿਹਦੇ ਜਦੋਂ ਹੁਣ ਮੰਨ ਲਓ ਇੱਕ ਸ਼ਹਿਰ ਇੱਕ ਕੈਨੇਡਾ ਅਰਗੇ ਦੇਸ਼ ਦੇ ਵਿੱਚ 10 ਗੁਰਦੁਆਰੇ ਆ ਜੇ ਹੁਣ ਕਥਾਕਾਰ ਜਾਂਦਾ ਅਗਲੇ ਨੂੰ ਪਤਾ ਵੀ ਜੇ ਤਿੰਨ ਤਿੰਨ ਦਿਨ ਵੀ ਮੈਨੂੰ ਸ਼ਹਿਰਾਂ ਚ ਚਾਰ ਚਾਰ ਦੋ ਦੋ ਦਿਨ ਵੀ ਮੈਨੂੰ ਲੱਗੇ ਤੇ ਮੇਰੇ 20 25 ਦਿਨ ਮਹੀਨਾ ਮੇਰਾ ਪੱਕਾ ਆ ਇੱਥੇ ਮੈਂ ਕਿਸੇ ਦੀ ਮੈਨੂੰ ਪਰਵਾਹ ਨਹੀਂ ਹੈਗੀ ਬਿਲਕੁਲ ਨਾ ਸਕਿਉਰਟੀ ਦੀ ਲੋੜ ਪਊਗੀ ਅੱਛਾ ਜਦੋਂ ਨਾ ਮੈਂ ਗੱਲ ਕਰਨੀ ਆ ਦਾ ਬੰਦੇ ਨਾਲ ਜਿਹਦੇ ਨਾਲ ਵੀ ਕਰਨੀ ਹੁਣ ਗੱਲ ਤਾਂ ਹੋਣੀ ਵੀ ਤੈਨ 10 ਡਾਲਰ ਦੇਣੇ ਆ ਯਾਨੀ ਪਰ ਉਹਦੇ ਸਵਾਲ ਜਿਹੜੇ ਹੁੰਦੇ ਸੀ ਨਾ ਉਹ ਸਵਾਲ ਸੁਣ ਕੇ ਲੱਗਣਾ ਮੈਨੂੰ ਵੀ ਜੇ ਇਹ ਲੱਖ ਵੀ ਦੇਵੇ ਨਾ ਤਾਂ ਥੁੱਕਣਾ ਉਹਦੇ ਉੱਤੇ ਮੂੰਹ ਤੇ ਥੁੱਕਣਾ ਚਾਹੀਦਾ ਹੈ ਵੀ ਇੰਨੇ ਚ ਤਾਂ ਤੇਰਾ ਲੱਖ ਵੀ ਥੋੜਾ ਆ ਇਦਾਂ ਦੀ ਔਕਾਤ ਸਾਡੇ ਬੰਦਿਆਂ ਦੀ ਆ ਤੇ ਉਹ ਉਹਦਾ ਕਾਰਨ ਜਿਹੜਾ ਹੈ ਨਾ ਆ ਜਿਹੜੀ ਗੱਲ ਕਹਿੰਦਾ ਅਜਮੇਰ ਸਿੰਘ ਨੋ ਟੂ ਚੇਂਜ ਸਾਰਾ ਜੋਰ ਸਾਡਾ ਨੋ ਦੇ ਉੱਤੇ ਲੱਗਾ ਆ। ਪੇ ਮੈਨੂੰ ਪਤਾ ਹੋਵੇ ਪਹਿਲਾਂ। ਜਦੋਂ ਅਸੀਂ ਇਹ ਨਹੀਂ ਜੇ ਨਾ ਕਿਤੇ ਇਹ ਟੈਕਨੀਕ ਅਸੀਂ ਲੈ ਲਈਏ। ਜਾਨੀ ਕਿਉਂਕਿ ਕੰਮ ਦੋਹਾਂ ਪਾਸਿਆਂ ਤੋਂ ਹੋਣਾ ਆ। ਠੀਕ ਆ। ਹੁਣ ਜਿਹੜੀ ਅਗੂ ਬਣ ਕੇ ਤੁਰਨਾ ਆ ਠੀਕ ਆ। ਉਹਨਾਂ ਨੂੰ ਇਹ ਇੱਕ ਕੁਰਬਾਨੀ ਆਪਣੀ ਤ્યાਗ ਜਿਹੜਾ ਆ ਉਹ ਦਿਖਾਉਣਾ ਪੈਣਾ ਦੁਨੀਆ ਨੂੰ। ਠੀਕ ਆ। ਪੇ ਉਹਨਾਂ ਦੇ ਅੰਦਰ ਉਹ ਹੋਵੇ ਲਾਲਸਾ ਜਿਹੜੀ ਵੀ ਕੁਝ ਕਰਕੇ ਦਿਖਾਉਣਾ ਹੈ। ਤੇ ਜਿਹੜੇ ਕਰਨੇ ਵਾਲੇ ਆ ਉਹਨਾਂ ਦੇ ਅੰਦਰ ਇਹ ਹੋਵੇ ਪੇ ਅਸੀਂ ਭਰੋਸਾ ਕਰਿਆ ਕੋਈ ਗੱਲ ਨਹੀਂ। ਜਿਹੜਾ ਬੰਦਾ 5 ਸਾਲ ਲਈ ਹੂੰ ਭਰੋਸਾ ਕਰ ਲੂਗਾ 500 ਡਾਲਰ ਦੇਊਗਾ ਠੀਕ ਹੈ ਨਾ ਮੰਨ ਲਓ ਉਹਦਾ 500 ਡਾਲਰ ਖਰਾਬ ਹੋ ਗਿਆ ਠੀਕ ਹੈ ਨਾ ਤਾਂ ਕੀ ਹੋ ਜਾਊਗਾ ਨਹੀਂ ਹੁਣ ਅਸੀਂ ਇਹ ਦੇਖਦੇ ਆ ਵੀ ਨਹੀਂ 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 500 ਨਹੀਂ ਹੈਗਾ 5 ਕਰੋੜ ਆ ਠੀਕ ਹੈ ਹੁਣ ਜਿਹੜਾ ਬੰਦਾ 500 ਦੇ ਰਿਹਾ ਹੈ ਨਾ ਉਹ ਆਪਣੇ ਆਪ ਨੂੰ 5 ਕਰੋੜ ਦਾ ਮਾਲਕ ਸਮਝ ਕੇ ਸਵਾਲ ਕਰਨੇ ਚਾਹੁੰਦਾ ਵੀ ਮੈਨੂੰ ਪਤਾ ਹੋਵੇ ਪੂਰਾ ਜਦ ਕਿ ਜਦੋਂ ਇਹ ਕੰਮ ਹੁੰਦੇ ਆ ਨਾ ਜਿਹੜੇ ਕੌਮੀ ਕਾਰਜ ਆ ਉਹਨਾਂ ਨੂੰ ਇਸ ਪੱਧਰ ਤੇ ਜਾ ਕੇ ਜੇ ਤੁਸੀਂ ਡਿਸਕਸ ਕਰਨ ਲੱਪੇ ਤੇ ਆਹ ਕਰਨਾ ਆਹ ਕਰਨਾ ਆ ਨਹੀਂ ਤੇ ਕੰਮੇ ਹੀ ਨਹੀਂ ਹੋ ਸਕਦਾ ਨਹੀਂ ਹੁਣ ਮੈਨੇ ਉਹ ਜੇ ਐਡੀ ਐਡੀ ਪੱਧਰ ਤੇ ਕੋਈ ਕੋਈ ਦੁਨੀਆ ਦੀ ਸੰਸਥਾ ਚੱਲੇ ਹੀ ਨਹੀਂ ਸਕਦੀ ਹੂੰ 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 ਠੀਕ ਹੈ ਗੁਰੂ ਸਾਹਿਬ ਬਿੱਲੇ ਵੀ ਇਦਾਂ ਨਹੀਂ ਚੱਲਿਆ ਰਾਈਟ ਕਦੇ ਵੀ ਇਦਾਂ ਨਹੀਂ ਹੋਇਆ ਇਹ ਅਸੀਂ ਇਦਾਂ ਕਰ ਦਿੱਤਾ ਆ ਯਾਨੀ ਉੱਥੇ ਕੋਈ ਸਵਾਲ ਨਹੀਂ ਹੋਇਆ ਉੱਥੇ ਭਰੋਸਾ ਕੀਤਾ ਗਿਆ ਆ ਬਿਲਕੁਲ ਠੀਕ ਆ ਫਰਕ ਇੰਨਾ ਸੀ ਕਿ ਉਹ ਗੁਰੂ ਸਾਹਿਬ ਐਜ਼ ਅ ਲੀਡਰ ਆਪ ਆਪਣਾ ਸਾਰਾ ਕੁਝ ਕੁਰਬਾਨ ਕਰਨੇ ਨੂੰ ਤਿਆਰ ਸੀ ਉਦੋਂ ਵੀ ਇਦਾਂ ਨਹੀਂ ਕਿਤੇ ਲੋਕਾਂ ਨੇ ਇੰਨਾ ਇੰਨਾ ਜ਼ਿਆਦਾ ਗਿਣਤੀ ਦੇ ਵਿੱਚ ਨਹੀਂ ਹੋਏ ਜੇ ਹੁੰਦੇ ਤਾਂ ਆਨੰਦਪ੍ਰਾਹ ਹਾਲਤ ਹੁੰਦੀ ਛੇ ਮਹੀਨੇ ਕਿ ਰਕਤ ਪਿਆ ਰਿੰਦਾ ਹੂੰ ਅਸੀਂ ਕਹਿੰਦੇ ਗੁਰਨਾਨਕ ਦੇਵ ਜੀ ਨੇ 2 ਕਰੋੜ ਸਿੱਖ ਬਣਾਏ ਆ ਤੇ ਗੁਰੂ ਗੋਬਿੰਦ ਸਿੰਘ ਦੇ ਟਾਈਮ ਆ ਕਿਉਂ ਹੋ ਜਾਂਦਾ ਪੰਜਵੇਂ ਪਾਤਸ਼ਾਹ ਜਦੋਂ ਸ਼ਿੱਧੀ ਹੋਈ ਆ ਪਰ ਲੋਨਾ ਜਾਂਦੀ 2 ਕਰੋੜ ਦੇ ਨਾਲ ਬਿਲਕੁਲ ਬਿਲਕੁਲ ਇਦਾਂ ਨਹੀਂ ਹੋਇਆ ਬਹੁਤ ਥੋੜੇ ਰਹੇ ਆ ਜਿਨ੍ਹਾਂ ਨੇ ਭਰੋਸਾ ਕੀਤਾ ਆ 올 ਰਾਈਟ ਠੀਕ ਆ ਔਰ ਉਹ ਜਿਹੜੇ ਥੋੜੇ ਸਿਗੇ ਭਰੋਸਾ ਕਰਨੇ ਵਾਲੇ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਦੇ ਸਿਰ ਤੇ ਚੱਲਿਆ ਸਾਰਾ ਕੁਝ ਉਹੀ ਸਮਾਜ ਨੂੰ ਬਦਲਣ ਵਾਲੇ ਆ ਯਾ ਠੀਕ ਅੱਜ ਵੀ ਉਹ ਥੋੜੇ ਜਿਹਾ ਨਿਕਲ ਨਹੀਂ ਆ ਜਾਣੀ ਠੀਕ ਹੈ ਕਿਉਂਕਿ ਮੈਂ ਮੈਂ ਜਿਹੜੀ ਸੱਚ ਦੱਸਾਂ ਮੈਂ ਨਾ ਮੈਨੂੰ ਇਰਿਟੇਸ਼ਨ ਹੁੰਦੀ ਐ ਇਦਾਂ ਆਪਣੇ 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 ਪੰਜਾਬੀਆਂ ਤੋਂ ਇਹ ਨਾ ਗੱਲਾਂ ਕਰਕੇ ਠੀਕ ਹੈ ਤੇ ਅਸੀਂ ਸਾਡੇ ਵਿਦਵਾਨ ਕਥਾਕਾਰ ਹਰ ਇੱਕ ਬੰਦੇ ਨੂੰ ਪਤਾ ਐ ਸਾਡੇ ਲੋਕਾਂ ਦੇ ਸੁਭਾਅ ਦਾ ਜਿਸ ਕਰਕੇ ਉਹ ਦਾਲ ਆਉਣ ਦੇ ਉੱਤੇ ਤੁਲੇ ਆਇਆ ਇਹਨੂੰ ਤਾਂ ਲੁੱਟ ਲਓ ਜਿੰਨਾ ਲੁੱਟ ਹੁੰਦਾ ਠੀਕ ਠੀਕ ਹੈ ਖਾ ਲਓ ਜਿੰਨਾ ਮੌਕਾ ਆਇਆ ਜਾਨੀ ਠੀਕ ਆ ਭੜਕੇ ਨੂੰ ਪਤਾ ਨਹੀਂ ਸਵੇਰੇ ਮੁੱਕਰੇ ਜਾਣਾ ਇਹਨਾਂ ਨੇ ਹੂੰ ਠੀਕ ਆ ਉਹ ਚੀਜ਼ ਨੂੰ ਜਾਨੀ ਚਲੋ ਜਿੱਦਾਂ ਵੀ ਆ ਪਈ ਇਹ ਜ਼ਮਾਨਾ ਦਾ ਸਾਡਿਆਂ ਦਾ ਜਿਹੜਾ ਫਰਜ਼ ਆ ਨਾ ਉਹ ਉਹ ਇਸ ਗੱਲ ਦੇ ਉੱਤੇ ਚਾਹੀਦਾ ਪੇ ਸਮਝਣਾ ਇਸ ਸਿਚੁਏਸ਼ਨ ਨੂੰ ਸਮਝ ਕੇ ਲੋਕਾਂ ਦੀ ਮੈਂਟਲਿਟੀ ਨੂੰ ਫਿਰ ਉਹਨਾਂ ਦਾ ਕੰਮ ਆ ਪਲਾਨਾ ਬਣਾ ਕੇ ਦੇਣਾ ਇਹ ਇਹ ਆਪਣੇ ਆਪ 'ਚ ਕੌਨਫੀਡੈਂਸ ਪਾਲਣਾ ਚਾਹੀਦਾ ਸਾਡੇ ਆਗੂਆਂ ਨੂੰ ਰਾਈਟ ਜਦੋਂ ਨਾ ਸਾਡੇ ਆਗੂਆਂ ਦੇ ਅੰਦਰ ਇਹ ਇਨਫੀਰੀਟੀ ਆ ਉਹ ਡਰਦੇ ਆ ਹਾਂਜੀ ਡਰਦੇ ਆ ਕਿ ਜੇ ਮੈਂ ਸਾਰਾ ਖੋਲ ਕੇ ਨਾ ਦੱਸਿਆ ਹਾਂਜੀ ਇਨੀ ਸ਼ੱਕ ਕਰਨੀ ਮੇਰੇ ਤੇ 올 ਰਾਈਟ ਠੀਕ ਆ ਉਹ ਡਰ ਆਪਣਾ ਜਿਹੜਾ ਖਤਮ ਕਰਨਾ ਪੈਣਾ ਠੀਕ ਜਿੰਨ ਵੀ ਇਹ ਕੰਮ ਕਰਨਾ ਹੈ ਜਿੰਨ ਅੱਗੇ ਹੋ ਕੇ ਤੁਰਨਾ ਆ ਉਹਨੂੰ ਠੋਕ ਕੇ ਕਹਿਣਾ ਪੈਣਾ ਕਿ ਜੇ ਤੂੰ ਤੁਰਨਾ ਹੈ ਨਾ ਮੇਰੇ ਨਾਲ ਤੂੰ ਮੇਰੇ ਤੇ ਭਰੋਸਾ ਕਰਨਾ ਆ ਜੇ ਤੂੰ ਚਾਹਨਾ ਹੈ ਮੈਂ ਕੁਝ ਕਰਾਂ ਤੇ ਤੂੰ ਮੈਨੂੰ ਸਵਾਲ ਨਾ ਪੁੱਛੀ ਠੀਕ ਠੀਕ ਐ ਇੰਨਾ ਚਿਰ ਮੇਰੇ ਤੇ ਭਰੋਸਾ ਕਰ ਤੈਨੂੰ ਮੈਂ ਰਿਜ਼ਲਟ ਦਊਗਾ ਜਾਨੀ 올 ਰਾਈਟ ਹੁਣ ਉਹਦੇ ਉੱਤੇ ਹੋ ਸਕਦਾ ਜਾਨ ਚਲੀ ਜਾਏ ਹੁਣ ਜਦੋਂ ਅੱਜ ਤੁਸੀਂ ਦੇਖਦੇ ਜਿਹੜੇ ਬੰਦੇ ਅੱਜ ਰਿਸਕ ਲੈ ਰਹੇ ਆ ਉਹ ਉਹ ਕਿਹਦੇ ਪੈਸੇ ਨਾਲ ਲੈ ਰਹੇ ਆ ਜੇ ਅੱਜ ਭਾਈ ਰਣਜੀਤ ਸਿੰਘ ਸਵਾਲ ਪੁੱਛ ਲਏ ਇਹ ਜਿਹੜੇ ਸਾਡੇ ਬੰਦੇ ਜਮੀਨ ਦਾ ਚਾਹੁੰਦੇ ਵੀ ਸਾਨੂੰ ਪਤਾ ਤਾਂ ਹੋਵੇ ਨਾ ਜਾਨੀ ਉਹਨਾਂ ਨੂੰ ਪੁੱਛੇ ਵੀ ਜਿਹੜਾ ਜੇ ਉਹ ਬੰਦਾ ਜੱਗੇ ਹੋ ਕੇ ਤੁਰਿਆ ਜਿਹੜੇ ਅੱਜ ਉਹ ਰਿਸਕ ਲੈ ਰਿਹਾ ਆ ਉਹ ਤੁਹਾਡੇ ਪੈਸੇ ਕਰਕੇ ਲੈ ਰਿਹਾ ਨਹੀ ਨਹੀਂ ਨਾ ਆਪਣੀ ਜਾਨ ਜੋਖਮ ਚ ਪਾਈ ਕਿ ਨਹੀਂ ਉਹਨੇ ਕੋਣ ਪਾਉਂਦਾ ਇਦਾਂ ਪੈਸੇ ਲੈ ਕੇ ਵੀ ਕਿੰਨਾ ਕੁਛ ਕਿੰਨਾ ਕੁਛ ਉਹ ਜਿਹੜਾ ਕਰ ਸਕਦਾ ਸੀ ਵਧੀਆ ਤਰੀਕੇ ਦੇ ਨਾਲ ਉਧਰੋਂ ਤਾਂ ਮਿਲ ਰਿਹਾ ਸੀ ਉਹਨੂੰ ਠੀਕ ਹੈ ਨਾ ਹੁਣ ਜੇ ਅੱਜ ਉਹ ਇੰਨਾ ਕੁਝ ਕਰ ਰਿਹਾ ਆ ਹਾਂਜੀ ਹੁਣ ਅੱਜ ਵੀ ਜੇ ਅਸੀਂ ਇਦਾਂ ਨਹੀਂ ਕਰਦੇ ਪਿਆ ਹਾਂ ਭਰੋਸਾ ਕਰੀਏ ਸੀ ਹਾਂ ਹਾਂ ਠੀਕ ਆ ਤੇ ਤੇ ਉਹ ਜਦੋਂ ਬਿਨਾਂ ਸਾਡੇ ਕਿਸੇ ਐਫਰਟ ਕੀਤਿਆਂ ਆਪ ਇੰਨਾ ਕੁਝ ਜੋਖਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਪਾ ਲਿਆ ਜਦੋਂ ਅਸੀਂ ਕਰਾਂਗੇ ਐਫਰਟ ਤੇ ਉਹ ਜੋਖਮ ਉਠਾਉਣ ਦੀ ਸ਼ਮਤਾ ਉਹਨਾਂ ਦੀ ਵਧੂਗੀ ਜਾਂ ਘਟੂਗੀ ਵਧੂਗੀ ਨਾ ਉਹ ਵੀ ਅਸਲੀ ਬਿਲਕੁਲ ਬਿਲਕੁਲ ਠੀਕ ਹੈ ਨਾ ਉਹ ਤਾਂ ਦੁਗਣਾ ਹੌਸਲਾ ਹੋ ਜਾਣਾ ਅਗਲੇ ਨੂੰ ਵੀ ਲੈ ਪਾਈ ਇੰਨੇ ਬੰਦੇ ਮੇਰੇ ਤੇ ਭਰੋਸਾ ਕਰਕੇ ਵਹਿਗਾ ਹਾਂ ਹਣਾ ਵੀ ਮੈਂ ਇੰਨਿਆਂ ਦਾ ਮਾਣ ਜਿਹੜਾ ਆ ਉਹ ਰੱਖਾਂ ਮੈਂ ਸਾਫ਼ ਕਰਾਂ ਹੁਣ ਬਿਲਕੁਲ ਵੀ ਨਹੀਂ ਮੈਂ ਡੋਲੂਗਾ ਨਹੀਂ ਮੈਂ ਬਿਕੂਗਾ ਨਹੀਂ ਮੈਂ ਹਿਰਾ ਫਿਰੀ ਨਹੀਂ ਕਰੂੰਗਾ ਧੋਖਾ ਨਹੀਂ ਦਊਂਗਾ ਕਿਸੇ ਨੂੰ ਮੈਂ ਤੁਹਾਡੀ ਪਿੱਠ ਨਹੀਂ ਲੱਗਣ ਦਊਂਗਾ ਮੈਂ ਹੂੰ ਠੀਕ ਆ ਹੁਣ ਉਹ ਸਾਡੇ ਉੱਤੇ ਆ ਵੀ ਅਸੀਂ ਇਹਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਹੈ ਠੀਕ ਆ ਵੀ ਪਈ ਇਹ ਜੇ ਹੁਣ ਇਹ ਵਿਦਵਾਨ ਜਿਹੜੇ ਆ ਸਾਡੇ ਸਕਾਲਰ ਇਹ ਆ ਜਿਹੜੇ ਹੂੰ ਜੇ ਇਹਨਾਂ ਦੇ ਇਹਨਾਂ ਦੀਆਂ ਗੱਲਾਂ ਸੁਣੋਗੇ ਵੀ ਸਾਰੀ ਉਮਰ ਫਿਰ ਤੁਸੀਂ ਬਸ ਆ ਨੋ ਟੂ ਚੇਂਜ ਜਿਹੜਾ ਆ ਨੋਏ ਕਰਦੇ ਰਹਿ ਜੀਓ ਤੁਸੀਂ ਤੈਨਦੇ ਕਲਾਚ ਹੀ ਰਹਿਣਾ ਫਿਰ ਤਾਂ ਪੂਰੀ ਹੁਣ ਤੁਸੀਂ ਕਹਿੰਦਾ ਵੀ ਜਿਹੜਾ ਜਿਹੜੇ ਹਾਲਾਤ ਆ ਸਿਚੁਏਸ਼ਨ ਆ ਜਿਹੜੀ ਉਹ ਸਥਿਰ ਨਹੀਂ ਰਹਿੰਦੀ ਬਦਲ ਰਹੀ ਆ ਇਹਨੂੰ ਪੁੱਛੇ ਵੀ ਇੰਡੀਆ ਵਰਗੀ ਸਟੇਟ ਹੂੰ ਉਹ ਉਹ ਜਿੱਦਾਂ ਦੇ ਹਾਲਾਤਾਂ ਨੂੰ ਜਿਹੜੇ ਹਾਲਾਤ ਉਹ ਨਹੀਂ ਬਣਾਇਓ ਆ ਉਹਨਾਂ ਹਾਲਾਤਾਂ ਦੀ ਤਬਦੀਲੀ ਦੀ ਦਰ ਤੇ ਤੁਹਾਡੇ ਲੋਕਾਂ ਦੀ ਜਾਣਨ ਦੀ ਦਰ ਉੱਚ ਕਿੰਨਾ ਫਰਕ ਹੋਣਾ ਜਾਣੀ ਜਿੰਨੀ ਤੇਜ਼ੀ ਨਾਲ ਉਹ ਤਬਦੀਲੀ ਕਰ ਰਹੇ ਆ ਉਨੀ ਤੇਜ਼ੀ ਨਾਲ ਜਾਣ ਲਓਗੇ ਤੁਸੀਂ ਨਹੀਂ 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 ਨਾ ਤੁਸੀਂ ਬਲ ਨਹੀਂ ਹੈ ਫਿਰ ਇੱਕ ਤੁਸੀਂ ਥੱਲੇ ਆ ਜਾਓ ਤਾਂ ਪਹਿਲਾਂ ਜਿਹਨੂੰ ਜ਼ਮੀਨੀ ਪੱਧਰ ਰੋਲਾ ਪਾਈ ਜਾਂਦੇ ਵੀ ਜ਼ਮੀਨੀ ਪੱਧਰ ਜ਼ਮੀਨੀ ਪੱਧਰ ਜ਼ਮੀਨੀ ਪੱਧਰ ਤੇ ਆ ਜਾ ਤਾਂ ਤੁਸੀਂ ਆਪਣੀਆਂ ਪੰਜਾਬ ਦੇ ਵਿੱਚ ਆ ਕੇ ਨੇੜੇ ਦੀਆਂ ਸਮੱਸਿਆਵਾਂ ਨੂੰ ਦੇਖੋ ਕੀ ਆ ਹਮ ਅੱਜ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਨਾ ਅਜਨਾਲੇ ਹੁਣਾਂ ਦੀ ਇਟਕਸਾਲੀਆਂ ਦੀ ਜਿਹੜੀ ਆ ਇਹਨੂੰ ਟੈਕਲ ਕਰਨੇ ਹੀ ਪਹਿਲਾਂ ਬਿਲਕੁਲ ਬਿਲਕੁਲ ਠੀਕ ਹੈ ਇਹ ਠੋਕ ਕੇ ਕਹਿਣ ਪੇ ਪਾਈ ਜਿਹੜੀ ਸ਼ਵੀਲ ਲੱਗੀ ਆ ਬਿਲਕੁਲ ਗਲਤ ਹੋਈ ਆ ਮੈਂ ਉਹ ਕਹਿਣ ਲੱਗਾ ਸੀ ਤੁਸੀਂ ਕੈਨਸਲ ਹੋ ਉਹਨਾਂ ਦੀ ਦਰਮ ਮਿਲਣੀ ਚਾਹੀਦੀ ਹੈ ਕਿੱਦਾਂ ਮਿਲੂਗੀ ਜਿਹੜੇ ਅਗਲੇ 1000 ਸਾਲ ਦੀ ਪਲਾਨਿੰਗ ਬਣਾ ਕੇ ਬੈਠੇ ਨੇ ਤੁਹਾਡੇ ਕੋਲੋਂ ਤਾਂ ਜਿਹੜਾ ਸਾਡੇ ਸਾਹਮਣੇ ਇੰਨੀ ਗਲਤੀਆਂ ਹੋਈਆਂ ਨਾ ਤੁਹਾਡੇ ਕੋਲੋਂ ਉਹ ਨਹੀਂ ਮੰਨੀਦੀ ਨਹੀਂ ਫਿਰ ਤੁਸੀਂ ਇਹ ਕਿੱਦਾਂ ਕਹਿ ਰਹੇ ਆ ਕਿ ਨੋ ਟੂ ਚੇਂਜ ਜ਼ਰੂਰੀ ਆ ਭੀ ਜੇ ਤੁਸੀਂ ਤਬਦੀਲੀ ਲਿਉਣੀ ਤਾਂ ਤੁਹਾਡਾ ਜਾਣਨਾ ਜ਼ਰੂਰੀ ਆ ਰਾਈਟ ਉਹਦੇ ਨਾਲ ਤਾਂ ਤੁਸੀਂ ਤੁਸੀਂ ਪਛੜੇ ਰਹੂਗੇ ਉਹਨੂੰ ਤਾਂ ਬਿਲਕੁਲ ਬਿਲਕੁਲ ਠੀਕ ਹੈ ਇੱਕ ਹਾਂ ਇੱਕ ਹੋਰ ਗੱਲ ਸੀਗੀ ਜਿਹੜੀ ਤੁਸੀਂ ਹੁਣੇ ਪਹਿਲਾਂ ਗੱਲ ਕੀਤੀ ਐ ਕਿ ਸਾਡੇ ਬੰਦੇ ਆ ਆਪਣੇ ਜੀ ਵੀ ਕਿ ਮੈ ਇਦਾਂ ਲੱਗਦਾ ਹੈ ਨਾ ਬੰਦਲ ਬੰਦੇ ਨੂੰ ਲੱਗਦਾ ਮੈਂ ਵੀ ਗਿਆਨਵਾਨ ਆ ਮੇਰੇ ਕੋਲ ਵੀ ਸਾਰਾ ਇਨਾ ਗਿਆਨ ਹੈ ਮੈਂ ਮਤਲਬ ਪਲੈਨਿੰਗ ਆ ਕੇ ਪੁੱਤਾਂ ਹੀ ਪੁੱਛਦਾ ਹੈ ਬੰਦਾ ਮਤਲਬ ਉਹਨੂੰ ਲੱਗਦਾ ਕਿ ਹਾਂ ਤੁਹਾਡੇ ਪਲੇਟਫਾਰਮ ਤੇ ਤੁਹਾਡੇ ਕੋਲ ਪਲੈਨਿੰਗ ਲਾ ਕੇ ਮੈਂ ਕਿਉਂ ਨਹੀਂ ਕਰਦਾ ਮੈਂ ਇਹ ਆਪਣੇ ਆਪਣੀ ਪਲੈਨਿੰਗ ਬਣਾ ਲੀ ਨਾ ਬਿਲਕੁਲ ਠੀਕ ਆ ਉਹ ਬੰਦਾ ਆਪਣੀ ਪਲੈਨਿੰਗ ਬਣਾ ਹਾਂ ਹਾਂ ਦੋ ਗੱਲਾਂ ਆ ਜੇ ਅਗਲੇ ਨੇ ਤੁਹਾਡੇ ਤੇ ਹੁਣ ਗੁਰੂ ਗੋਬਿੰਦ ਸਿੰਘ ਆ ਉਹਨਾਂ ਦੀ ਪਲੈਨਿੰਗ ਆ ਹਾਂਜੀ ਜਿਹੜਾ ਬੰਦਾ ਉਹਨਾਂ ਦੀ ਪਲੈਨਿੰਗ ਵਿੱਚ ਆ ਕੇ ਕੰਮ ਕਰਨਾ ਚਾਹੁੰਦਾ ਨਾ ਹਮ ਹਣਾ ਉਹ ਕਹਿੰਦੇ ਪੇ ਮੇਰੀ ਗਲੀ ਆਉਣਾ ਹੈ ਨਾ ਤੇ ਸੀਸ ਤਲੀ ਤੇ ਰੱਖ ਗਿਆ ਬਿਲਕੁਲ ਬਿਲਕੁਲ ਮੇਰੀਆਂ ਸ਼ਰਤਾਂ ਦੇ ਨਾਲ ਆ ਹਾਂਜੀ ਹਣਾ ਹੁਣ ਉਹ ਕਹਿੰਦੇ ਮੈਂ ਤਾਂ ਤਵੀ ਤੇ ਬੈਣ ਨੂੰ ਵੀ ਤਿਆਰ ਆ ਰਾਈਟ ਤੂੰ ਮੇਰਾ ਨਾਮ ਵਰਤਣਾ ਚਾਹੁੰਦਾ ਨਾ ਮੇਰੀ ਫਰੈਂਚਾਈਜ਼ ਵਰਤਣੀ ਚਾਹੁੰਦਾ ਹੁਣ ਅੱਜ ਤੁਸੀਂ ਮੈਕਡੋਨਲਡ ਦੀ ਫਰੈਂਚਾਈਜ਼ ਮੰਗੋ ਤਾਂ ਉਹਨਾਂ ਦੇ ਕੋਲ ਰਾਈਟ ਨਹੀਂ ਤੁਸੀਂ ਕਿਸੇ ਸੁਪਰਮਾਰਕੀਟ ਦੀ ਫਰੈਂਚਾਈਜ਼ ਲੈਣ ਲਈ 10-20 ਮਿਲੀਅਨ ਡਾਲਰ ਸਿੱਟ ਕੇ ਉਹਨਾਂ ਦੇ ਮੂਹਰੇ ਉਹਨਾਂ ਨੂੰ ਕਹੋ ਤਾਂ ਦਿਓ ਨਹੀਂ ਨਹੀਂ ਪੀਜ਼ਾ ਹਟ ਵਾਲੇ ਨੂੰ ਜਾ ਕੇ ਕਹੋ ਤਾਂ ਮਿਲੀਅਨ ਡਾਲਰ ਰੱਖ ਕੇ ਗੰਟੱਕੀ ਵਾਲੇ ਨੂੰ ਕਹੋ ਪੈਸੇ ਦਾ ਸਵਾਲ ਨਹੀਂ ਹੈਗਾ ਉਹ ਕਹਿੰਦੇ ਪਹਿਲਾਂ ਤੂੰ ਇਹ ਇਹ ਸਾਡੀ ਟ੍ਰੇਨਿੰਗ ਲੈ ਬਿਲਕੁਲ ਪਹਿਲਾਂ ਸਾਬਤ ਕਰ ਪੈਸੇ ਤਾਂ ਤੂੰ ਲਾ ਦੇਉਂਗਾ ਹਾਂ ਨਾ ਪਰ ਜੇ ਤੇਰੇ ਚ ਚਲਾਉਣ ਦੀ ਸ਼ਮਤਾ ਨਾ ਹੋਈ ਜਿਹੜਾ ਸਾਡਾ ਨਾਮ ਬਦਨਾਮ ਹੋਣਾ ਦੁਨੀਆ ਦੇ ਵਿੱਚ ਸਾਡਾ ਸਟੈਂਡਰਡ ਹੈ ਕੋਈ ਹੂੰ ਹੂੰ ਪਹਿਲਾਂ ਮੇਨਟੇਨ ਕਰ ਉਹਨੂੰ ਰਾਈਟ ਠੀਕ ਹੈ ਨਾ ਹੁਣ ਜਦੋਂ ਫ੍ਰੈਂਚਾਈਜ਼ ਵਰਤਨੀ ਆ ਤੁਸੀਂ ਹਾਂਜੀ ਹੈਨਾ ਤੁਹਾਨੂੰ ਉਸ ਸਟੈਂਡਰਡ ਤੇ ਜਾਣਾ ਪੈਣਾ ਰਾਈਟ ਠੀਕ ਆ ਹੁਣ ਹੁਣ ਨਾਨਕ ਕਹੂਗਾ ਨਾ ਵੀ ਮੈਂ ਤਾਂ ਤਵੀ ਤੇ ਬਹਿਣ ਦੀਆਂ ਗੱਲਾਂ ਕਰ ਰਿਹਾ ਤੂੰ ਤੇ ਆ ਨਹੀਂ ਆ ਤੂੰ ਸਾਰਾ ਕੁਝ ਕਖੰਬਤਾ ਕਰੇਗਾ ਜਾਣਦਾ ਤੂੰ ਪਲੈਨਿੰਗ ਹੈਗੀ ਤੇਰੇ ਕੋ ਮੁਰਕੇ ਪ੍ਰਥੀਾਂ ਅੰਡੋਲ ਗਿਆ ਬਿਲਕੁਲ ਵਿਕ ਗਿਆ ਹੂੰ ਫਿਰ ਮੇਰਾ ਕਿਉਂ ਮੈਂ ਕਿਉਂ ਤੈਨੂੰ ਐਕਸੈਪਟ ਕਰਾਂ ਤੂੰ ਲੈਣਾ ਮਣਕੇ ਆ ਜੇ ਹੋਣਾ ਤਾਂ ਬਿਲਕੁਲ ਨਾ ਹੁਣ ਨਹੀਂ ਤਾਂ ਆਪਣੀ ਥਾਂ ਤੇ ਕਰੇ ਫਿਰ ਕਬੀਰ ਨੇ ਆਪਣੀ ਥਾਂ ਤੇ ਕਰ ਲਿਆ ਅਰਦਾਸ ਨੇ ਆਪਣੀ ਥਾਂ ਤੇ ਕਰ ਲਿਆ ਰਾਈਟ ਨਾਮਦੇਵ ਨੇ ਆਪਣੀ ਥਾਂ ਤੇ ਕਰ ਲਿਆ ਠੀਕ ਹੈ ਹੋ ਸਕਦਾ ਕਰੋ ਯਾ ਹਾਂ ਤਾਂ ਦੂਜੇ ਕੋਈ ਸਾਡਾ ਤਾਂ ਜਿਹੜਾ ਜਿਹੜਾ ਨਾ ਮੇਰੀ ਗਲਾਨੀ ਆ ਮੇਰਾ ਰੋਸਾ ਹੈ ਜਿਹੜਾ ਹਾਂਜੀ ਠੀਕ ਆ ਉਹ ਤਾਂ ਇਸ ਗੱਲ ਦੇ ਉੱਤੇ ਆ ਹੂੰ ਭਈ ਭਈ ਜਿਹੜੇ ਬੰਦੇ ਕਰ ਰਹੇ ਆ ਹਾਂਜੀ ਠੀਕ ਆ ਜਿਹੜੇ ਬੰਦੇ ਅੱਜ ਕਹਿੰਦੇ ਆ ਰਾਈਟ ਜਿਹੜੇ ਰੌਲਾ ਪਾਉਂਦੇ ਆ ਉਹ ਪਰੋਸਾ ਕਿੰਨਾ ਕਰਦੇ ਆ ਬਿਲਕੁਲ ਠੀਕ ਹੈ ਜੇ ਅਸੀਂ ਇੰਨਾ ਵੀ ਭਰੋਸਾ ਨਹੀਂ ਕਰ ਸਕਦੇ ਨਾ ਜਾਨੀ ਕਿ ਉਹ ਚਾਹੇ ਕੋਈ ਵੀ ਹੋਵੇ ਲੇਕਿਨ ਮੇਰਾ ਤਾਂ ਕਿਉਂਕਿ ਮੈਂ ਤਾਂ ਨਾ ਸਟਰੋਂਗਲੀ ਇਹ ਸੋਚਦਾ ਪਏ ਜੇ 20 ਕ ਸਾਲ ਕੁਝ ਖੋਈ ਨਹੀਂ ਸਕਣਾ ਸਾਡੀ ਕੌਮ ਦਾ ਬਹੁਤ ਔਖਾ ਆ ਠੀਕ ਠੀਕ ਹੈ ਹਾਂਜੀ ਇਹਦੇ ਇਸ ਗੱਲੋਂ ਹਾਂਜੀ ਇਹਦੇ ਨਾਲ ਇੱਕ ਲੱਗਦਾ ਹੋਰ ਸਵਾਲ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਆ ਤੁਸੀਂ ਵੀ ਹੁਣੇ ਗੱਲ ਕੀਤੀ ਹੈ ਕਿ ਆਪ ਗੁਰੂ ਸਾਹਿਬ ਦੇ ਸਮੇਂ 2 ਕਰੋੜ ਬੰਦੇ ਕੈਨ ਨੂੰ ਕਿਹਾ ਜਾਂਦਾ ਪਰ ਨਾਲ ਖੜੇ ਹੋਣ ਨੂੰ ਬੜੇ ਘਟਾਏ ਸੀਗੇ ਪਰ ਜੇ ਜਾ ਜਿਹੜੇ ਨਾਲ ਖੜੇ ਹੁਣ ਆਏ ਸੀਗੇ ਉਹਦੇ ਚੋਂ ਕਿਸੇ ਨੂੰ ਗਿਆਨ ਨਹੀਂ ਸੀਗਾ ਭਈ ਕੀ ਇਕੱਲੇ ਸਿਰਫ ਇਕੱਲੇ ਮੈਨੂੰ ਪਤਾ ਨਹੀਂ ਸ਼ਾਇਦ ਕਿਦਾਂ ਕਹਿਣਾ ਮਤਲਬ ਕਿ ਸਿਰਫ ਗੁਰੂ ਸਾਹਿਬ ਨੂੰ ਹੀ ਸਾਰਾ ਕੁਝ ਪਤਾ ਸੀ ਇੱਕੋ ਹੀ ਬੰਦਾ ਸੀਗਾ ਉਸਲੇ ਨਹੀਂ ਆਉਂਦਾ ਨਹੀਂ ਇਦਾਂ ਨਹੀਂ ਹੁੰਦੀ ਇਹੀ ਤਾਂ ਇਹੀ ਤਾਂ ਬਿਊਟੀ ਆ ਮੈਂ ਉਹੀ ਕਹਿਣ ਲੱਗਾ ਜਿਹੜਾ ਭਰੋਸਾ ਹੈ ਨਾ ਹਾਂਜੀ ਜਿਹੜਾ ਭਰੋਸਾ ਕਰਨਾ ਹੈ ਕਿਸੇ ਦੇ ਉੱਤੇ ਹਾਂਜੀ ਉਹ ਤੁਹਾਡੀ ਸਮਝਣ ਦੀ ਸਮਰੱਥਾ ਨੂੰ ਵਧਾਉਂਦਾ ਚੱਲ ਜਾਂਦਾ ਯਾ ਠੀਕ ਆ ਹਾਂਜੀ ਹੁਣ ਜਦੋਂ ਨਾ ਤੁਸੀਂ ਦੇਖੋ ਤੁਸੀਂ ਕਿਸੇ ਕੰਪਨੀ ਚ ਜੌਬ ਕਰਨ ਲੱਗੇ ਆ ਹਾਂਜੀ ਹਨਾ ਜਿਹੜਾ ਵਰਕਰ ਰਾਈਟ ਕੰਪਨੀ ਨੂੰ ਸਰੈਂਡਰ ਕਰਕੇ ਹੂੰ ਇਹ ਭੁੱਲ ਕੇ ਪਿਆਲੇਦੁਆਲੇ ਕੀ ਹੋ ਰਿਹਾ ਆ ਜੇ ਝਾੜੂ ਵੀ ਮਾਰਦਾ ਹੋ ਰਾਈਟ ਹਨਾ ਪੂਰੇ ਜੋਰ ਨਾਲ ਝਾੜੂ ਮਾਰਦਾ ਹੋ ਰਾਈਟ ਠੀਕ ਆ ਆਪਣੀ ਸਾਰੀ ਤਾਕਤ ਲਾ ਦਿੰਦਾ ਹਾਂਜੀ ਸਫਾਈ ਵੀ ਕਰਦਾ ਤਾਂ ਹੁਣ ਜਦੋਂ ਮਾਲਕ ਦੇਖਦਾ ਵੀ ਇੰਨਾ ਵਧੀਆ ਰਾਈਟ ਉਹਨੂੰ ਚੱਕ ਕੇ ਦੂਜੀ ਜ਼ਿੰਮੇਵਾਰੀ ਦੇ ਦਿੰਦਾ ਹੂੰ ਤੀਜੀ ਦੇ ਦਿੰਦਾ ਯਾ ਹੂੰ ਠੀਕ ਹੈ ਹੁਣ ਜਿਹੜਾ ਉਹਦਾ ਸਿਰਿੰਡਰ ਆ ਉਹਨੂੰ ਇੱਕ ਸਟੇਜ ਦੇ ਉੱਤੇ ਇੱਕ ਟਾਈਮ ਦੇ ਉੱਤੇ ਉੱਥੇ ਲੈ ਜਾਂਦਾ ਜਿੰਨਾ ਮਾਲਕ ਨੂੰ ਪਤਾ ਹੁੰਦਾ ਕਈ ਵਾਰ ਉਦੋਂ ਵੀ ਵੱਧ ਪਤਾ ਹੁੰਦਾ ਅੱਜ ਦੁਨੀਆ 'ਚ ਕਿੰਨੀਆਂ ਕੰਪਨੀਆਂ ਹੋਣੀਆਂ ਜਿਹੜੀਆਂ ਕੰਪਨੀਆਂ ਸਿਰਫ ਵਰਕਰਾਂ ਦੇ ਸਿਰ ਤੇ ਚੱਲ ਰਹੀਆਂ ਉਸ ਖੇਤਰ ਵਿੱਚ ਮਾਲਕ ਨੂੰ ਮਾਲਕ ਨੂੰ ਅਕਾਊਂਟੈਂਟ ਜਿੰਨੀ ਨੌਲੇਜ ਹੈ ਨਹੀਂ 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 ਜਿਹੜਾ ਕੰਪਨੀ ਦਾ ਵਕੀਲ ਹੈ ਉਹਦੇ ਜਿੰਨੀ ਨੌਲੇਜ ਹੈ ਨਹੀਂ 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 ਹਰੇਕ ਮਾਲਕ ਜੇ ਇਦਾਂ ਫੇਰ ਤੋ ਡਿਗਰੀਆਂ ਕਰਦਾ ਮਰ ਜਾਊਗਾ ਫੇ ਅਕਾਉਂਟੈਂਸੀ ਵੀ ਕਰੂਗਾ ਲੋਬੀ ਕਰੂਗਾ ਐਚ ਆਰ ਦਾ ਵੀ ਕਰੂਗਾ ਹੂੰ ਬਿਲਕੁਲ ਨਹੀਂ ਕਈ ਕਈ ਮਾਲਕਾਂ ਨੂੰ ਕੰਪਿਊਟਰ ਤੇ ਈਮੇਲ ਨਹੀਂ ਲਿਖਣੀ ਆਉਂਦੀ ਬਿਲਕੁਲ ਹੈਗਾ ਇਦਾਂ ਠੀਕ ਹੈ ਪਰ ਉਹ ਪ੍ਰੋਸੈਜ ਉਹ ਬੰਦੇ ਮਿਲੇ ਆ ਔਰ ਉਨੇ ਰਿਵਾਰਡ ਦਿੱਤਾ ਉਹਨੂੰ ਬਦਲੇ ਦੇ ਵਿੱਚ ਠੀਕ ਹੈ ਉੱਥੇ ਤਨਖਾਹ ਮਿਲਦੀ ਆ ਇੱਥੇ ਗੁਰੂ ਤਾਂ ਸਾਰਾ ਪਿਛਬਾਰਿਆ ਤੁਹਾਡੇ ਇਤੋਂ ਮੈਂ ਉਹ ਵੀ ਕਹਿ ਰਿਹਾ ਸੀਗਾ ਕਿ ਜਿਹੜੇ ਗੁਰੂ ਸਾਹਿਬ ਨਾਲ ਬੰਦੇ ਵੀ ਸੀਗੇ ਉਹਨਾਂ 'ਚ ਵੀ ਮੈਨੂੰ ਮੈਂ ਸ਼ਾਇਦ ਇਦਾਂ ਸੋਚਦਾ ਕਿ ਉਹਨਾਂ 'ਚ ਵੀ ਕੈਲੀਬਰ ਸੀਗਾ ਪਰ ਉਹਨਰ ਵਿਸ਼ਵਾਸ ਕੀਤਾਗੀ ਨਹੀਂ ਹੁੰਦਾ ਉਹ ਵਿਸ਼ਵਾਸ ਕਰ ਹੀ ਹੋ ਸਕੂਗਾ ਬਿਲਕੁਲ ਜਿਹੜਾ ਜਿਹੜਾ ਬੰਦਾ ਨਾ ਆਪਣੇ ਆਪ ਤੇ ਸ਼ੱਕੀ ਆ ਉਹ ਦੂਜੇ ਤੇ ਵਿਸ਼ਵਾਸ ਨਹੀਂ ਕਰਦਾ ਉਹਨੂੰ ਲੱਗਦਾ ਵੀ ਦੁਨੀਆ ਧੋਖੇ ਵਾ ਜਾਂਦੀ ਆ ਮੈਨੂੰ ਤਾਂ ਲੁੱਟ ਲੈਣਾ ਇਹਨਾਂ ਨੇ ਉਹਨੂੰ ਇਹ ਨਹੀਂ ਫਿਕਰ ਹੈਗਾ ਵੀ ਮੇਰਾ ਕਿੰਨਾ ਜਾਣਾ ਹੈ ਉਹਨੂੰ ਇਹ ਲੱਗਦਾ ਵੀ ਸਾਰਿਆਂ ਦਾ ਇਕੱਠਾ ਕਰਕੇ ਇਹਨੂੰ ਤਾਂ ਬਹੁਤ ਮੀਰ ਹੋ ਜਾਣਾ ਇਦਾਂ ਮੈਂ ਕਿਉਂ ਨਹੀਂ ਹੋ ਸਕਦਾ ਫਿਰ ਜੇ ਇਦਾਂ ਕਰਨੀ ਤਾਂ ਫਿਰ ਮੈਨੂੰ ਦਿਓ ਜਦੋਂ ਵੀ ਬੰਦਾ ਆ ਕੇ ਤੁਹਾਨੂੰ ਸਟਰੈਟਜੀ ਪੁੱਛਦਾ ਹੈ ਨਾ ਉਹ ਇਹੀ ਉਹਦੇ ਅੰਦਰ ਸ਼ੱਕ ਇਹੇ ਆ ਜਾਂ ਅੰਦਰ ਈਰਖਾ ਆ ਉਹਦੇ ਸਾੜਾ ਆ ਬਿਲਕੁਲ ਠੀਕ ਹੈ ਨਹੀਂ ਤਾਂ ਉਹ ਹੁਣ ਇੰਨਾ ਇੰਨਾ ਜਾਨੀ ਐਡੇ ਬਹੁਤ ਨੇ ਕੰਮ ਲਈ ਇਹ ਭਰੋਸਾ ਕਰਨਾ ਕਿੰਨਾ ਔਖਾ ਆ ਰਾਈਟ ਤੇ ਇਹ ਸੋਚ ਕੇ ਵੀ ਮੇਰਾ ਕੀ ਨੁਕਸਾਨ ਇਹਦੇ ਵਿੱਚ ਬਿਲਕੁਲ ਯਾ ਕਿਉਂਕਿ ਮੈਂ ਦੇਖਦਾ ਕਿੰਨੇ ਬਹੁਤ ਸਾਰੇ ਬੰਦੇ ਹੈਗੇ ਜਿਨ੍ਹਾਂ ਨੂੰ ਹੈਗਾ ਗਿਆਨ ਵੀ ਹੈਗਾ ਉਹਨਾਂ ਕੋਲ ਪੈਸਾ ਵੀ ਹੈਗਾ ਸਾਰਾ ਕੁਝ ਆਪਣਾ ਕਰਦੇ ਵੀ ਹੈਗੇ ਪਰ ਜ਼ਰੂਰੀ ਨਹੀਂ ਕਿ ਮੂਰੇ ਆਣ ਦੀ ਲੱਗਸਾ ਹੋਵੇ। ਉਹ ਸੋਚਣਾ ਨਹੀਂ ਸੋਚ ਨਹੀਂ ਪਾਉਂਦੇ ਜਦੋਂ ਨਾ ਜਿੰਨੇ ਮੈਂ ਤਾਂ ਹੀ ਕਹਿੰਨਾ ਹੁੰਦਾ ਵੀ ਜਦੋਂ ਕੋਈ ਸਮੱਸਿਆ ਆਉਂਦੀ ਨਾ ਤੁਹਾਡੀ ਹਾਂਜੀ ਉਹਨੂੰ ਕਾਪੀ ਤੇ ਲਿਖੋ। ਹਾਂਜੀ ਲਿਖ ਕੇ ਫਿਰ ਫਿਰ ਤੁਹਾਡਾ ਦਿਮਾਗ ਜਿਹੜਾ ਅਸੀਂ ਨਾ ਹਰੇਕ ਗੱਲ ਦੇ ਵਿੱਚ ਜਾਨੀ ਸ਼ੱਕੀ, ਈਰਖਾਲੂ, ਹੂੰ 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 ਸਨਕੀ। ਦੇਖਾ ਇੰਨੇ ਕਿਹਾਂ ਹਾਂਜੀ ਜਿਹਦੇ ਨਾਲ ਅੰਦਰੋਂ ਸਾਡੇ ਵਾਇਰਸ ਹੋ ਕੇ ਨਾ ਇਦਾਂ ਫੈਦਾ ਹੋ ਕੇ ਇਦਾਂ ਦਾ ਰੋਲ ਘਚੋਲਾ ਜਿਹਾ ਦਿਮਾਗ ਦੇ ਵਿੱਚ ਪੈ ਜਾਂਦਾ ਜ ਜਿਹਦੇ ਐਂਡ ਦੇ ਉੱਤੇ ਇਹ ਹੁੰਦਾ ਵੀ ਛੱਡੋ ਯਾਰ ਯਾ ਠੀਕ ਅਜੇ ਵੇਟ ਕਰੋ ਯਾ ਇੰਤਜ਼ਾਰ ਕਰੋ ਇਹ ਕੋਈ ਨਾ ਜਿਹੜਾ ਕਹਿ ਰਿਹਾ ਨਾ ਇਹ ਇਹ ਕੋਈ ਨਾ ਕੋਈ ਇੰਦਰ ਇਦਾਂ ਨਹੀਂ ਹੈਗਾ ਕੁਛ ਨਾ ਕੁਛ ਜ਼ਰੂਰ ਹੈਗਾ ਤੇ ਨਹੀਂ ਤਾਂ ਬੰਦਾ ਕਹਿੰਦਾ ਇਦਾਂ ਟਾਈਮ ਕੌਣ ਖਰਾਬ ਕਰਦਾ ਹੂੰ ਇੰਨੇ ਘੰਟੇ ਕੌਣ ਕੱਢ ਲਊਗਾ ਹੈ ਆਪ ਪਤਾਈਏ ਸਾਨੂੰ ਹਾਂ ਫਿਰ ਬਸ ਉਹ ਉਹ ਚੀਜ਼ ਸਾਨੂੰ ਅੱਗੇ ਨਹੀਂ ਜਾਣਦੇ ਦੂਜੀ ਗੱਲ ਇਹ ਆ ਉਹਦੇ ਨਾਲ ਨੁਕਸਾਨ ਨਹੀਂ ਕੋਈ ਵੀ ਹੋ ਰਿਹਾ ਕਿਉਂਕਿ ਜਿਹੜਾ ਕੰਮ ਹੋਣਾ ਨਾ ਤੁਸੀਂ ਦੇਖੋ ਜਿਹੜੀਆਂ ਗੱਲਾਂ ਭਾਈ ਰਣਜੀਤ ਸਿੰਘ ਨੇ ਕਹਿ ਦਿੱਤੀਆਂ ਉਹ ਤਾਂ ਇਤਿਹਾਸ ਵਿੱਚ ਲਿਖੀਆਂ ਜਾਣੀਆਂ ਨਾ ਬਿਲਕੁਲ ਠੀਕ ਹੈ ਨਾ ਦਸਾਂ ਪਾਤਸ਼ਾਹੀਆਂ ਦੇ ਟਾਈਮ ਹਾਂਜੀ ਕੀ ਕੋਈ ਸਟੇਟ ਖੜੀ ਹੋਈ ਆ ਆਪਣੇ ਆਪ ਚ ਸਿੱਖਾਂ ਦੀ ਨਹੀਂ ਨਾ ਓਕੇ ਸ਼੍ਰੋਮਣੀ ਕਮੇਟੀ ਇਦਾਂ ਦੀ ਸੰਸਥਾ ਬਣੀ ਕੋਈ ਗੁਰਦੁਆਰੇ ਬਣੇ ਕੋਈ ਇਦਾਂ ਦੀ ਇੰਨੀ ਵੱਡੀ ਪੱਧਰ ਤੇ ਉੱਤੇ ਜਾਨੀ ਪਹਿਲੇ ਪਾਸ਼ਾ ਨੇ ਕਰਤਾਰਪੁਰ ਬਸਾਇਆ ਰਾਈਟ ਠੀਕ ਹੈ ਉਹਨਾਂ ਦੇ ਜੀਂਦੇ ਜੀ ਉੱਜੜ ਗਿਆ ਉਹਨਾਂ ਦੇ ਲਈ ਬਿਲਕੁਲ ਠੀਕ ਹੈ ਦੂਜੇ ਪਾਸ਼ਾ ਨੇ ਖਡੂਰ ਸੀਗੇ ਉਹ ਉਹਨਾਂ ਦੇ ਜੀਂਦੇ ਜੀ ਉਹਨਾਂ ਨੂੰ ਬਾਬਾ ਅਮਰਦਾਸ ਜੀ ਨੂੰ ਕਹਿਣਾ ਪੈ ਗਿਆ ਵੀ ਇੱਥੋਂ ਚਲੇ ਜਾਓ ਹੂੰ ਠੀਕ ਹੈ ਠੀਕ ਹੈ ਤੀਜੇ ਚੌਥੇ ਪੰਜਵੇਂ ਛੇਵੇਂ ਪਾਸ਼ਾ ਦੀ ਮਿਹਨਤ ਰਾਈਟ ਛੇਵੇਂ ਪਾਸ਼ਾ ਦੇ ਜੀਂਦੇ ਜੀ ਹੱਥ ਧੋ ਕੇ ਛੱਡ ਕੇ ਜਾਣੀ ਪੈਗੀ ਇਦਾਂ ਖੱਲੀ ਨਜ਼ਰ 10ਵੇਂ ਪਾਸ਼ਾ ਦਾ ਹੱਥੀ ਵਸਾਇਆ ਆਨੰਦਪੁਰ ਆਪਣੇ ਜੀਂਦੇ ਜੀ ਆਪਣੇ ਚਾਰ ਪੁੱਤਰਾਂ ਦੇ ਸਾਹਮਣੇ ਐਦਾਂ ਛੱਡ ਕੇ ਜਾਣਾ ਪੈ ਗਿਆ ਜੋ ਸੀਗਾ ਉੱਥੇ ਉੱਜੜ ਗਿਆ ਪਰ ਇੱਕ ਚੀਜ਼ ਦਾ ਖਿਆਲ ਰੱਖਿਓ ਹਾਂਜੀ ਜਿਹੜਾ ਅੱਜ ਨਾ ਆਇਆ ਜੁਕਸ਼ ਹੈਗਾ ਉਹਨਾਂ ਦਾ ਉਹ ਉਹ ਦੁਨੀਆ ਖੋ ਨਹੀਂ ਸਕਦੀ ਕਦੇ ਨਾ ਕੋਈ ਔਰ ਸਾਡੇ ਨਾਲ ਵੀ ਇਦਾਂ ਹੀ ਆ ਬਿਲਕੁਲ ਠੀਕ ਆ ਜਿਹੜੇ ਬੰਦੇ ਅੱਗੇ ਤੁਰਦੇ ਆ ਨਾ ਜਿਹੜੇ ਕੁਰਬਾਨੀ ਕਰਨੇ ਨੂੰ ਤਿਆਰ ਹੁੰਦੇ ਆ ਜਿਹੜੇ ਕਿਸੇ ਦੂਜਿਆਂ ਦੇ ਲਈ ਖਤਰੇ ਮੂਲ ਉਠਾਉਂਦੇ ਆ ਰਿਸਕ ਲੈਂਦੇ ਆ ਜਿਹੜੇ ਆਪਾਂ ਵਾਰਨ ਲਈ ਤਿਆਰ ਹੋ ਜਾਂਦੇ ਆ ਉਹ ਕੁਝ ਵਾਪਰੇ ਚਾਹੇ ਨਾ ਵਾਪਰੇ ਜਿਹੜਾ ਉਹਨਾਂ ਦਾ ਕੀਤਾ ਹੋਇਆ ਕੰਮ ਆ ਉਹ ਇਤਿਹਾਸ ਦੇ ਵਿੱਚ ਹਮੇਸ਼ਾ ਯਾਦ ਰਹਿਣਾ ਉਹਦੇ ਉੱਤੇ ਲਾਲਖੀ ਨਹੀਂ ਮਾਰ ਸਕਦਾ ਕੋਈ ਹੁਣ ਢੜਰੀ ਵਾਲੇ ਦੇ ਕੰਮ ਦੇ ਉੱਤੇ ਮਾਰ ਦਊਗਾ ਕੋਈ ਨਹੀਂ ਪੋਸਿਬਲ ਨਹੀਂ ਹੁਣ ਸਵਾਲ ਇਹ ਥੋੜੀ ਆ ਕੋਈ ਸੰਸਥਾ ਖੁੱਲੇ ਨਾ ਖੁੱਲੇ ਉਹ ਬਰਾਬਰ ਦੀ ਧਿਰ ਬਣਨ ਚਾਹੀਦੀ ਨਾ ਬਣਨ ਜਿਹੜੀਆਂ ਉਹਨਾਂ ਦੀਆਂ ਆਪਣਾ ਆਪਣਾ ਪੈਸ਼ਨ ਆ ਜਿਹੜੀ ਉਹ ਗੱਲ ਕਹਿ ਰਹੇ ਆ ਉਹ ਜਿਹੜੇ ਖੁਦਗਰਜ਼ ਆ ਬੇਈਮਾਨ ਆ ਲਾਲਚੀ ਲੋਕ ਆ ਉਹਨਾਂ ਦੀ ਕਸਵੱਟੀ ਤੇ ਥੋੜਾ ਪਰਖੇ ਜਾਣੀ ਉਹ ਨਹੀਂ ਨਹੀਂ ਉਹ ਕੋ ਕਹਿਣਾ ਚਾਹੀਦਾ ਨਾ ਕਹਿਣ ਉਹਦੇ ਵਿੱਚੋਂ ਕੋ ਮੰਨਣ ਚਾਹੀਦਾ ਨਾ ਮੰਨਣ ਅਲਰਾਇਟ ਭਰੋਸਾ ਕਰਨ ਚਾਹੀਦਾ ਨਾ ਕਰਨ ਆਪਣੇ ਆਪ ਦੇ ਵਿੱਚ ਹੋ ਗਿਆ ਬਸ ਉਹ ਅਨੰਦਪੁਰ ਦੇ ਵਿੱਚ 6 ਮਹੀਨੇ ਘਿਰ ਆ ਪਿਆ ਰਿਆ ਤੇ ਇਹ ਨਹੀਂ ਸੁਣਿਆ ਕਿ 600 ਬੰਦਾ ਵੀ ਉੱਥੇ ਜਾ ਕੇ ਟੱਕਰਿਆ ਹੋਵੇ ਉਹਨਾਂ ਨੂੰ ਮੁਗਲਾਂ ਨੂੰ ਪੇ ਜਾ ਕੇ ਉਹਨੇ ਟੱਕਰਾਂ ਤੋੜਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਬਾਹਰੋਂ ਕਿਤੇ ਕਿਸੇ ਨੇ ਨਹੀਂ ਲਿਖਿਆ ਨਹੀਂ ਨਹੀਂ ਨਾ ਉਹਦੇ ਨਾਲ ਕੀ ਕੀ ਹੋ ਗਿਆ ਫਿਰ ਕਿ ਗੁਰੂ ਗੋਬਿੰਦ ਸਿੰਘ ਘਟ ਗਿਆ ਛੋਟਾ ਹੋ ਗਿਆ ਉਹਨੇ ਨਹੀਂ ਹੈਨਾ ਉਹ ਰੋਲਾ ਤਾਂ ਪਿਆ ਹੀ ਹੋਊਗਾ ਨਾ ਤੇ ਗੁਰੂ ਗੋਬਿੰਦ ਸਿੰਘ ਦੇ ਸਹਿਬਜ਼ਾਦੇ ਜਿਹੜੇ ਆ ਅਸੀਂ ਕਿੱਦਾਂ ਢਾਡੀ ਸਾਡੇ ਰੋਲਾ ਪਾਉਂਦੇ ਆ ਕਿ ਜਦੋਂ ਮਰਿੰਡੇ ਤੋਂ ਸਰਹੰਦ ਨੂੰ ਲੈ ਕੇ ਗਏ ਆ ਤੇ ਰਾਹ ਦੇ ਵਿੱਚ ਦੇਖਦੇ ਸੀ ਲੋਕ ਇੰਦਾ ਰੋਲਾ ਤਾਂ ਪਿਆ ਹੋਣਾ ਨਾ ਅਨੰਦਪੁਰ ਦੇ ਘੇਰੇ ਦਾ ਵੀ ਪਿਆ ਹੋਣਾ ਰਾਈਟ ਨਹੀਂ ਬਿਲਕੁਲ ਮੂੰਹ ਤੋਂ ਹੀ ਗੱਲਾਂ ਗਈਆਂ ਹੀ ਹੋਣੀਆਂ ਹਾਂ ਤਾਂ ਏਦਾਂ ਥੋੜੇ ਕਰਫਿਊ ਲਾਇਆ ਸੀ ਉਹਨਾਂ ਨੇ ਠੀਕ ਹੈ ਮਿਲਟਰੀ ਦਾ ਉਹਦਾ ਫੌਜ ਦਾ ਘੇਰਾ ਸੀਗਾ ਹੈਨਾ ਹੁਣ ਸਹਿਬਜ਼ਾਦਿਆਂ ਨੇ ਫੜ ਹੋਣ ਦੀ ਖ਼ਬਰ ਵੀ ਗਈ ਹੋਣੀ ਹੈ ਬਿਲਕੁਲ ਦਿਨ ਦਿਨ ਦੋ ਦਿਨ ਕਹਿੰਦੇ ਪੇਸ਼ੀ ਹੁੰਦੀ ਰਹੀ ਆ ਹਾਂਜੀ ਉਹਦੇ ਵਿੱਚ ਕਿੰਨੇ ਜਾਨੀ ਇੱਕ ਮੋਤੀ ਮੇਰੇ ਦੀ ਖਬਰ ਹੁੰਦੀ ਆ ਵੀ ਉਹ ਦੁੱਧ ਲੈ ਕੇ ਗਿਆ ਕਿ ਨਹੀਂ ਹੋਰ ਕਿੰਨੀ ਕਿ ਗਿਣਤੀ ਦੇ ਵਿੱਚ ਇਹ ਗੱਲ ਹੋਈ ਆ ਵੀ ਲੋਕ ਜਾ ਕੇ ਘੇਰਾ ਪਾ ਲਿਆ ਤਾਂ ਉੱਥੇ ਹੜਾ ਗਿਆ ਲੋਕਾਂ ਦਾ ਨਹੀਂ ਕੀ ਉਹਦੇ ਨਾਲ ਸਹਿਜਾਦਿਆਂ ਨੂੰ ਫਰਕ ਪੈ ਗਿਆ ਨਹੀਂ ਬਿਲਕੁਲ ਨਹੀਂ ਅੱਜ ਵੀ ਨਹੀਂ ਪੈਣਾ ਬਿਲਕੁਲ ਠੀਕ ਹੈ ਹਾਂ ਸਾਡਾ ਨਾਂ ਜਿਹੜਾ ਆ ਉਹ ਜਿਹੜੇ ਕਿਉਂਕਿ ਜਦੋਂ ਨਾ ਬੰਦਾ ਮਨੋ ਲੈ ਜਾਂਦਾ ਇਦਾਂ ਜਦੋਂ ਇਦਾਂ ਤੁਹਾਡਾ ਇਦਾਂ ਮਨ ਹੋ ਜਾਂਦਾ ਵੀ ਨਹੀਂ ਇਹ ਕਿਸੇ ਕੰਮ ਦਾ ਨਹੀਂ ਹੈਗਾ ਫਿਰ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਵੇਗਾ ਇੰਦਾ ਦੀ ਗਿਣਤੀ ਬਹੁਤ ਦੁਨੀਆ ਦੇ ਵਿੱਚ ਬਹੁਤ ਲੋਕ ਹੋਣੇ ਆ ਜਿਹੜੇ ਗੱਲੀ ਅਸੀਂ ਚੰਗੀਆਂ ਕਰਕੇ ਕਰਨਾ ਚਾਹੁੰਦੇ ਆ ਠੀਕ ਹੈ ਜਾਨੀ ਅੱਜ ਕਿਉਂਕਿ ਜਿੰਨਾ ਵਧੀਆ ਅੱਜ ਮੌਕਾ ਆ ਨਾ ਸਾਡੇ ਕੋਲ ਠੀਕ ਹੈ ਮੈਨੂੰ ਆਪਣੇ ਆਪ ਚ ਇਦਾਂ ਬਾਰ-ਬਾਰ ਉਹ ਤਾਂ ਹੋ ਹੀ ਜਾਂਦਾ ਜਿੰਨਾ ਵਧੀਆ ਅੱਜ ਮੌਕਾ ਆ ਕਿਉਂਕਿ ਹੁਣ ਤੱਕ ਤੁਸੀਂ ਪਿੱਛੇ ਹਿਸਟਰੀ ਨੂੰ ਪੜ੍ਹ ਕੇ ਦੇਖ ਲਓ 올 ਰਾਈਟ 47 ਦੀ ਵੀ ਗੱਲ ਕਰਦੇ ਤੁਸੀਂ ਮਾਸਟਰ ਤਾਰਾ ਸਿੰਘ ਹੁਣੀ ਹਾਂਜੀ ਬੰਦੇ ਇਮਾਨਦਾਰ ਸੀ ਸਾਰਾ ਕੁਝ ਸੀ ਆਲ ਰਾਈਟ ਠੀਕ ਹੈ ਪਰ ਉਹਨਾਂ ਦੇ ਵਿੱਚ ਇੰਨੀ ਲਿਆਕਤ ਨਹੀਂ ਸੀ ਠੀਕ ਯਾ ਠੀਕ ਹੈ ਲੰਗੋਵਾਲ ਦੇ ਟਾਈਮ ਭਿੰਡਰਾਂ ਵਾਲੇ ਦੇ ਟਾਈਮ ਭਿੰਡਰਾਂ ਵਾਲੇ ਦੀ ਕੁਰਬਾਨੀ ਦੇ ਉੱਤੇ ਮੈਂ ਕਹਿੰਦਾ ਕੋਈ ਸ਼ੱਕ ਨਹੀਂ ਕਰਦਾ ਬੰਦਾ ਕਹਿ ਸਕਦੇ ਬਈ ਅਗਲੇ ਨੇ ਉਹਦੇ ਕੋਲ ਮੌਕਾ ਸੀ ਯਾਰ ਬਾਕੀ ਚਲ ਗਿਆ ਵਾਹ ਖੜੀਆਂ ਕਰਕੇ ਉਹ ਵੀ ਜਾ ਸਕਦਾ ਸੀ ਜਾ ਸਕਦਾ ਕੋਈ ਨਾ ਕੋਈ ਕੋਸ਼ਿਸ਼ ਕਰਦਾ ਸਰਕਾਰ ਦੇ ਨਾਲ ਸਮਝੌਤਾ ਕਰਨੇ ਦੀ ਨਹੀਂ ਕੀਤਾ ਹੂੰ ਪਹਿਲਾਂ ਇੰਦਰਾ ਗਾਂਧੀ ਕਹੇ ਹਟੀ ਗੱਲ ਕਰਨੇ ਨੂੰ ਅਗਲਾ ਠੋਕੇ ਸਟੇਟਮੈਂਟਾਂ ਦਿੰਦਾ ਰਿਹਾ ਠੀਕ ਹੈ ਨਾ ਪਰ ਹਥਿਆਰ ਚੱਕ ਕੇ ਲੜਨੇ ਦਾ ਫੈਸਲਾ ਜਿਹੜਾ ਸੀਦਾ ਉਹ ਉਹ ਡੈਮੋਕ੍ਰੇਸੀ ਦੇ ਆਮ ਲੋਕਾਂ ਦੇ ਉਹ ਇਹ ਨਹੀਂ ਦੇਖਿਆ ਕਿ ਮੈਂ ਦਰਬਾਰ ਸਾਹਿਬ ਦੇ ਅੰਦਰ ਬੈਠਾ ਆ ਮੇਰੇ ਨਾਲ 50 ਬੰਦੇ ਸਕਿਉਰਿਟੀ ਵਾਲੇ ਆ ਜਦੋਂ ਜਿਹੜੇ ਆਮ ਬੰਦਾ ਆ ਜਦੋਂ ਉਹ ਹਥਿਆਰ ਚੱਕ ਕੇ ਤੁਰੂਗਾ ਉਹਦੀ ਪਰਭਾਈ ਕੌਣ ਕਰੂਗਾ ਮੇਰੇ ਨਾਲ ਤਾਂ ਇੰਦਰਾ ਗਾਂਧੀ ਗੱਲ ਕਹਿਣ ਨੂੰ ਗੱਲ ਕਰਨੇ ਨੂੰ ਆਫਰ ਕਰ ਰਹੀ ਆ ਉਹ ਬੰਦੇ ਮੇਰੀ ਤੱਕ ਬੀਸੀ ਤੱਕ ਗੱਲ ਸੁਣਦੇ ਆ ਮਨਿਸਟਰਾਂ ਨਾਲ ਮੇਰੀ ਗੱਲ ਹੁੰਦੀ ਗਿਆ ਨਹੀਂ ਜਲਸੂਨਾਂ ਨਾਲ ਗੱਲ ਹੁੰਦੀ ਆ ਅਮਨ ਦੇ ਨਾਲ ਕੀ ਵਾਪਰੂਗਾ ਉਹ ਉਹਨਾਂ ਦੇ ਪੱਦਰ ਤੇ ਨਹੀਂ ਖੜ ਕੇ ਸੋਚਿਆ ਬਿਲਕੁਲ ਠੀਕ ਹੈ ਨਾ ਪਰ ਅੱਜ ਜਦੋਂ ਢੱਡੀਆਂ ਵਾਲਿਆਂ ਦੀ ਗੱਲ ਕਰਦੇ ਆ ਨਾ ਉਹ ਉੱਥੇ ਤੁਹਾਨੂੰ ਸਭ ਕੁਝ ਮਿਲਦਾ ਜਾਨੀ ਠੀਕ ਹੈ ਔਰ ਜਿੰਨੀ ਗਿਣਤੀ ਦੇ ਵਿੱਚ ਅਸੀਂ ਬਾਹਰਲੇ ਮੁਲਕਾਂ ਚ ਆ ਕੇ ਬੈਠੇ ਆ ਹਾਂਜੀ ਠੀਕ ਹੈ ਜਿੰਨੀ 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 ਜਿੱਡੀ ਵੱਡੀ ਗਲਤੀ ਟਕਸਾਲ ਨੇ ਸ਼ਬੀਲ ਲਾ ਕੇ ਕਰਕੇ ਆਪਣੀ ਬਦਨਾਮੀ ਕਰਾਉਣ ਦੀ ਕਰ ਲਈ ਆ 올 ਰਾਈਟ ਠੀਕ ਹੈ ਉਹ ਸਾਰੇ ਕੁਝ ਨੂੰ ਦੇਖ ਕੇ ਜਣੀ ਅੱਜ ਲੱਗਦਾ ਵੀ ਬਹੁਤ ਸੋਹਣੀ ਅਪਰਚੂਨਿਟੀ ਆ ਸਾਡੇ ਕੋਲ ਸੁਨਹਿਰੀ ਮੌਕਾ ਆ ਸਾਡੇ ਕੋਲ ਠੀਕ ਹੈ ਸਾਡੇ ਨਾਲ ਇੱਕ ਸਰੋਤੇ ਆ ਜੀ ਜਿਹਨੇ ਹੋਲਡ ਕੀਤਾ 7 ਮਿੰਟ ਤੋਂ ਸਵਾਗਤ ਹੈ ਜੀ ਤੁਹਾਡਾ 0107 ਦੇਦੇ ਤੁਸੀਂ ਹੈਗੇ ਆ ਜੀ ਧੰਨਵਾਦ ਜੀ ਤੁਹਾਡਾ ਤੁਹਾਨੂੰ ਬਣਦਾ ਵੀ ਨਹੀਂ ਸੀਗਾ ਇਦਾਂ ਤਾਂ ਜਿਆਦਾ ਜਿਆਦਾ ਚਿਰ ਵੇਟ ਕਰਨੀ ਪਈ ਆ ਇੱਕ ਹੋਰ ਗੱਲ ਮੈਨੂੰ ਲੱਗਦੀ ਸੀ ਕਿ ਜਿੱਦਾਂ ਹੈਗਾ ਆ ਆਪਾਂ ਕਹਿੰਦੇ ਆ ਆਪਾਂ ਬੰਦੇ ਬੰਦੇ ਬੰਦਾ ਇਸ ਬੰਦੇ ਨੂੰ ਆਪਣੇ ਆਪ ਚ ਲੱਗਦਾ ਕਿ ਮੇਰੇ ਕੋਲ ਗਿਆਨ ਵੀ ਹੈਗਾ ਮੈਂ ਇਮਾਨਦਾਰ ਵੀ ਹੈਗਾ ਹੂੰ ਤੇ ਉਹਦੇ ਨਾਲ ਪਰ ਅੱਜ ਸਾਡੇ ਸਾਹਮਣੇ ਐਗਜ਼ਾਮਪਲਾਂ ਨੇ ਭਾਈ ਸਾਹਿਬ ਨੂੰ ਬੰਦਾ ਦੇਖ ਲਵੇ ਕਿ ਰਿਜ਼ਲਟ ਜਿਹੜੇ ਅੱਜ ਉਹਨਾਂ ਨੂੰ ਕੀ ਕੀ ਹੋ ਰਿਹਾ ਉਹਨਾਂ ਦੇ ਨਾਲ ਕਿ ਉਹਦੇ ਲਈ ਵੀ ਤਿਆਰੀ ਹੈਗੀ ਆਪਣੀ ਉਹ ਉਹ ਨਹੀਂ ਨਾ ਉਹ ਚ ਉਹ ਅਗਲਾ ਚਾਹੁੰਦਾ ਹੈ ਵੀ ਇਹ ਇਹ ਸਾਰਾ ਕੁਝ ਤੁਸੀਂ ਲੈ ਲਓ ਰਿਸਕ ਤਾਂ ਤੁਸੀਂ ਕਰੀ ਜਾਓ ਪਰ ਜਿਹੜਾ ਆ ਕਰਨੇ ਵਾਲਾ ਕੰਮ ਆ ਇਹ ਮੈਨੂੰ ਦੇ ਦਿਓ ਬਿਲਕੁਲ ਹੁਣ ਉਹ ਅਸੀਂ ਇਹ ਨਹੀਂ ਸਮਝਦੇ ਕਿ ਜਿੰਨਾ ਚਿਰ ਤੁਸੀਂ ਉਹ ਕੁਠਾਲੀ ਵਿੱਚੋਂ ਨੀਂ ਨੰਗਦੇ ਉਸ ਅਗ ਦੇ ਵਿੱਚੋਂ ਜਿਹੜੀ ਅਸੀਂ ਸ਼ੁਰੂ ਚ ਗੱਲ ਕਰਦੇ ਸੀ ਤੁਸੀਂ ਕਹਿੰਦੇ ਸੀ ਜਿਹੜੇ ਗੁਰੂ ਸਾਹਿਬ ਦੇ ਨਾਲ ਬੰਦੇ ਸੀ ਹਾਂਜੀ ਠੀਕ ਹੈ ਜਿਹਨੇ ਭਰੋਸਾ ਕੀਤਾ ਹਾਂਜੀ ਉਹ ਕਰ ਹੀ ਹੋ ਸਕਦਾ ਆ ਜਿਹਦੇ ਅੰਦਰ ਇਹ ਸਾਰਾ ਕੁਝ ਕਰਨ ਦੀ ਸ਼ਮਤਾ ਆ ਆਲ ਰਾਈਟ ਤਾਂ ਹੀ ਤਾਂ ਜਦੋਂ ਚਮਕੌਰ ਦੀ ਗੜੀ ਵਿੱਚੋਂ ਗੱਲ ਹੁੰਦੀ ਹੈ ਉੱਥੇ ਸਾਰੇ ਇਹ ਕਹਿ ਰਹੇ ਆ ਵੀ ਪਹਿਲਾਂ ਮੈਂ ਜਾਣਾ ਪਹਿਲਾਂ ਮੈਂ ਜਾਣਾ ਹੂੰ 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 ਹਾਂ ਠੀਕ ਆ ਹੂੰ ਉਹ 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 ਜਿਹੜਾ ਭਰੋਸਾ ਕਰਨਾ ਵਿਸ਼ਵਾਸ ਕਰਨਾ ਨਾਲ ਤੁਰਨਾ ਉਹ ਕਰ ਹੀ ਹੋ ਸਕਦਾ ਆ ਜਿਹਦੇ ਅੰਦਰ ਉਹ ਸਾਰਾ ਕੁਝ ਪਰ ਜਿਹੜਾ ਜਿਹੜਾ ਬੰਦਾ ਅਸੀਂ ਕਹਿੰਨੇ ਵੀ ਜਿਹੜਾ ਬੰਦਾ ਕਿਸੇ ਮਾਲਕ ਦਾ ਕੰਮ ਸੰਭਾਲਣ ਦੇ ਲਈ ਮੇਨ ਡਿਊਟੀ ਲੈਂਦਾ ਆ ਯਾ ਉਹਦੇ ਅੰਦਰ ਕਿਉਂਕਿ ਸ਼ੁਰੂ ਨੂੰ ਭਰੋਸੇ ਤੋਂ ਕੀਤੀ ਆ ਪਰ ਉਹਦੇ ਅੰਦਰ ਕੈਲੀਬਰ ਇਹਨੇ ਸਿੱਖਣ ਦੀ ਸ਼ਮਤਾ ਇੰਨੀ ਆ ਕਿ ਉਹ ਉਨਾ ਹੀ ਜਾਣ ਜਾਂਦਾ ਜਿੰਨਾ ਮਾਲਕ ਜਾਣਦਾ ਆ ਸੋਖਾ ਇਦਾਂ ਕਹਿ ਲੋਗੇ ਇਹ ਨਹੀਂ ਹੈ ਕਿ ਕੱਲੇ ਮਤਲਬ ਕਿ ਪਤਾ ਨਹੀਂ ਕਿਦਾਂ ਕਹਿਣ ਨੂੰ ਲੱਗਦਾ ਆ ਕਿ ਗੁਰੂ ਸਾਹਿਬ ਹੀ ਕੱਲੇ ਸੀਗੇ ਮਤਲਬ ਕਿ ਬਾਕੀ ਜਿਹੜੇ ਮੂਰਖ ਹੀ ਤੁਰੇ ਫਿਰਦੇ ਨੇ ਇਦਾਂ ਥੋੜੀ ਐ ਨਹੀਂ ਨਹੀਂ ਇਦਾਂ ਨਹੀਂ ਹੁੰਦੀ ਉਹ ਤਾਂ ਉਹ ਤਾਂ ਸਾਡਾ ਜਿਹੜਾ ਨਾ ਕੰਮਚੋਰ ਆ ਬੰਦਾ ਜਿਹੜਾ ਬਿੱਲੜ ਆ ਜਿਹੜਾ ਨਕਮਾ ਆ ਜਿਹੜਾ ਸ਼ੱਕੀ ਸੁਭਾਅ ਆ ਜਿਹੜਾ ਸਾੜੇ ਦਾ ਮਾਰਿਆ ਆ ਜਿਹੜਾ ਿਰਖੱਲੂ ਆ ਉਹ ਬਹਾਨਾ ਹੀ ਕਰਦਾ ਹੈ ਬਈ ਦੇਖੋ ਜੀ ਇਹ ਤਾਂ ਇਦਾਂ ਚਾਹੁੰਦੇ ਆ ਕਿ ਅਸੀਂ ਗੁਲਾਮ ਬਣ ਕੇ ਵਿਚਰੀਏ ਬਈ ਸਾਨੂੰ ਦੱਸਣਾ ਹੀ ਨਾ ਕੁਝ ਵੀ ਹੈਨਾ ਵੈਸੇ ਕੋ ਗੂਜਾ ਬਣ ਕੇ ਵਿਚਰੀਏ ਤੁਸੀਂ ਦੇਖ ਲਿਓ ਜਿੰਨੇ ਨਕਮੇ ਬੰਦੇ ਨਾ ਜਦੋਂ ਜਿੰਨੇ ਕੰਮਚੋਰ ਬੰਦੇ ਬੇਈਮਾਨ ਬੰਦੇ ਮਤਲਬ ਕੱਢ ਕੇ ਲੱਤ ਮਾਰਨ ਵਾਲੇ ਬੰਦੇ ਜਦੋਂ ਛੱਡ ਕੇ ਜਾਂਦੇ ਆ ਉਹ ਚਾਹੇ ਪਰਿਵਾਰ ਦੇ ਵਿੱਚੋਂ ਹੋਵੇ ਡਿਵੋਰਸ ਹੁੰਦਾ ਜਦੋਂ ਹੂੰ ਹੂੰ ਠੀਕ ਹੈ ਜਿੰਨੇ ਸਵਾਰਥੀ ਬੰਦੇ ਡਿਵੋਰਸ ਕਰਦੇ ਆ ਮਤਲਬ ਕੱਢ ਕੇ ਉਹਨਾਂ ਦੇ ਇਲਜ਼ਾਮ ਸੁਣਿਓ ਠੀਕ ਹੈ ਠੀਕ ਹੈ ਉਹ ਇਲਜ਼ਾਮ ਜੇ ਹੁਣ ਇਦਾਂ ਅਸੀਂ ਇਦਾਂ ਦੇ ਵੀ ਪਰਿਵਾਰ ਦੇਖੇ ਆ ਵੀ ਜਿਨ੍ਹਾਂ ਨੇ ਲੜਕੀ ਵਿਆਹੀ ਆ 올 ਰਾਈਟ ਤੇ ਲੜਕੀ ਦਾ ਸਾਰਾ ਟੱਬਰ ਆ ਗਿਆ ਠੀਕ ਹੈ ਆ ਕੇ ਲੜਕੀ ਦੇ ਸਹੁਰੇ ਰਹਿੰਦਾ ਰਿਹਾ 올 ਰਾਈਟ ਠੀਕ ਹੈ 4 4 5 5 ਸਾਲ ਖੰਦਾ ਰਿਹਾ ਕਰਦਿਆਂ ਨੂੰ ਸਾਰਾ ਕੁਝ ਇਦਾਂ ਯਾ ਠੀਕ ਹੈ ਇੱਕ ਸਟੇਜ ਹੋਈ ਆਈ ਜਦੋਂ ਲੜਕੀ ਪੱਕੀ ਹੋ ਗਈ ਘਰ ਦੇ ਵੀ ਪੱਕੇ ਹੋ ਗਏ ਠੀਕ ਹੈ ਹੈਨਾ ਫਿਰ ਕੋਈ ਨਾ ਕੋਈ ਕਾਰਨ ਬਣਿਆ ਹੋਊਗਾ ਕੁਝ ਵੀ ਉਹਨਾਂ ਨੂੰ ਲੱਗਿਆ ਇਦਾਂ ਪੇ ਚਾਕੇ ਜਦੋਂ ਛੜੀ ਛਡਾਈਆ ਹੋਇਆ ਨਾ ਫਿਰ ਇਦਾਂ ਫੇਲ ਇਲਜ਼ਾਮ ਪਤਾ ਕਿਦਾਂ ਦੇ ਲੜਕੇ ਦੇ ਉੱਤੇ ਫਿਰ ਸਾਨੂੰ ਜੀ ਰਾਤ ਨੂੰ ਪੇ ਕੁੜੀ ਦੀ ਮਾਂ ਨੂੰ 12 ਵਜੇ ਛੱਡ ਦਿੰਦਾ ਸੀ ਪੇ ਭਾਂਡੇ ਤੋਂ ਪੇ ਸਾਰਾ ਟੱਬਰ ਮਰ ਗਿਆ ਤੁਸੀਂ ਘਰ ਚ ਬੈਠਾ ਆ ਹੈ ਹੈ ਪੇ ਉਹ ਤਾਂ ਇਹ ਹੋਣਾ ਵੀ ਤੁਸੀਂ ਤੁਸੀਂ ਤੰ ਕਰਦੇ ਹੋਣੇ ਉਹਨੂੰ ਹੁਣ ਇਲਜ਼ਾਮ ਕਿਹੜਾ ਲਾਉਣ ਲੱਗੇ ਹੋ ਤੁਸੀਂ ਹਮ ਹਣਾ ਪੇ ਸਾਹਮਣੇ ਸਾਰਿਆਂ ਦੇ ਸਾਹਮਣੇ ਸਾਡੀ ਛੋਟੀ ਕੁੜੀ ਨੂੰ ਹੱਥ ਪਾ ਲਿਆ ਜੀ ਹੁਣ ਤਾਂ ਆਲ ਰਾਈਟ ਸਾਹਮਣੇ ਔਰਤ ਨੂੰ ਲੈ ਆਉਂਦਾ ਸੀ ਜੀ ਘਰ ਦੇ ਵਿੱਚ ਹੁਣ ਤੁਸੀਂ ਦੱਸੋ ਸਾਡੀ ਕੁੜੀ ਕਿੱਦਾਂ ਚੱਲਦੀ ਇੰਨੇ ਸਾਲ ਤਾਂ ਚੱਲੀ ਗਈ ਔਖੀ ਸੌਖੀ ਹੋ ਗਈ ਹੁਣ ਉਹ ਕਹਿੰਦੀ ਨਾ ਹੁਣ ਨਹੀਂ ਮੇਰੇ ਤੋਂ ਚੱਲ ਹੁੰਦਾ ਉਹ ਅਗਲੇ ਨੂੰ ਪਤਾ ਫਿਰ ਪੱਕੀ ਹੋ ਗਈ ਸਟੈਂਪ ਲੱਗ ਗਈ ਸਿਟੀਜ਼ਨ ਮਿਲ ਗਈ 올 ਰਾਈਟ ਹੈ ਨਾ ਫੇ ਕਰਕੇ ਤੁਹਾਡਾ ਹੋ ਗਿਆ ਪੈਰਾਂ ਤੇ ਹੋ ਗਿਆ ਹੁਣ ਤੁਸੀਂ ਹੈ ਨਾ ਲਤ ਮਾਰਨੀ ਤੁਸੀਂ ਮਾਰ ਦਿਓ ਇਹੀ ਕੰਮ ਸੰਸਥਾਵਾਂ ਦੇ ਅੰਦਰ ਯਾ ਠੀਕ ਉਹ ਬੰਦੇ ਜਿਹੜੇ ਕੰਮਚੋਰ ਹੁੰਦੇ ਜਿਹੜੇ ਬਿੱਲੜ ਹੁੰਦੇ ਹਨ ਜਿਹੜੇ ਨਕਮੇ ਹੁੰਦੇ ਆ ਠੀਕ ਆ ਉਹ ਹਰ ਵੇਲੇ ਤਾਕਤ ਇਹ ਤੇ ਰਹਿੰਦੇ ਆ ਫੇ ਕਿੱਥੋਂ ਖਾਈਏ ਕਿਦਾਂ ਕਿਦਾਂ ਆਪਣਾ ਆਪਣਾ ਜਿਹੜਾ ਆ ਮਤਲਬ ਕੱਢ ਕੇ ਗਾਂ ਜਾਈਏ ਕਿਉਂਕਿ ਉਹਨਾਂ ਦੀ ਜ਼ਿੰਦਗੀ ਖੜੀ ਇਸ ਗੱਲ ਦੇ ਉੱਤੇ ਹੁੰਦੀ ਆ ਚਾਹੇ ਉਹ ਸੋਸ਼ਲ ਵੈਲਫੇਅਰ ਹੋਵੇ ਚਾਹੇ ਏਸੀਸੀ ਹੋਵੇ ਠੀਕ ਆ ਚਾਹੇ ਫੰਡਿੰਗ ਹੋਵੇ ਕਿਤੇ ਹੋਰ ਦਾ ਪੈਸਾ ਹਮੇਸ਼ਾ ਹੀ ਉਹ ਉਹ ਕਹਿੰਦੇ ਹੁੰਦੇ ਆ ਕਿ ਅਕਲ ਮੇਰੀ ਆ ਤੇ ਪੈਸਾ ਤੁਹਾਡਾ ਆ ਹਮ ਠੀਕ ਆ ਕੁਰਬਾਨੀ ਤਿਆਗ ਬਾਕੀ ਸਾਰਾ ਕੁਝ ਜ਼ਿੰਮੇਵਾਰੀ ਤੁਹਾਡੀ ਆ ਉਹ ਚੱਲਣਾ ਨਹੀਂ ਚੱਲਣਾ ਉਹ ਨਾਲ ਮੈਨੂੰ ਪੁੱਛਿਓ ਸੈਮੀਨਾਰ ਮੈ ਲਾਣੇ ਆ ਇਹਨਾਂ ਦੇ ਹਾਂ ਇਹੋ ਜਿਹੇ ਬੰਦਿਆਂ ਦੀ ਨਾ ਜਦੋਂ ਤੁਸੀਂ ਪਿਸ਼ੋਕੜ ਦੇਖਦੇ ਆ ਕੋਈ ਇੱਕ ਵੀ ਪ੍ਰੋਜੈਕਟ ਸਫਲ ਨਹੀਂ ਹੋਇਆ ਟਕਰਾਂ ਜਿੰਨੀ ਮਰਜ਼ੀ ਮਾਰੀਆਂ ਹੋਣ ਉਹਨਾਂ ਨੇ ਹਾਂ ਯਾ ਯਾ ਠੀਕ ਹੈ ਉਹਦੀ ਕਿਉਂਕਿ ਆਪ ਪ੍ਰੈਕਟੀਕਲੀ ਕੀਤਾ ਕੁਛ ਨਹੀਂ ਹੁਣ ਪ੍ਰੈਕਟੀਕਲੀ ਨਾ ਕੀਤਾ ਹੋਣ ਕਰਕੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਜਿਹੜੀ ਮੈਂ ਪਲਾਨ ਬਣਾ ਰਿਹਾ ਆ ਇਹਦੇ ਨਫੇ ਨੁਕਸਾਨ ਕੀ ਆ ਆਲ ਰਾਈਟ ਠੀਕ ਹੈ ਉਹ ਹਮੇਸ਼ਾ ਜਦੋਂ ਪਲਾਨ ਬਣਾਉਂਦੇ ਆ ਨਾ ਚੰਗਾ ਚੰਗਾ ਸੋਚ ਕੇ ਬਣਾਉਂਦੇ ਆ ਹੂੰ ਠੀਕ ਹੈ ਤੇ ਸਾਰਾ ਕੁਝ ਇਸ ਤਰੀਕੇ ਨਾਲ ਹੋ ਜਾਣਾ ਜਦ ਕਿ ਆਬਸਟੈਕਲ ਬਹੁਤ ਆਉਂਦੇ ਆ ਇਹਨਾਂ ਰਾਹਾਂ ਦੇ ਵਿੱਚ ਯਾ ਯਾ ਠੀਕ ਹੈ ਅਰਚਨਾ ਬਹੁਤ ਹੁੰਨੀ ਆ ਉਹਨਾਂ ਦੇ ਵਿੱਚ ਠੀਕ ਆ ਉਹਦੇ ਵਿੱਚ ਕਈ ਕਈ ਪਲਾਨਾ ਤੁਹਾਨੂੰ ਏ ਬੀ ਸੀ ਡੀ ਜਿਹੜਾ ਉਹਨਾਂ ਟਰੱਡੀਆਂ ਵਾਲੇ ਕਹਿੰਦੇ ਸੀ ਨਾ ਵੀ ਜਿਹੜਾ ਜੀਪੀਐਸ ਸਿਸਟਮ ਆ ਹਾਂਜੀ ਹਨਾ ਸਾਡਾ ਬ੍ਰੇਨ ਇਦਾਂ ਕੰਮ ਕਰਦਾ ਬਿਲਕੁਲ ਨਵਾਂ ਰਾਹ ਲੱਭ ਜਾਂਦਾ ਠੀਕ ਆ ਜਦੋਂ ਜਦੋਂ ਇੱਕ ਰਾਹ ਦੇ ਉੱਤੇ ਟ੍ਰੈਫਿਕ ਜਿਆਦਾ ਹੈ ਨਾ ਜਾਨੀ ਸੜਕ ਬੰਦ ਹੈ ਉਹ ਨਵਾਂ ਰਾਹ ਦੇ ਜਦੋਂ ਬ੍ਰੇਨ ਤੁਹਾਡਾ ਕਨੈਕਟ ਹੋਇਆ ਹੈ ਨਾ ਜੁੜਿਆ ਆ ਸੈਟਲਾਈਟ ਨਾਲ ਆ ਗਿਆ ਬਸ ਫਿਰ 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 ਤੁਸੀਂ ਦੇਖੋ ਹਨਾ ਇੱਕ ਰਾਹ ਦੇ ਵਿੱਚ ਚੜਚੜ ਆਉਂਦੀ ਆ ਇੱਕ ਟਾਈਮ ਦੇ ਉੱਤੇ ਕਿੰਨੀਆਂ-ਕਿੰਨੀਆਂ ਯੋਜਨਾਵਾਂ, ਕਿੰਨੀਆਂ-ਕਿੰਨੀਆਂ ਪਲਾਨਾਂ ਬਣਾ ਕੇ ਰੱਖਦਾ ਵੀ ਆਹ ਕਰਨਾ ਕੰਮ ਜੇ ਸਫਲ ਨਾ ਹੋਏ ਤੇ ਇਦਾਂ ਕਰਾਂਗੇ ਵੱਧ ਤੋਂ ਵੱਧ ਨੁਕਸਾਨ ਹੋਇਆ ਤੇ ਆਹ ਹੋਊਗਾ ਕੋਈ ਜਦੋਂ ਨਾ ਜਦੋਂ ਕੋਈ ਬੰਦਾ ਇਸ ਪਾਸੇ ਨੂੰ ਤੁਰਦਾ ਆ ਉਹਨੂੰ ਸਭ ਤੋਂ ਪਿਆਰੀ ਜਿਹੜੀ ਆ ਆਪਣੀ ਅਣਖ ਗੈਰਤ ਕਿਉਂਕਿ ਜਿਸ ਬੰਦੇ ਨੇ ਸਾਰਾ ਕੁਝ ਦਾਤ ਤੇ ਲਾਤਤਾ ਤੁਸੀਂ ਗੁਰੂ ਸਾਹਿਬ ਨੂੰ ਦੇਖਦੇ ਨਾ ਜਿਹੜੀ ਬੜਿਆਈ ਆ ਜਿੰਨੇ ਆਗੂ ਇਨਕਲਾਬੀ ਲਹਿਰਾਂ ਦੇ ਮੁਖੀ ਤੁਸੀਂ ਦੇਖਦੇ ਆ ਹਨਾ ਉਹਨਾਂ ਦੀ ਬੜਿਆਈ ਜਦੋਂ ਦੇਖਦੇ ਤੁਹਾਨੂੰ ਸਮਝ ਆ ਜਾਂਦੀ ਆ ਤੇ ਕਿਤੇ ਨਾ ਕਿਤੇ ਨਾ ਉਹਨੇ ਇਹ ਠਾਨ ਕੇ ਬੈਠੇ ਸੀ ਤੇ ਮੈਂ ਆਪਣੀ ਹੀਠੀ ਜਿਹੜਾ ਮੇਰਾ ਕ੍ਰੈਡਿਟ ਆ ਜਿਸ ਕਰਕੇ ਮੈਂ ਹੈਗਾ ਆ ਉਹਦੀ ਹੀਠੀ ਨਹੀਂ ਹੋਣ ਦੇਣੀ ਮੈਂ ਬਿਲਕੁਲ ਉਹ ਤਾਂ ਹੀ ਤਾਂ ਜਾਨਵਰ ਜਾਂਦੇ ਆ ਹੂੰ ਯਾ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਜਿਹੜਾ ਮੇਰਾ ਇੰਨੇ ਚਿਰ ਦੀ ਮਿਹਨਤ ਹੈ ਮੇਰੀ ਬਿਲਕੁਲ ਇਹਦੀ ਮੈਂ ਕਾਹਦੇ ਲਈ ਖਰਾਬ ਕਰੂੰਗਾ ਇਹ ਅੱਇਆ ਉਹੀ ਕਮਾਈ ਆ ਉਹਨਾਂ ਦੀ ਉਹੀ ਤਾਂ ਕਮਾਈ ਆ ਬਿਲਕੁਲ ਬਿਲਕੁਲ ਠੀਕ ਉਹਨੂੰ ਬਾਰਮ ਦੇ ਲਈ ਤੇ ਉਹਨਾਂ ਦੇ ਕਰਕੇ ਹੀ ਸੰਸਾਰ ਚੱਲਦਾ ਆ ਹੂੰ ਠੀਕ ਆ ਉਹ ਚਾਹੇ ਸੈਸ ਦੇ ਸੈਸਥਾਨ ਕਹਿ ਲੋ ਠੀਕ ਹੈ ਚਾਹੇ ਖੂਜੀ ਕਹਿ ਲੋ ਚੰਗੇ ਲੀਡਰ ਕਹਿ ਲੋ ਠੀਕ ਹੈ ਜਿਹੜੇ ਗੁਰੂ ਹੋਏ ਆ ਭਗਤ ਹੋਏ ਆ ਆਪੋ ਆਪਣੇ ਯੁੱਗ ਦੇ ਵਿੱਚ ਉਹ ਬੰਦੇ ਜਿਹੜੇ ਇਦਾਂ ਕੁਰਬਾਨੀ ਕਰਨ ਦੇ ਲਈ ਤਿਆਰ ਰਹੇ ਆ ਠੀਕ ਹੈ ਉਹ ਉਹ ਉਹਨਾਂ ਨੂੰ ਆਪਣੀ ਕੁਰਬਾਨੀ ਦੇ ਵਿੱਚੋਂ ਸਵਾਦ ਆਪਣੀ ਜ਼ਿੰਦਗੀ ਦੇ ਨਾਲ ਆਪਣੇ ਨਾਲ ਪਿਆਰ ਆ ਉਹਨਾਂ ਨੂੰ ਬਿਲਕੁਲ ਠੀਕ ਹੈ ਦੂਜਾ ਉਹ ਤਾਂ ਬਾਕੀ ਤਾਂ ਸੈਕੰਡਰੀ ਆ ਪ੍ਰਾਇਮਰੀ ਉਹ ਆਪਿਆ ਜਿਸ ਕਰਕੇ ਆਪਣੇ ਲਈ ਸਾਨੂੰ ਪਤਾ ਹੈ ਹਰ ਇੱਕ ਬੰਦਾ ਕਰਨੇ ਨੂੰ ਤਿਆਰ ਹੁੰਦਾ ਜਿਹੜੀ ਆਪਣੀ ਜ਼ਾਇਦਾ ਉਹ ਹੈ ਨਾ ਭਗਤ RAM ਦੀ ਜੀ ਦਾ ਸ਼ਬਦ ਹੈ ਨਾ ਇੱਕ ਕਾਮੀ ਪੁਰਖ ਕਾਮਣੀ ਪਿਆਰੀ ਲੋਭੀ ਨਰ ਧਨ ਕਾ ਹਿਤਕਾਰੀ ਠੀਕ ਹੈ ਐਸੀ ਨਾਮੇ ਪ੍ਰੀਤ ਮਾਰੀ ਉਹ ਜਿਹੜੀ ਪ੍ਰੀਤ ਆ ਉਹ ਅਸੀਂ ਤਾਂ ਨਾਮ ਦੇ ਨਾਲ ਕਰ ਦਿੱਤੀ ਨਾ ਵਾਹਿਗੁਰੂ 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 ਤਬਲਾ ਲੱਪੇ ਕੁੱਟਣ ਜਾਣੀ ਠੀਕ ਹੈ ਉਹ ਬਸ ਉਹ ਕਿਉਂਕਿ ਉਹ ਆਪਣੇ ਲਈ ਵਾਹਿਗੁਰੂ ਵਾਹਿਗੁਰੂ ਕਹਿਣ ਤੋਂ ਆਪਣੇ ਲਈ ਸਵਰਗ ਲੱਭਣ ਤੋਂ ਆਪਣੇ ਲਈ ਸੁੱਖ ਨਹੀਂ ਸਕਦਾ ਪਾਠ ਕਰਕੇ ਉੱਚੋ ਸ਼ਾਂਤੀ ਲੱਭਣ ਨਾਲੋਂ ਬਹੁਤ ਵੱਡੀ ਗੱਲ ਹੈ ਆਹੋ ਬਿਲਕੁਲ ਠੀਕ ਹੈ ਉੱਥੇ ਤਾਂ ਉੱਥੇ ਤਾਂ ਸਮਾਜ ਨੂੰ ਖੜਾ ਉੱਥੇ ਤਾਂ ਬ੍ਰਹਮੰਡ ਦਿਸ ਰਿਹਾ ਉਹਨੂੰ ਉਹਨੂੰ ਤਾਂ ਉਹ ਰੱਬ ਉਹ ਦਿਸ ਰਿਹਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਹਮਣੇ ਬੈਠਾ ਆ ਉਹ ਆਪਣੇ ਆਪ ਨੂੰ ਉਹਦਾ ਹਿੱਸਾ ਸਮਝਦਾ ਠੀਕ ਹੈ ਜਿਹਦੇ ਬਾਰੇ ਭਗਤ ਰਵਿਦਾਸ ਜੀ ਕਹਿੰਦੇ ਆ ਨਾ ਵੀ ਜਿਹੜੀ ਜਿਹੜੀ ਤੇਰੀ ਬੰਨੀਓ ਤਾਂ ਛਡਾਲਾਂਗੇ ਅਸੀਂ ਹਨਾ ਜਦੋਂ ਅਸੀਂ ਬੰਨਿਆ ਤੈਨੂੰ ਹੂੰ ਠੀਕ ਹੈ ਫੇ ਨਹੀਂ ਉਹ ਆਪਣੇ ਆਪ ਨੂੰ ਇੰਨਾ ਨੇੜੇ ਸਮਝਦੇ ਆ ਉਹਦਾ ਅੰਸ਼ ਸਮਝਦੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਇੱਥੇ ਮੇਰੀ ਜ਼ਿੰਮੇਵਾਰੀ ਆ ਮੈਂ ਉਹ ਉਹਦਾ ਕਿਉਂਕਿ ਐਂਬੈਸਡਰ ਆ ਨਾ ਉਹਦਾ ਮੈਂ ਬਿਲਕੁਲ ਬਿਲਕੁਲ ਹਨਾ ਜੇ ਮੈਂ ਨਹੀਂ ਕਰੂੰਗਾ ਤਾਂ ਹੋਰ ਕੌਣ ਕਰੂਗਾ ਫਿਰ ਹੂੰ ਠੀਕ ਹੈ ਇੰਨੇ ਹੱਕ ਦੇ ਨਾਲ ਇੰਨੇ ਦਾਅਵੇ ਦੇ ਨਾਲ ਤਾਂ ਹੀ ਤਾਂ ਹੀ ਤਵੀ ਤੇ ਵੰਦੇ ਆ ਅਸੀਂ ਕਹਿੰਨੇ ਵੀ ਪਾਣਾ ਮਿੱਠਾ ਲੱਗਦਾ ਜੀ ਉਹਨਾਂ ਨੂੰ ਤਾਂ ਉਹ ਤਾਂ ਇਦਾਂ ਨਹੀਂ ਇਦਾਂ ਨਹੀਂ ਲੱਗਦਾ ਭਾਈ ਸੁਰਤ ਬਹੁਤ ਉੱਚੀ ਚੱਲ ਜਾਂਦੀ ਠੀਕ ਜਦੋਂ ਤੁਸੀਂ ਬੱਚੇ ਨੂੰ ਸਭ ਕੁਝ ਸਮਝ ਲੈਣੇ ਆ ਤੁਹਾਡੇ ਬੱਚੇ ਦੇ ਸੱਟ ਲੱਗਣ ਲੱਗੇ ਰਹਿੰਦਾ ਕੁਝ ਯਾਦ ਬਸ ਬਸ ਉਹੀ ਉਹੀ ਠੀਕ ਹੈ ਜਿਨ੍ਹਾਂ ਨੂੰ ਹੁਣ ਮਿਰਜਾ ਸਹਿਵਾਂ ਲੈ ਕਿਦਾਂ ਵੱਡ ਹੋ ਗਿਆ ਸੋਹਣੀ ਮਹੀਵਾਲੇ ਕਿਦਾਂ ਜਾ ਕੇ ਉਹਦੇ ਵਿੱਚ ਰੁੜ ਗਈ ਠੀਕ ਹੈ ਉਹ ਸਾਰਾ ਕੁਝ ਥੱਲੇ ਦਿਸਣ ਲੱਗ ਪੈਂਦਾ ਉਹਨੂੰ ਲੱਗ ਜਾਂਦਾ ਵੀ ਇਹ ਇਹ ਮਿਸ਼ਨ ਹੈ ਮੇਰੀ ਜ਼ਿੰਦਗੀ ਦਾ ਜੇ ਇਹ ਨਾ ਰਿਹਾ ਮੇਰੇ ਕੋਲ ਫਿਰ ਮੇਰਾ ਮੇਰਾ ਹੋਣਾ ਕੀ ਹੈ ਯਾਨੀ ਆਲ ਰਾਈਟ ਉ ਜਿੱਦਣ ਉਹ ਉਹ ਜੀਆਗੇ ਸੀ ਉਹ ਜੀਣ ਲਈ ਸਾਨੂੰ ਗੁਰੂ ਜੋ ਸਾਡੇ ਅੰਦਰ ਜਿਹੜੀ ਤਾਕਤ ਜਿਹੜਾ ਪੈਸ਼ਨ ਭਰਦੇ ਆ ਨਾ ਉਹ ਜੀਣ ਲਈ ਭਰਦੇ ਆ ਬਿਲਕੁਲ ਠੀਕ ਹੈ ਸਾਡੇ ਨਾਲ ਸੁਣੋਤੇ ਆ ਜੀ 0168 ਤੇ ਸਵਾਗਤ ਹੈ ਜੀ ਤੁਹਾਡਾ ਤੁਸੀਂ ਕੱਲ੍ਹ ਭਾਜੀ ਇੰਤਰੀ ਤੋਂ ਬੋਲਵਾਇਆ ਕੱਲ੍ਹ ਹੋਣੀ ਆ ਤਾਂ ਹਾਂਜੀ ਅਜੀਬ ਅਜੀਬ ਜਿੱਦਾਂ ਹੁਣ ਛੱਡੀਆਂ ਵਾਲੇ ਜਿਹੜੀ ਚੀਜ਼ ਦੱਸਦੇ ਆ ਤੇ ਦੂਜੇ ਪਾਸੇ ਆਪਾਂ ਜਦੋਂ ਗੱਲ ਚੱਲਦੀ ਐ ਜਬੇਰ ਸਿੰਘ ਦੀ ਭਾਈ ਮੈਂ ਛੋਟੇ ਜਿਹੇ ਐਗਜ਼ਾਮਪਲ ਦੇਣਾ ਆਪਣੇ ਤੇ ਨਿਆਲੇ ਆਪਾਂ ਸਕੂਲਾਂ 'ਚ ਭੇਜਦੇ ਆ ਤੇ ਉਹ ਉੱਥੇ ਜਦੋਂ ਦੱਸਦੇ ਆ ਵੀ ਇੱਥੇ ਛੋਟੇ ਨੇੜੇ ਨੂੰ ਪਹਿਲਾਂ ਵੀ 911 ਨੰਬਰ ਆ ਵੀ ਕਦੇ ਵੀ ਪ੍ਰੋਬਲਮ ਆਉਂਦੀ ਆ ਨਾ ਤੁਹਾਨੂੰ ਤੇ ਤੁਸੀਂ ਆਹ ਹੈਲਪ ਲਾਈਨ ਆ ਤੁਹਾਡੇ ਲਈ ਚਾਹੇ ਈਵਨ ਉਹ ਨਿਆਲੇ 'ਚ ਇੰਨੀ ਗੱਲ ਬੈ ਵੀ ਚਾਹੇ ਮੇਰੇ ਘਰ ਵਿੱਚ ਫੋਰ ਐਗਜ਼ਾਮਪਲ ਮੈਂ ਕਿਤੇ ਕੰਮ ਤੇ ਚੱਲ ਗਿਆ ਜੇ ਮੇਰਾ ਕੋਈ ਬਜ਼ੁਰਗ ਆ ਨਾ ਉਹ ਵੀ ਤੰਗ ਤੰਗ ਕਰਦਾ ਤਾਂ ਉਹਨੂੰ ਕਾਲ ਕਰ ਦੇਣੀ ਆ ਕਹਿਣ ਦਾ ਮਤਲਬ ਉਹ ਫੋਰ ਐਵਰ ਉਹਦੇ ਦਿਮਾਗ 'ਚ ਪੈ ਜਾਂਦੀ ਵੀ ਆਪਣੀ ਸੇਫਟੀ ਲਈ ਸਾਡੇ ਬਜ਼ੁਰਗ ਇਹ ਨਹੀਂ ਆਪਣੀ ਗਲਤੀ ਦੀ ਬਜਾਇਜ਼ ਮੇਰ ਤੋਂ ਵਰਗੇ ਜਿਹੜੇ ਆ ਔਰ ਦੂਜੇ ਦੇ ਸਿੱਟੀ ਵਾਲੇ ਦਾ ਗਵਰਨਮੈਂਟੇ ਬਹੁਤ ਗਲਤ ਆ ਇਹ ਤਾਂ ਸਖਾਲਦੇ ਸਕੂਲਾਂ ਜਿੱਦਾਂ ਆ ਜਦਕਿ ਆਪਣੀ ਗਲਤੀ ਆਪਾਂ ਆਪ ਨਹੀਂ ਸਵਾਰਨ ਜਿੱਦਾਂ ਅੱਜ ਦੀ ਜਿਹੜੀਆਂ ਟੜੀਆਂ ਵਾਲੇ ਹਰ ਚੀਜ਼ ਨੂੰ ਆਪਣੇ ਅੰਦਰੋਂ ਕੱਢਣ ਦੀ ਦੱਸ ਰਹੇ ਆ ਇਹ ਸਾਰਾ ਬਲੇਮ ਜਿੱਦਾਂ ਫਿੱਟ ਕੇ ਆਪ ਬੜੀ ਹੋ ਕੇ ਯਾਨੀ ਕਿ ਬਹਿ ਕੇ ਉਹਦੇ ਨਾਲ ਜਿਹੜੇ ਅੰਦਰ ਪ੍ਰੋਬਲਮ ਆ ਜਿਹੜਾ ਸਾਡਾ ਅੰਦਰੋਂ ਜ਼ਖਮ ਆ ਉਹ ਹੋਰ ਪਤ ਰਿਹਾ ਜਿਹੜੇ ਜਿੱਥੇ ਕੰਮ ਗਲਤ ਪਾਸੇ ਜਾ ਰਹੀ ਆ ਇਹਨਾਂ ਕਰੇ ਜਿਵੇਂ ਸੂਣਾ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹੂੰ ਬਿਲਕੁਲ ਜੀ ਇਹ ਗੱਲ ਕਰਨੇ ਆ। ਥੈਂਕ ਯੂ ਥੈਂਕ ਯੂ ਤਾਂ ਸਾਡਾ ਅੰਤਰਮੁਖੀ ਹੋ ਕੇ ਸਰਨਾ ਜੀ ਆਪਣੇ ਆਪ ਬਾਰੇ ਸੋਚ ਕੇ ਸਰਨਾ ਹੈ ਸਾਡਾ। ਉਹ ਤੋਂ ਬਾਅਦ ਸਾਡਾ ਧਿਆਨ ਜਿਹੜਾ ਸਾਰਾ ਦੂਜੇ ਨੂੰ ਬਦਲਣ ਦੇਤੇ ਲਗਾਇਆ। ਆਪਾਂ ਅੱਗੇ ਵੀ ਇਹ ਗੱਲ ਕਾਜੀ ਦਿਨ ਗੱਲ ਕਰਦੇ ਸੀ ਵੀ ਆੜਾ-ਦੋੜਾ ਜਿਹੜਾ ਹੈ ਨਾ ਸਾਰਾ ਹਾਂਜੀ। ਉਹਨੂੰ ਬਦਲਣ ਵਾਲੇ ਬਹੁਤ ਹੈ। ਹਮ ਬਿਲਕੁਲ ਬਿਲਕੁਲ ਠੀਕ ਹੈ ਜਿਹੜੇ ਤੁਸੀਂ ਆ ਤੁਹਾਨੂੰ ਬਦਲਣ ਵਾਲਾ ਸਿਰਫ ਇੱਕੋ ਸ਼ਖਸ ਆ ਧਰਤੀ ਦੇ ਉੱਤੇ ਬਿਲਕੁਲ ਆਪਣਾ ਆਪਣਾ ਆਪ ਠੀਕ ਹੈ ਹੁਣ ਤੁਸੀਂ ਤੁਹਾਨੂੰ ਬਦਲਣ ਵਾਲੇ ਸਿਰਫ ਤੁਸੀਂ ਆ ਹਨਾ ਤੁਸੀਂ ਉਹ ਕੰਮ ਛੱਡ ਕੇ ਤੁਸੀਂ ਸਾਰਿਆਂ ਨੂੰ ਬਦਲ ਰਹੇ ਆ ਹੈਨਾ ਹੁਣ ਉਹਦੇ ਜਿਹੜੇ ਬਾਕੀ ਆ ਉਹ ਆਪਣੇ ਆਪ ਨੂੰ ਤਾਂ ਬਦਲ ਲੈਣਗੇ ਤੁਸੀਂ ਉਹਨਾਂ ਨੂੰ ਥੋੜੀ ਬਦਲ ਸਕਦੇ ਨਹੀਂ ਉਹ ਆਪਣੇ ਆਪ ਇਦਾਂ ਹੀ ਉਹ ਕਰ ਰਹੇ ਆ ਉਹ ਆਪਣੇ ਆਪ ਨੂੰ ਬਦਲਣ ਦੀ ਬਜਾਏ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਹੈਨਾ ਤੇ ਬਦਲ ਕੋਈ ਵੀ ਨਹੀਂ ਰਿਹਾ ਭਾਈ ਸਾਹਿਬ ਨੇ ਵੀ ਅੱਜ ਇਹ ਗੱਲ ਕੀਤੀ ਸੀ ਕਥਾ ਚ ਕਿ ਉਹ ਹੀ ਦੂਜਿਆਂ ਤੇ ਸਾਰਾ ਜ਼ੋਰ ਲੱਗਿਆ ਆਪਣੇ ਆਪ ਤੇ ਕੋਈ ਨਹੀਂ ਦੇਖ ਰਿਆ ਜਿਹੜੀ ਇੰਪੋਸੀਬਲ ਚੀਜ਼ ਹੈ ਉਹ ਲੱਗੇ ਆਪਾਂ ਸਾਰੀ ਕਰਨ ਪੋਸਿਬਲ ਨਹੀਂ ਹੈਗਾ ਤੁਹਾਨੂੰ ਕਰਨ ਨੂੰ ਕਿਸੇ ਨੂੰ ਵੀ ਆਪਣੇ ਆਪ ਨੂੰ ਬਦਲੀਏ ਆਪਾਂ ਉਹ ਕੋਸ਼ਿਸ਼ ਕਰੀਏ ਆਪਣੇ ਆਪ ਉਹ ਉਹ ਰੀਚੇਬਲ ਹੈ ਨਾ ਸਾਡੀ ਪਹੁੰਚ ਦੇ ਵਿੱਚ ਹੈ ਸਾਡੇ ਬਸ ਵਿੱਚ ਹੈ ਤੇ ਉਹ ਪ੍ਰੈਕਟੀਕਲ ਹੋ ਸਕਦਾ ਹੈ ਠੀਕ ਹੈ ਉਹਦੇ ਰਾਹੀਂ ਅਸੀਂ ਕੁਝ ਪ੍ਰਾਪਤ ਕਰ ਸਕਦੇ ਹਾਂ ਧੰਨਵਾਦ ਜੀ ਅੱਪਾ ਕਰਦੇ ਹਾਂ ਸਮਾਪਤੀ ਜ਼ਰੂਰੀ ਆ ਜੀ ਇਹ ਗੱਲਾਂ ਨੂੰ ਆਪਾਂ ਵਿਦਵਾਨਾਂ ਦੀਆਂ ਜਿਹੜੀਆਂ ਸਾਡੇ ਸਕਾਲਰਾਂ ਦੀਆਂ ਸਾਡੇ ਕਥਾਕਾਰਾਂ ਦੀਆਂ ਇਹ ਲੱਛੇਦਾਰ ਗੱਲਾਂ ਆ ਇਹਨਾਂ ਚੋਂ ਨਿਕਲ ਕੇ ਆਪਣੇ ਆਪ ਬਾਰੇ ਖੁਦ ਬਾਰੇ ਅਸੀਂ ਫੈਸਲਾ ਲਈਏ ਅਸੀਂ ਸੋਚੀਏ ਕਿ ਕੀ ਕੀ ਆ ਜੋ ਅਸੀਂ ਕਰ ਸਕਦੇ ਆ ਕੀ ਆ ਸਾਡੀ ਪਹੁੰਚ ਦੇ ਵਿੱਚ ਛੋਟਾ 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 ਛੋਟੀ ਛੋਟੀ ਕੁਰਬਾਨੀ ਜਿਹੜੀ ਆ ਛੋਟਾ ਛੋਟਾ ਤਿਆਗ ਜਿਹੜਾ ਆ ਉਹ ਬੜਾ ਜ਼ਰੂਰੀ ਆ ਅੱਜ ਅੱਜ ਦੀ ਨਹੀਂ ਗੱਲ ਕਿਸੇ ਵੀ ਸਮੇਂ ਦੇ ਵਿੱਚ ਤੁਸੀਂ ਲੈਨਨ ਨੂੰ ਪੜ ਲਓ ਤੁਸੀਂ ਮਾਰਕਸ ਨੂੰ ਪੜ ਲਓ ਠੀਕ ਹੈ ਜੀ ਤੁਸੀਂ ਦੁਨੀਆ ਦੇ ਨੈਪੋਲੀਅਨ ਨੂੰ ਪੜ ਲਓ ਕਿਸੇ ਹੋਰ ਆਗੂ ਨੂੰ ਪੜ ਲਓ ਜਿਨ੍ਹਾਂ ਨੇ ਬਦਲਾ ਲਿਆਂਦਾ ਆ ਉਹ ਚਾਹੇ ਸਾਨੂੰ ਅੱਜ 네ਗਟਿਵ ਹਾਂ ਸਕੰਦਰ ਦੇ ਬਾਰੇ ਅਸੀਂ ਬੜਾ 네ਗਟਿਵ ਪੜਦੇ ਹਾਂ ਯਾਨੀ ਠੀਕ ਹੈ ਉਹ ਜਿਹੜੇ ਵੀ ਬੰਦੇ ਹੋਏ ਆ ਨਾ ਉਹ ਉਹ ਜੁਗਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਇਤਿਹਾਸ ਆ ਉਹਨਾਂ ਦੇ ਪੱਖ ਵਿੱਚ ਵਿਚਰਿਆ ਹੋ ਉਦੇ ਚੋਇਆ ਇਹ ਆ ਕਿ ਜਿਹੜੇ ਉਸ ਵੇਲੇ ਦੇ ਲੋਕ ਸੀ ਜਿਨ੍ਹਾਂ ਨੇ ਉਹ ਨਵਜ ਨੂੰ ਪਛਾਣ ਲਿਆ ਜਿਨ੍ਹਾਂ ਨੇ ਉਦੋਂ ਦੇਖ ਲਿਆ ਕਿ ਇਹ ਐਡਾ ਵੱਡਾ ਕੰਮ ਕਰਨਾ ਚਾਹੁੰਦਾ ਆ ਉਹਦੇ ਚ ਮੈਂ ਕੀ ਹਿੱਸਾ ਪਾ ਸਕਦਾ ਆ ਉਹ ਅੱਜ ਸਾਨੂੰ ਯਾਦ ਆ ਨਹੀਂ ਤਾਂ ਅੱਜ ਦਾ ਸਮਾਂ ਜਿਹੜਾ ਹੈ ਨਾ ਉਹਨੇ ਸਾਨੂੰ ਕਦੇ ਮਾਫਰੀ ਕਰਨਾ ਇਸ ਗੱਲੇ ਖਿਆਲ ਰੱਖਿਓ ਬੜੀ ਨਮੋਸ਼ੀ ਹੁੰਦੀ ਆ ਇਹ ਸੋਚ ਕੇ ਕਿ ਇੰਨੀ ਗਿਣਤੀ ਦੇ ਵਿੱਚ ਅਸੀਂ ਹੈਗੇ ਆਂ ਔਰ ਗੱਲਾਂ ਕਰਦੇ ਆਂ ਬਦਲਣਾ ਚਾਹੁੰਦੇ ਆਂ ਅਸੀਂ ਕਰਨ ਦੀ ਵਾਰੀ ਸਾਡੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਸ਼ੱਕ ਆ ਕੋਈ ਨਾ ਕੋਈ ਜਿਹੜਾ ਸਾੜਾ ਆ ਕੋਈ ਨਾ ਕੋਈ ਜਿਹੜਾ ਜਿਹੜਾ ਸੰਕੀਪਣਾ ਆ ਸਾਡੇ ਅੰਦਰ ਠੀਕ ਹੈ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਜਿਹੜੀ ਗੱਲ ਆ ਠੀਕ ਹੈ ਆਪਾਂ ਅੱਗੇ ਵੀ ਗੱਲ ਕਰਦੇ ਸੀ ਵੀ ਧਰਤੀ ਦੇ ਉੱਤੇ ਹਰ ਸ਼ੈ ਜਿਹੜੀ ਪੈਦਾ ਹੋਈ ਆ ਉਹ ਆਪਣੇ ਖਾਤਮੇ ਵੱਲ ਨੂੰ ਜਾ ਰਹੀ ਆ ਉਹ ਆਪਣੇ ਆਪ ਨੂੰ ਕੁਰਬਾਨ ਕਰਨ ਦੇ ਲਈ ਤਬਾਹ ਕਰਾਉਣ ਦੇ ਲਈ ਪੈਦਾ ਹੋਈ ਆ ਜਿਹੜੀ ਵੀ ਜਿਹੜਾ ਦਰਖਤ ਆਪਣੇ ਆਪ ਨੂੰ ਬਚਾਉਂਦਾ ਰਹੂਗਾ ਨਾ ਉਹਨੇ ਬੀਜ ਤੋਂ ਬਾਅਦ ਫੁੱਟਣਾ ਹੀ ਨਹੀਂ ਉਹਨੂੰ ਪਤਾ ਹੈ ਨੇਰੀਆਂ ਆ ਜਾਣੀਆਂ ਮੀਂਹ ਕੋਰਾ ਪੈਣਾ ਮੇਰੇ ਮੈਂ ਧੁੱਪ ਨੂੰ ਕਿੱਦਾਂ ਚੱਲੂਗਾ ਮੈਂ ਉਹਨੂੰ ਬੀਜ ਤੋਂ ਬਾਅਦ ਨਿਕਲਣਾ ਹੀ ਨਹੀਂ ਖਤਮ ਹੋ ਜਾਣਾ ਉਹਨੇ ਜਿਹੜੀ ਸ੍ਰਿਸ਼ਟੀ ਜੋ ਕੁਛ ਸੰਦੀਦਾ ਆ ਉਹ ਉਸ ਸੁਭਾਅ ਦੇ ਕਰਕੇ ਆ ਜਿਹੜਾ ਹਰ ਸ਼ੈ ਦੇ ਅੰਦਰ ਪਿਆ ਆ ਵੀ ਮੈਂ ਕੁਰਬਾਨ ਹੋਣ ਲਈ ਤਿਆਰ ਆ ਮੈਂ ਤਬਾਹ ਹੋਣ ਲਈ ਤਿਆਰ ਆ ਤੇ ਅੱਜ ਯਾਦ ਸਮਾਜ ਦੇ ਵਿੱਚ ਦੁਨੀਆ ਦੇ ਵਿੱਚੋਂ ਉਹੀ ਯਾਦ ਆ ਸਾਨੂੰ ਜਿਹੜੇ ਕੁਰਬਾਨ ਹੋਣ ਲਈ ਤਿਆਰ ਸੀ ਜਿਨ੍ਹਾਂ ਨੇ ਜਾਦੇ ਵੱਡੇ ਰਿਸਕ ਲਈ ਆ ਉਹਨਾਂ ਦੇ ਰਾਹੀਂ ਵੱਡੇ ਕਾਰਨਾਮੇ ਹੋਏ ਆ ਉਹਨਾਂ ਦੇ ਉਹ ਉਹ ਉਹਨਾਂ ਦੇ ਕਾਰਨਾਮੇ ਹੀ ਸਾਡੇ ਲਈ ਇਤਿਹਾਸ ਬਣੇ ਆ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੀਆਂ ਵਾਰਾਂ ਗਾਉਨੇ ਆਸੀਂ ਅੱਜ ਸਮਾਂ ਸਾਡੇ ਹੱਥ ਵਿੱਚ ਆ ਬਹੁਤ ਖੁਸ਼ ਆ ਇੰਨੀ ਇੱਡੇ ਵੱਡੇ ਪੱਧਰ ਤੇ ਵਿਚਾਰ ਅੱਜ ਤੋਂ ਪਹਿਲਾਂ ਹੋਈ ਨਹੀਂ ਕਦੇ ਜਿੰਨੇ ਤੇ ਅੱਜ ਹੋ ਰਹੀ ਆ ਜਿੰਨੇ ਅਪਰਚੂਨਿਟੀ ਅੱਜ ਆ ਸਾਡੇ ਕੋਲ ਇਹ ਨਾ ਹੋਵੇ ਕਿ ਸਾਡੇ ਅੱਗੇ ਤੁਰਨੇ ਵਾਲੇ ਜਿਹੜੇ ਖਤਰੇ ਮੁੱਲ ਲੈ ਰਹੇ ਆ ਜਿਹੜੇ ਜਿਹੜੇ ਸੋਚ ਰਹੇ ਆ ਕਿ ਕੋਈ ਗੱਲ ਨਹੀਂ ਮੈਂ ਮੈਂ ਖਤਮ ਵੀ ਹੋ ਜਾਂਦਾ ਮੈਂ ਕੋਈ ਨਹੀਂ ਇਹ ਨਾ ਹੋਵੇ ਕਿ ਉਹ ਥੱਕ ਜਾਣ ਉਹਨਾਂ ਦੇ ਅੰਦਰ ਇੱਕ ਗਲਾਨੀ ਆ ਜਾਵੇ ਕਿ ਕਾ ਦਾ ਯਾਰ ਇਹਨਾਂ ਦੀ ਖਾਤਰ ਅਕ੍ਰਿਤਕਣਾ ਦੀ ਖਾਤਰ ਕਿਉਂ ਮਰਨਾ ਕਿਉਂ ਸੋਚਣਾ ਜਾਣੀ ਰਹਿਣ ਦੋ ਆਰਾਮ ਨਾਲ ਆਪਣੀ ਜ਼ਿੰਦਗੀ ਜੀਏ ਫੇ ਪਛਤਾਵਾ ਸਾਡੇ ਪੱਲੇ ਰਹਿ ਜਾਣਾ ਔਰ ਜਿੱਦਣ ਇਹ ਅੱਗ ਸਾਡੇ ਤੁਹਾਡੇ ਆਪਣੇ ਘਰਾਂ ਤੱਕ ਪਹੁੰਚੀ ਉਦਣ ਉਹਦੇ ਨਾਲ ਉਹਨੂੰ ਬੁਝਾਉਣੇ ਵਾਲੇ ਉਹਦੇ ਨਾਲ ਲੜਨੇ ਵਾਲੇ ਭਿੰਨੇ ਵਾਲੇ ਅਸੀਂ ਇਕੱਲੇ ਹੋਣਾ ਆ ਅੱਜ ਤੱਕ ਬਹੁਤ ਵੱਡਾ ਹਜ਼ੂਮ ਆ ਜਿਹੜਾ ਸਾਡੇ ਮੂਹਰੇ ਖੜਾ ਆ ਤੇ ਸਾਡੇ ਘਰਾਂ ਤੱਕ ਨਾ ਕਿਤੇ ਪਹੁੰਚ ਜਾਏ ਮੂਹਰੇ ਆਪ ਜ਼ਿੰਮੇਵਾਰ ਜਿਹੜਾ ਬੰਦਾ ਉੱਚੀ ਆਵਾਜ਼ ਤੁਹਾਡੇ ਮੂਹਰੇ ਬੋਲ ਰਿਹਾ ਆ ਅਗਲੇ ਨੂੰ ਕਹਿ ਰਿਹਾ ਆ ਕਿਸੇ ਵੱਡੀ ਧਿਰ ਨੂੰ ਕਿਸੇ ਗੁੰਡੇ ਨੂੰ ਕਿਸੇ ਟੱਟੇ ਨੂੰ ਇਹਦਾ ਮਤਲਬ ਉਹ ਉਹ ਚਾਹੁੰਦਾ ਨਹੀਂ ਵੀ ਤੁਹਾਡੇ ਘਰ ਤੱਕ ਗੱਲ ਜਾਵੇ ਉਹ ਕਹਿੰਦਾ ਮੇਰੇ ਗਲ ਪੈ ਜਾ ਕੋਈ ਗੱਲ ਨਹੀਂ ਮੈਂ ਇਹ ਜੱਟ ਲੂੰਗਾ ਤੇ ਜਿੱਦਣ ਉਹ ਥੱਕ ਗਿਆ ਹੰਬ ਗਿਆ ਹਾਰ ਗਿਆ ਛੱਡ ਕੇ ਪਰੇ ਬਹਿ ਗਿਆ ਜਿੱਦਣ ਉਹਨੇ ਸੋਚ ਲਿਆ ਕਿ ਕਾਦੇ ਲਈ ਮੈਨੂੰ ਮੇਰਾ ਕੀ ਨੁਕਸਾਨ ਹੋ ਰਿਹਾ ਹੈ ਇੱਕ ਗੱਲ ਦਾ ਖਿਆਲ ਰੱਖਿਓ ਜਿਹੜਾ ਬੰਦਾ ਅੱਜ ਜੇ ਟੱਡੀਆਂ ਵਾਲੇ ਦੀ ਗੱਲ ਕਰੀਏ ਜੇ ਅੱਜ ਉਹ ਇੱਕ ਵਾਰੀ ਕਹਿ ਦੇਣ ਨਾ ਕਿ ਮੈਂ ਬਹਿ ਕੇ ਗੱਲ ਕਰਨ ਨੂੰ ਤਿਆਰ ਹਾਂ ਪਤਾ ਕਿੰਨਾ ਮਾਣ ਹੋਣਾ ਉਹਨਾਂ ਦਾ ਉਹਨਾਂ ਨੇ ਤਾਂ ਚੁੱਕ-ਚੁੱਕ ਕੇ ਸਲਾਮਾਂ ਕਰਨੀਆਂ ਸਿਰ ਤੇ ਬਿਠਾ ਲੈਣਾ ਤਖਤ ਤੇ ਬਿਠਾ ਲੈਣਾ ਅਗਲੇ ਨੇ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹ ਇੱਕ ਵਾਰੀ ਚੁੱਪ ਕਰ ਗਿਆ ਬਾਕੀਆਂ ਦਾ ਕੀ ਆ ਬਾਕੀ ਭੇਡਾਂ ਤਾਂ ਸੀ ਇਦਾਂ ਮੁੰਨ ਲੈਣੀਆਂ ਜਾਣੀ ਠੀਕ ਆ ਇਦਾਂ ਨਾ ਹੋਵੇ ਵੀ ਉਹ ਬੰਦਾ ਹਾਰ ਹੰਬ ਕੇ ਬਹਿ ਜਾਏ ਪਤਾ ਨਹੀਂ ਕਿੱਦਾਂ ਹੁੰਦੀਆਂ ਪਰ ਆਪਣੇ ਆਪ ਨੂੰ ਤਿਆਰ ਰੱਖੋ ਇਹ ਗੱਲਾਂ ਵਾਰ-ਵਾਰ ਮੈਨੂੰ ਤਾਂ ਦੁਹਰਾਉਣੀਆਂ ਪੈਣੀਆਂ ਵੀ ਇਹ ਜਿਹੜੀ ਜਿਹੜੀਆਂ ਨਿੱਕੀਆਂ-ਨਿੱਕੀਆਂ ਕੁਰਬਾਨੀਆਂ ਹਨਾ ਜਿਹੜੇ ਛੋਟੇ-ਛੋਟੇ ਤਿਆਗਿਆ ਉਹ ਉਹੀ ਵੱਡੇ ਇਨਕਲਾਬਾਂ ਦੀਆਂ ਜੜ੍ਹਾਂ ਦੇ ਵਿੱਚ ਬੰਦੇ ਆ ਜਾ ਕੇ ਵੇ ਜਦੋਂ ਲੈਨਨ ਦੇ ਬਾਰੇ ਇੱਕ ਕਹਾਣੀ ਆਉਂਦੀ ਆ ਕਹਿੰਦੇ ਵੀ ਇੱਕ ਸਟੇਜ ਆਈ ਸੀ ਜਦੋਂ ਥੱਕ ਗਿਆ ਸੀ ਉਹ ਥੱਕ ਕੇ ਫੌਜ ਜਿਹੜੀ ਆ ਬਰਉਧੀਆਂ ਦੀ ਉਹਦਾ ਪਿੱਛਾ ਕਰ ਰਹੀ ਸੀ ਛੱਡ ਛੜਾ ਕੇ ਜਾ ਰਿਹਾ ਸੀ ਕਿਸੇ ਜ਼ਿਮੀਦਾਰਾਂ ਦੇ ਕੋਲ ਖੇਤ 'ਚ ਕੰਮ ਕਰਦੇ ਬੰਦੇ ਦੇ ਕੋਲੋਂ ਇਦਾਂ ਨੰਘਿਆ ਤੇ ਉਹ ਉੱਥੇ ਲੁਕ ਗਿਆ ਜਾ ਕੇ ਤੇ ਪਿੱਛੋਂ ਫੌਜ ਆਈ ਉਹਨੇ ਪੁੱਛਿਆ ਵੀ ਇੱਥੋਂ ਕੋਈ ਇਦਾਂ ਦਾ ਬੰਦਾ ਵੀ ਨੰਘਿਆ ਉਹ ਕਹਿੰਦਾ ਨਹੀਂ ਮੈਂ ਨਹੀਂ ਦੇਖਿਆ ਉਹਨੂੰ ਕੁੱਟਣ ਲੱਗ ਪਏ ਉਹਨੇ ਕੁੱਟਿਆ ਬਹੁਤ ਜ਼ਿਆਦਾ ਉਹ ਤੇ ਤਸ਼ੱਦਦ ਕੀਤਾ ਉਹ ਕਹਿੰਦੇ ਹੁਣੇ ਹੀ ਤਾਂ ਲੰਘਿਆ ਤੂੰ ਇਦਾਂ ਤੂੰ ਝੂਠ ਬੋਲਦਾ ਤੂੰ ਲੁਕੋਇਆ ਉਹਨੂੰ ਉਹ ਮੰਨਿਆ ਨਹੀਂ ਦੱਸਿਆ ਨਹੀਂ ਉਹਨ ਜਾਣੀ ਤੇ ਜਦੋਂ ਉਹ ਕਹਿੰਦੇ ਚੱਲ ਗਏ ਤੇ ਲੈਨਨ ਵਾਪਸ ਆਇਆ ਉਹਨਾਂ ਆ ਕੇ ਪੁੱਛਿਆ ਉਹਨੂੰ ਕਹਿੰਦਾ ਵੀ ਤੂੰ ਦੇਖ ਲਿਆ ਸੀ ਮੈਨੂੰ ਜਾਂਦੇ ਨੂੰ ਫਿਰ ਤੂੰ ਦੱਸਿਆ ਕਿਉਂ ਨਹੀਂ ਤੈਨੂੰ ਪਤਾ ਮੈਂ ਕੌਣ ਆ ਉਹ ਕਹਿੰਦਾ ਹਾਂ ਮੈਂ ਤੈਨੂੰ ਪਛਾਣ ਲਿਆ ਸੀ ਵੀ ਤੂੰ ਲੈਨਨ ਆ ਕਹਿੰਦਾ ਵੀ ਦੱਸਿਆ ਕਰਦੇ ਨਹੀਂ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਪੇ ਜੇ ਤੂੰ ਸਾਡੇ ਲਈ ਆਪਣਾ ਘਰ-ਵਾਰ ਛੱਡ ਕੇ ਇੰਨਾ ਦੁੱਖ ਸਹਾਰਿਆ ਆ ਤਾਂ ਮੈਂ ਇੰਨੀ ਕੁੱਟ ਨਹੀਂ ਖਾ ਸਕਦਾ ਬਸ ਉਹ ਭਾਵਨਾ ਸਾਡੇ ਅੰਦਰ ਹੋਣੀ ਚਾਹੀਦੀ ਆ ਵੀ ਮੈਂ ਹੋਰ ਕੁਝ ਨਹੀਂ ਕਰ ਸਕਦਾ ਮੈਂ ਇੰਨਾ ਤਾਂ ਕਰ ਸਕਦਾ ਨਾ ਅਜੇ ਤੱਕ ਕੁੱਟ ਖਾਣ ਦੀ ਗੱਲ ਵੀ ਹੈ ਨਹੀਂ ਅੱਜ ਕਿਤੇ ਸਟੇਟ ਇਦਾਂ ਥੋੜੋ ਬੇ ਲੱਭਦੀ ਫਿਰਦੀ ਆ ਤੁਹਾਨੂੰ ਕਿਨੇ ਕਿਨੇ ਉਹਨਾਂ ਦਾ ਦੀਵਾਨ ਸੁਣਿਆ ਕਿਨੇ ਕਿਨੇ ਗੱਲ ਸੁਣੀ ਆ ਉਹਨਾਂ ਦੀ ਫਿਰ ਵੀ ਸਾਡੇ ਅੰਦਰ ਜਿਹੜੀ ਗਲਾਨੀ ਕਿਤੇ ਨਾ ਕਿਤੇ ਸਾਡੇ ਅੰਦਰ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਭਾਵਨਾ ਸਾਨੂੰ ਲੱਗਦਾ ਕਿ ਸ਼ਾਇਦ ਇੰਨਾ ਵੀ ਬਚ ਜਵੇ ਮੇਰਾ ਇਹ ਤੋਂ ਬਿਨਾਂ ਹੀ ਸਰ ਜਵੇ ਪਰ ਸੋਚਿਓ ਜਿੱਦਣ ਸਾਹਮਣੇ ਕੋ ਨਾ ਹੋਇਆ ਉਦੋਂ ਇਹਨਾਂ ਗੁੰਡਿਆਂ ਨੇ ਤੁਹਾਡੇ ਘਰਾਂ ਤੱਕ ਪਹੁੰਚਣਾ ਸਾਰਿਆਂ ਗੁਰਦਵਾਰਿਆਂ ਦੇ ਵਿੱਚ ਦਸਮਗ੍ਰੰਥ ਦਾ ਪ੍ਰਕਾਸ਼ ਕਰਨਾ ਤੁਹਾਡੀਆਂ ਬੱਚੀਆਂ ਨੂੰ ਵਿਆਹਾਂ ਦੇ ਉੱਤੇ ਅਗਲੇ ਨੇ ਉਹ ਉਹ ਚਰਿੱਤਰ ਪੜ ਪੜ ਕੇ ਸੁਣਾਉਣੇ ਆ ਔਰ ਜਦੋਂ ਉਹ ਪ੍ਰਬੰਧਕਾਂ ਦੇ ਇਹਨਾਂ ਦੇ ਹੱਥ ਵਿੱਚ ਉਹ ਚਰਿੱਤਰ ਹੋਏ ਇਹਨਾਂ ਦੇ ਹੱਥ ਵਿੱਚ ਪ੍ਰਬੰਧ ਹੋਇਆ ਤੇ ਇਹਨਾਂ ਦਾ ਕਰਦਾਰ ਇਹਨਾਂ ਚਰਿੱਤਨਵਾਰਾ ਬੜਾ ਹੋਇਆ ਉਦੋਂ ਸਾਡੇ ਬੱਚਿਆਂ ਨਾਲ ਕੀ ਕੀ ਗੁਜਰੂਗੀ ਉਦੋਂ ਤੁਸੀਂ ਕਿੱਦਾਂ ਕਹੋਗੇ ਕਿਹੜੀ ਕੌਮ ਦਾ ਹਿੱਸਾ ਆ ਠੀਕ ਹੈ ਜੀ ਇਸ ਕਰਕੇ ਖਿਆਲ ਕਰੀਏ ਆਪਾਂ ਕਿ ਤੈਨਾਂ ਕਿਤੇ ਜਾ ਕੇ ਇਹਦੀ ਪਰਪਾਈ ਕਰਨੀ ਪੈਣੀ ਇਹ ਨਾ ਹੋਵੇ ਸਮਾਂ ਲੰਘ ਜਾ ਮੁਰਕੇ ਪੱਲੇ ਪਛਤਾਵਾ ਰਹਿ ਜਾਏ ਫਰਕ ਨਹੀਂ ਪੈਣਾ ਉਹ ਉਹ ਮੈਂ ਪਹਿਲਾਂ ਵੀ ਗੁਰੂ ਸਾਹਿਬ ਦਾ ਵੀ ਜੀਵਨ ਪੜ ਕੇ ਦੇਖ ਲਿਆ ਜੇ ਨਹੀਂ ਅਨੰਦਪੁਰ ਦੇ ਵਿੱਚ ਨਹੀਂ ਗਿਆ ਕੋਈ ਸਰਹੰਦ ਦੇ ਵਿੱਚ ਬੱਚਿਆਂ ਦੇ ਲਈ ਨਹੀਂ ਗਿਆ ਕੋਈ ਬੁਰਜ ਦੇ ਦਵਾਲੇ ਨਹੀਂ ਜਾ ਕੇ ਅਗਲੇ ਨੇ ਘੇਰਾ ਪਾਇਆ ਪੈ ਸੀ ਢਾ ਦੇਣਾ ਸਰਹੰਦ ਜੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵੇਲੇ ਨਹੀਂ ਕੋਈ ਪਰਲੋ ਆਈ ਕੀ ਹੋ ਗਿਆ ਕੀ ਉਹਨਾਂ ਦੀ ਵਡਿਆਈ ਘਟ ਗਈ ਉਹ ਤਾਂ ਸ੍ਰਿਸ਼ਟੀ ਦੇ ਵਿੱਚ ਯਾਦ ਰਹਿਣਗੇ ਨਾ ਇਦਾਂ ਹੀ ਅੱਜ ਵੀ ਜਿਹੜਾ ਕੋ ਕੰਮ ਕਰਦਾ ਅਗਲੇ ਨੇ ਯਾਦ ਰਹਿ ਜਾਣਾ ਪਰ ਸਾਡੇ ਪੱਲੇ ਪਛਤਾਵਾ ਰਹੂਗਾ ਜਦੋਂ ਦੁਨੀਆ ਯਾਦ ਕਰੂਗੀ ਇਹ ਕਹੂਗੀ ਵੀ ਭਾਈ ਉਹਨੇ ਤਾਂ ਸਾਰਾ ਕੁਝ ਦਾਤੇ ਲਾ ਦਿੱਤਾ ਸੀ ਪਰ ਇਸੇ ਗਈ ਕਰਤਕਾਂ ਨੇ ਇਹ ਚੱਕ ਕੇ ਆਪ ਤਾਂ ਲੱਖਾਂ ਕਮਾਉਂਦੇ ਰਹੇ ਐਡੇ ਐਡੇ ਸਟੋਰ ਸਾਡੇ ਸਾਡੇ ਕਿੰਨੇ ਕਿੰਨੇ ਪੈਟਰੋਲ ਪੰਪ ਕਿੱਡੇ ਕਿੱਡੇ ਟਰੱਕ ਸਾਡੇ ਅਸੀਂ ਪਾਰਟੀਆਂ ਦੇ ਉੱਤੇ ਇੰਨੇ ਨੇ ਖਰਚੇ ਕਰ ਸਕਦੇ ਹਾਂ ਬਾਕੀ ਕੰਮ ਜਿਹੜੇ ਇੰਡੀਆ ਦੇ ਟ੍ਰਿਪ ਲਾਉਣੇ ਆ ਵਿਆਹਾਂ ਦੇ ਉੱਤੇ ਲੱਖਾਂ ਲਾ ਦਿੰਨੇ ਆ ਅਸੀਂ ਪਰ ਇਹ ਕਿਸੇ ਸਾਂਝੇ ਕੌਮੀ ਕਾਰਜ ਦੇ ਲਈ ਸਾਡੇ ਕੋਲ ਕੱਖ ਨਹੀਂ ਹੋ ਰਿਹਾ ਇਹ ਦੁਨੀਆ ਨੇ ਯਾਦ ਕਰਨਾ ਜਿੱਥੇ ਉਹਨਾਂ ਨੂੰ ਕਰਨਾ ਉੱਥੇ ਜਿੱਥੇ ਸਹਿਬਜ਼ਾਦੇ ਯਾਦ ਹੁੰਦੇ ਅੱਜ ਉੱਥੇ ਗੰਗੂ ਵੀ ਯਾਦ ਆਉਂਦਾ ਜਿੱਥੇ ਅਰਜਨ ਦੀ ਤਵੀ ਯਾਦ ਆਉਂਦੀ ਆ ਸਾਨੂੰ ਲਾਹੌਰ ਦੀ ਉੱਥੇ ਚੰਦੂ ਵੀ ਯਾਦ ਆਉਂਦਾ ਜਿੱਥੇ ਤੇਗ ਬਹਾਦਰ ਨੂੰ ਯਾਦ ਕਰਦੇ ਉੱਥੇ ਔਰੰਗਜ਼ੇਬ ਵੀ ਆਉਂਦਾ ਪਰ ਕਿਹੜੇ کردار ਵਿੱਚ ਉਹ ਸਾਨੂੰ ਸਾਰਿਆਂ ਨੂੰ ਪਤਾ ਆ ਕਿਹੜੇ ਪਾਸੇ ਹੋਣਾ ਤੁਸੀਂ ਚੰਦੂ ਵਾਲੇ ਪਾਸੇ ਇੱਕ ਅਰਜਨ ਵਾਲੇ ਪਾਸੇ ਇਹ ਸਾਡੇ ਸਾਰਿਆਂ ਦੇ ਸਾ ਆਪਣੇ ਉੱਤੇ ਆ ਇਦਾਂ ਨਾ ਹੋਵੇ ਕਿ ਸਮਾਂ ਮੁੜ ਕੇ ਮੌਕਾ ਨਾ ਦੇਵੇ ਸਾਨੂੰ ਧੰਨਵਾਦ ਜੀ ਮਿਲਾਂਗੇ ਆਪਾਂ ਬੁੱਧਵਾਰ ਨੂੰ ਸਿੱਖ ਪਾਤਸ਼ਾਹੀ ਵਿੱਚ